ਅੱਕੂ ਜੀ ਠੀਕ ਹੀ ਕਹਿੰਦੇ ਸੀ ਕਿ ਕੁੜੀਆਂ ਉਹਦੇ ਤੇ ਮਰਦੀਆਂ ਹੋਣਗੀਆਂ ਹਨਾ ਕਿਹੋ ਜੀ ਗੱਲ ਕਰਤੀ ਤੁਸੀਂ ਹੈ ਉਹ ਤਾਂ ਬਹੁਤ ਹੀ ਮਾਮੂਲੀ ਪਰਿਵਾਰ ਚ ਹੈ ਨਾਲੇ ਅੱਜ ਕੱਲ ਵਿਆਹਾਂ ਸ਼ਾਦੀਆਂ ਚ ਗਾ ਕੇ ਚਾਰ ਪੈਸੇ ਕਮਾ ਲੈਂਦਾ ਪਰ ਮੈਂ ਤਾਂ ਸੁਣਿਆ ਸੀ ਉਹ ਪੜ੍ਹਾਈ ਲਿਖਾਈ ਚ ਬਹੁਤ ਚੰਗਾ ਹੈ ਵਟ ਯੂਜ਼ ਨੋ ਜੌਬ ਕੋਈ ਨੌਕਰੀ ਨਹੀਂ ਕੋਈ ਜ਼ਮੀਨ ਨਹੀਂ ਹੈਗੀ ਪਰ ਅਸੂਲ ਹੈ ਜਿਵੇਂ ਮਹਾਤਮਾ ਗਾਂਧੀ ਜੀ ਹੁੰਦੇ ਨੇ ਚਲੋ ਜਸ਼ਨ ਦੀ ਗੱਲ ਛੱਡੋ ਤੁਸੀਂ ਆਪਣੀ ਗੱਲ ਕਰੋ ਸਾਰੇ ਡਿਨਰ ਕਰਨ ਚਲੇ ਗਏ ਤੇ ਤੁਸੀਂ ਅਜੇ ਇੱਥੇ ਹੀ ਹੋ ਚਲੋ ਆਓ ਤੁਸੀਂ ਵੀ ਕਰੋ ਮੇਰੀ ਤਾਂ ਭੁੱਖ ਹੀ ਮਰ ਗਈ ਕਿਉਂ ਨਾ ਨੀਂਦ ਆਉਂਦੀ ਹੈ ਨਾ ਭੁੱਖ ਲੱਗਦੀ ਹੈ ਦੀਪ ਕਿਸੇ ਡਾਕਟਰ ਨੂੰ ਕੰਸਲਟ ਕੀਤਾ ਆ ਤਾਂ ਬਹੁਤ ਮਾੜੀ ਗੱਲ ਹੈ ਡਾਕਟਰ ਤਾਂ ਸਾਹਮਣੇ ਖੜਾ ਹੈ ਕੌਣ ਮੈਂ ਸ਼ੁਕਰ ਹੈ ਮਰੀਜ਼ ਨੂੰ ਪਹਿਚਾਣਿਆ ਤਾਂ ਸਹੀ ਸਹਿਜ ਜਦੋਂ ਦਾ ਮੈਂ ਤੈਨੂੰ ਦੇਖਿਆ ਨਾ ਮੇਰੀ ਭੁੱਖ ਪਿਆਸ ਨੀਂਦ ਜਿਵੇਂ ਕੋਈ ਖੋ ਕੇ ਲੈ ਗਿਆ ਸਹਿਜ ਮੇਰੀ ਗੱਲ ਬੁਰੀ ਲੱਗੀ ਯਾਰ ਦੇਖ ਮੈਂ ਮਾੜਾ ਮੁੰਡਾ ਨਹੀਂ ਹੈਗਾ ਦੀਪ ਆਈ ਨੋ ਤੂੰ ਬਹੁਤ ਚੰਗਾ ਮੁੰਡਾ ਪਰ ਦੇਖ ਦੀਪ ਅਸੀਂ ਚੰਗੇ ਦੋਸਤ ਬਣ ਸਕਦੇ ਹਾਂ ਯਾਰ ਮੈਂ ਦੋਸਤੀ ਦੀ ਗੱਲ ਨਹੀਂ ਕਰਦਾ ਹੈਗਾ ਦੇਖ ਤੂੰ ਮੈਨੂੰ ਸਮਝਣ ਦੀ ਕੋਸ਼ਿਸ਼ ਤਾਂ ਕਰ ਯਾਰ ਸਮਝਣ ਦੀ ਕੋਸ਼ਿਸ਼ ਤੂੰ ਕਰ ਅਜੇ ਸਾਨੂੰ ਮਿਲਿਆ ਕੁਝ ਹੀ ਦਿਨ ਹੋਏ ਨੇ ਅਜੇ ਤਾਂ ਅਸੀਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਆ ਯਾਰ ਜਾਣਨ ਨੂੰ ਤਾਂ ਸਾਰੀ ਜ਼ਿੰਦਗੀ ਵੀ ਹੈ ਹੈ ਨਾਲੇ ਪਿਆਰ ਤਾਂ ਪਹਿਲੀ ਮੁਲਾਕਾਤ ਦੇ ਵਿੱਚ ਹੋ ਹੀ ਜਾਂਦਾ ਨਾ ਮੈਂ ਅਜੇ ਕੁਝ ਨਹੀਂ ਕਹਿ ਸਕਦੀ ਠੀਕ ਹੈ ਮੈਂ ਜੋ ਕਹਿਣਾ ਸੀ ਕਹਿਤਾ ਤੂੰ ਟਾਈਮ ਲੈਣਾ ਨਾ ਲੈ ਲੈ ਪਰ ਵੇਖੀ ਕਿਤੇ ਫੇਰ ਕੋਈ ਰਾਂਝਾ ਹੀਰ ਤੋਂ ਵਾਂਝਾ ਨਾ ਰਹਿ ਜੇ ਹੇ ਵਾਟ ਆਰ ਯੂ ਡੂਇੰਗ ਹੇਅਰ ਸਭ ਲੋਕ ਡਿਨਰ ਖਾ ਰਹੇ ਨੇ ਚਲ ਨਾ ਚਲਿਆ ਗਿਆ ਕੰਜਰ ਦਾ ਉਹ ਤੂੰ ਨਾਲ ਨਹੀਂ ਗਿਆ ਉਹਦੇ ਉਹ ਸਾਲਿਓ ਆਪਾਂ 에ਅਰਪੋਰਟ ਤੇ ਖੜੇ ਜਹਾਜ਼ ਆ ਇੱਕ ਇੱਕ ਕਰਕੇ ਸਾਰਿਆਂ ਨੇ ਉੱਡ ਜਾਣਾ ਇਹਦੇ ਚ ਬੁੱਥੀਆਂ ਲਟਕਾਉਣ ਵਾਲੀ ਕਿਹੜੀ ਗੱਲ ਹੈ ਜਸ਼ਨ ਤੂੰ ਬੀੜ ਲੈ ਕੇ ਆ ਯਾਰ ਉਹ ਕਿਹੜਾ ਸਾਲਾ ਉੱਥੇ ਆਪਾਂ ਨੂੰ ਯਾਦ ਕਰਦਾ ਹੋਊ ਕੁੱਕੂ ਬਾਈ ਤੁਹਾਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਚੱਲ ਫਿਰ ਮੁੜ ਚੱਲਦੇ ਹਾਂ ਰਹਿਣ ਦੇ ਵਿਆਹ ਸ਼ਾਹ ਦਾ ਚੱਕਰ ਚਾਹ ਕਮਲਿਆ ਇਸ ਤੋਂ ਪਹਿਲਾਂ ਕਿ ਤੇਰਾ ਮਾਇੰਡ ਚੇਂਜ ਹੋ ਜੇ ਚੜ ਜਾ ਜਹਾਜੇ ਜਾ ਕੇ ਖਿਆਲ ਰੱਖੀ ਆਪਣਾ ਜਾ ਕੇ ਕਾਲ ਕਰ ਦੇਈ ਸਾਲਾ ਭੈਣ ਸਾਥ ਛੱਡ ਗਿਆ ਯਾਰ ਕਿਉਂ ਤੂੰ ਦੀ ਘਰ ਵਾਲੀ ਸੀ ਉਹਨੂੰ ਘਰ ਵਾਲੀ ਲੱਭ ਗਈ ਤੇ ਲੈ ਕੇ ਉੱਡ ਗਈ ਇੱਕ ਦਿਨ ਆਪਾਂ ਨੂੰ ਵੀ ਲੱਭ ਜਾਣਗੀਆਂ ਤੇ ਆਪਾਂ ਵੀ ਉੱਡ ਜਾਵਾਂਗੇ ਕਿਉਂ ਭਲਵਾਨ ਤੂੰ ਬੋਲਦੇ ਨਹੀਂ ਵੇ ਉਹ ਯਾਰ ਮੈਂ ਨਹੀਂ ਵਿਆਹ ਪੂਜਾ ਕਰਾਉਣਾ ਇਹ ਕੁੜੀ ਜ਼ਿੰਦਗੀ 'ਚ ਆਈ ਨਹੀਂ ਯਾਰੀ ਦੋਸਤੀ ਤੇ ਭਰਾਵਾਂ 'ਚ ਫੁੱਟ ਪੈ ਜਾਂਦੀ ਆ ਦੇਖਿਆ ਨਾ ਮੇਰਾ ਵੱਡਾ ਭਰਾ ਵਿਆਹ ਹੋਇਆ ਨਹੀਂ ਤੇ ਭਰਜਾਈ ਐਂ ਲੈ ਕੇ ਉੱਡ ਗਈ ਉਹਨੂੰ ਉਹ ਤੂੰ ਕੀ ਜਾਣੇ ਯਾਰ ਤੂੰ ਕਦੇ ਘੁੱਟ ਪੀਤੀ ਨਹੀਂ ਤੈਨੂੰ ਕੀ ਪਤਾ ਪਹਿਲੇ ਖੁਸ਼ੀ ਨੂੰ ਦੁੱਗਣੇ ਕਰਨ ਦਾ ਏਦੂ ਵਧੀਆ ਤਰੀਕਾ ਹੋਰ ਹੈ ਹੀ ਨਹੀਂਗਾ ਇਹ ਕੰਮ ਨੂੰ ਗਲਤ ਕਰਨ ਦਾ ਵੀ ਯਾਰ ਮੈਂ ਤਾਂ ਐਂ ਕਹਿਣਾ ਵੇਖ ਦਿੰਦਾ ਇੱਕ ਜਹਾਜ਼ ਲੈਂਡ ਕਰੂ ਤੇ ਉਹਦੇ ਚ ਇੱਕ ਬਹੁਤ ਹੀ ਸੋਹਣੀ ਪੰਜਾਬਣ ਜੱਟੀ ਉਤਰੂ ਇਹ ਮੈਨੂੰ ਆਸਟ੍ਰੇਲੀਆ ਜਾਂ ਕਨੇਡਾ ਨਾਂ ਦੀ ਜੰਨਤ ਦੇ ਵਿੱਚ ਲੈ ਜਾਊਗੀ ਉਹ ਕੰਜਰੋ ਸੁਪਨਿਆਂ ਦੀ ਦੁਨੀਆ ਚ ਬਾਹਰ ਨਿਕਲੋ ਉਹ ਜੱਟੀ ਖਤਰਨਾਕ ਵੀ ਹੋ ਸਕਦੀ ਆ ਕੀ ਗੱਲ ਲੱਗੀ ਆ ਜਿਹੜਾ ਕਹਿ ਰਿਹਾ ਸੀ ਲੱਕ 28 47 ਵੇਟ ਤੇਰੀ ਮਾਂ ਦਾ ਤਾਂ ਹੋਣਾ ਨੀ ਜ਼ਰੂਰ ਤੇਰੀ ਭੈਣ ਦਾ ਹੋਣਾ ਮੈਂ ਕੀ ਕੀਤਾ ਜੀ ਮਾਈ ਸੈਲਫ ਸ਼ੈਂਡੀ ਫਰਮ ਰਜੋਰੀ ਗਾਣੇ ਜੀ ਐਮ ਮਾਈ ਸੈਲਫ ਸਹਿਜ ਫਰਮ ਪਟਿਆਲਾ ਸਹਿਜ ਕਮ ਔਨ ਸਹਿਜ ਤੂੰ ਆ ਗਏ ਮੈਨੂੰ ਤਾਂ ਇਹ ਸੀ ਕਿ ਤੂੰ ਕੱਲ ਆਣਾ ਓਏ ਬੇਵਕੂਫ
ਪੀਐਮ ਕਿਹਾ ਸੀ ਪੀਐਮ ਏਐਮ ਨਹੀਂ ਕਿਹਾ ਸੀਗਾ ਕੈਰੀ ਜੇ ਹੁਣ ਤੂੰ ਆਪਣੇ ਵਾਲਾਂ ਨੂੰ ਹੱਥ ਲੈ ਨਾ ਫਿਰ ਵੇਖ ਲਈ ਸਿਰਫ ਨਾ ਕੰਡਿਆਂ ਵਾਂਗੂ ਵਾਲ ਜੈਲ ਲਾ ਕੇ ਖੜੇ ਕਰਨੇ ਆਉਂਦੇ ਨੇ ਤੈਨੂੰ ਹੋਰ ਕੁਝ ਨਹੀਂ ਆਉਂਦਾ ਜਾਂਦਾ ਉਹ ਦੇਖ ਮੇਰੀ ਭੈਣ ਗੁੱਸਾ ਨਹੀਂ ਕਰਦਾ ਮਾਂ ਸਭ ਕਹਿੰਦੇ ਸ਼ਟ ਅਪ ਗੈਰੀ ਹੁਣ ਤੂੰ ਕੁਝ ਨਾ ਬੋਲ ਮੈਂ ਆ ਜਾਾਂਗੀ ਤੂੰ ਬਿਲਕੁਲ ਟੈਨਸ਼ਨ ਨਾ ਲੈ ਦਫਾ ਹੋ ਜਾ ਗੈਰੀ ਨਹੀਂ ਆਇਆ ਅਬੇ ਟੈਕਸੀ ਕਰਦੇ ਆ ਚੱਲ ਹਾਂ ਜਸ਼ਨ ਚੜਾ ਦਾ ਉਹਨੂੰ ਅਰੇ ਮੈਨੂੰ ਡਰਾਈਵਰ ਸਮਝਿਆ ਤੁਸੀਂ ਆਪ ਦਾਰੂ ਪੀ ਕੇ ਪੈ ਜਾਂਦੇ ਬੰਦੇ ਛੱਡਣ ਮੈਂ ਆਵਾਂ ਸਾਰੇ ਬਈ ਤੂੰ ਆਪ ਹੀ ਤਾਂ ਕਹਿੰਦਾ ਸੀ ਵੀ ਇੰਨੇ ਲੋਕਾਂ ਨੂੰ ਏਅਰਪੋਰਟ ਚੜਾਈਦਾ ਵੀ ਆਪਦੀ ਟੈਕਸੀ ਸਰਵਿਸ ਚਲਾ ਲਈਏ ਭਾਵੇਂ ਹਾਂ ਟੈਕਸੀ ਨਾ ਪਾਲਮਾ ਇੱਥੇ ਮੈਂ ਓਕੇ ਦਿਆ ਕਰਾਂ ਖੜ ਕੇ ਤੇ ਚਲੋ ਵੀ ਚਲੋ ਦਿੱਲੀ ਪੰਜਾਬ ਦਿੱਲੀ ਪੰਜਾਬ ਦਿੱਲੀ ਪੰਜਾਬ ਦਿੱਲੀ ਪੰਜਾਬ ਓਕੇ ਦਿਆ ਕਰਾਂ ਤੇ ਆ ਕੇ ਮੈਂ ਹਾਂਜੀ ਦਿੱਲੀ ਪੰਜਾਬ ਦਿੱਲੀ ਪੰਜਾਬ ਆਪਾਂ ਪੰਜਾਬ ਜਾਣਾ ਜਲਦੀ ਕਰੋ ਦੇਖੋ ਸਾਡੇ ਕੋਲ ਬਿਲਕੁਲ ਟਾਈਮ ਨਹੀਂ ਹੈਗਾ ਛੇਤੀ ਕਰੋ ਜਲਦੀ ਜਲਦੀ ਫੋਨ ਤੇ ਗੱਲ ਕਰ ਰਹੇ ਹਾਂ ਫੋਨ ਤੇ ਗੱਲ ਬਾਚੂ ਕਰ ਲਿਓ ਸਿੱਧੀ ਜੀ ਗੱਲ ਹੈਗੀ ਆ ਦੇਖੋ ਸਾਡੇ ਕੋਲ ਬਹੁਤ ਸਮਾਨ ਹੈਗਾ ਜਲਦੀ ਸਾਡਾ ਲਗੇਜ ਫੜੋ ਤੇ ਜਲਦੀ ਟੈਕਸੀ ਟੈਕਸੀ ਦਾ ਰੇਟ ਵੀ ਮੈਨੂੰ ਪਤਾ ਕਿੰਨਾ ਲੈਂਦੇ ਹੋ ਤੁਸੀਂ 12 ਰੁਪਏ ਪਰ ਕਿਲੋਮੀਟਰ ਮੈਂ ਤੁਹਾਨੂੰ ਟਿਪ ਵੀ ਦਵਾਂਗੀ ਤੁਸੀਂ ਗੱਲ ਸੁਣਦੇ ਹੋ ਨਾ ਕਿਸੇ ਸੁਣਨੀ ਹੈ ਤਾਂ ਸਿੱਧੀ ਜੀ ਗੱਲ ਹੈ ਪਤਾ ਤੁਸੀਂ ਟੈਕਸੀ ਡਰਾਈਵਰ ਹੋ ਅਸੀਂ ਟੈਕਸੀ ਤੇ ਜਾਣਾ ਤੁਸੀਂ ਪੰਜਾਬ ਜਾਣਾ ਅਸੀਂ ਪੰਜਾਬ ਜਾਣਾ ਪਟਿਆਲੇ ਅਸੀਂ ਜਾਣਾ ਆ ਸਾਡਾ ਲਗੇਜ ਚ ਲੈਣਾ ਹਾਂ ਵੀ ਜਸ਼ਨ ਸਾਡੇ ਦਿੱਲੀ ਪੰਜਾਬ ਵਾਲਾ ਕੰਮ ਅਜੇ ਸ਼ੁਰੂ ਵੀ ਨਹੀਂ ਕੀਤਾ ਪੈਸੰਜਰ ਤਾਂ ਆ ਵੀ ਗਏ ਵਧੀਆ ਗੱਲ ਆ ਬਾਈ ਰਾਜ ਜੀ ਲੱਗਿਆ ਰਹੂ ਪੈਸੇ ਠੋਕ ਕੇ ਲੈ ਲਈ ਬਾਈ ਜਮਾਂ ਠੋਕ ਕੇ ਹਾਂ ਜੋਨੀ ਬੋਕਰ ਦੀ ਬੋਤਲ ਬਣ ਜੂ ਹੈਲੋ ਤੁਸੀਂ ਨਾ ਆਪਣੀ ਡਰਾਈਵਿੰਗ ਵੱਲ ਧਿਆਨ ਦਿਓ ਪਲੀਜ਼ ਹਾਂ ਗਾਣੇ ਆਪਣੇ ਘਰ ਜਾ ਕੇ ਗਾਇਓ ਲੈ ਆ ਗਾਣੇ ਨੇ ਤਾਂ ਸਾਰਾ ਪੰਜਾਬ ਪੱਟਿਆ ਪਿਆ ਜੀ ਮੈਂ ਤਾਂ ਮੈਡਮ ਅਜੇ ਹੂੰ ਜੀ ਕੱਢੀ ਹੈ ਜੀ ਇਹ ਸਾਰਾ ਪੰਜਾਬ ਸੀੜੀਆਂ ਕਢਾਈ ਫਿਰਦਾ ਮੈਨੂੰ ਨਾ ਸਭ ਕੁਝ ਪਤਾ ਮੈਂ ਇੱਥੋਂ ਦੀ ਜਾਮ ਪਾਲਾਂ ਸਮਝ ਆਈ ਗੱਲ ਕੋਈ ਗੱਲ ਨਹੀਂ ਤੁਸੀਂ ਗਾਓ ਮੈਡਮ ਤੁਹਾਡੀ ਆਵਾਜ਼ ਨੂੰ ਕੀ ਹੋ ਗਿਆ ਜੀ ਹੁਣੇ ਤੁਸੀਂ ਹੋਰ ਤਰ੍ਹਾਂ ਬੋਲੀ ਜਾਂਦੇ ਸੀ ਹੁਣ ਹੋਰ ਤਰ੍ਹਾਂ ਬੋਲੀ ਜਾਂਦੇ ਹੈ ਮੈਂ ਕਹਿ ਰਹੀ ਆ ਮੈਡਮ ਆ ਪੰਜਾਬੀ ਤੁਸੀਂ ਬੋਲੀ ਉਹ ਵੀ ਇੰਨੀ ਵਧੀਆ ਹੈਲੋ ਮੇਰੀ ਫਰੈਂਡ ਨੂੰ ਬਹੁਤ ਵਧੀਆ ਪੰਜਾਬੀ ਆਉਂਦੀ ਹੈ ਸਮਝ ਆਈ ਗੱਲ ਕਮਾਲ ਹੋ ਗਿਆ ਜੀ ਇਸ ਵਿੱਚ ਕਮਾਲ ਕੀ ਹੈ ਕਿ ਮੈਂ ਪੰਜਾਬੀ ਨਹੀਂ ਬੋਲ ਸਕਦੀ ਨਹੀਂ ਨਹੀਂ ਬੋਲੋ ਜੀ ਜਮ ਜਮ ਬੋਲੋ ਸਾਡਾ ਤਾਂ ਸਗੋਂ ਪੰਜਾਬੀ ਦਾ ਹੋਰ ਸਰੋਤਾ ਵੱਧ ਗਿਆ ਜੀ ਤੇ ਫਿਰ ਗੱਲ ਸੁਣਾਓ ਨਾ ਜਿੰਨੇ ਪਿਆਰ ਨਾਲ ਤੁਸੀਂ ਕਹਿ ਰਹੇ ਹੋ ਜੀ ਮੈਂ ਤਾਂ ਸਾਰੀ ਜ਼ਿੰਦਗੀ ਢੋਲਕੀ ਤੇ ਬੈਠਾ ਰਹਾਂ ਕਮ ਔਨ ਗਾਣਾ ਸੁਣਾਓ ਨਾ ਓਕੇ ਯਾਰਾਂ ਦੇ ਯਾਰ ਹਾਂ ਦੁਨੀਆਂ ਦੇ ਸਰਦਾਰ ਹਾਂ ਕਰਦੇ ਸਭ ਨੂੰ ਪਿਆਰ ਹਾਂ ਕਦੀ ਦਿਲ ਤੇ ਗੱਲ ਨਾ ਲਾਈ ਅਸੀਂ ਯਾਰਾਂ ਦੇ ਯਾਰ ਹਾਂ ਦੁਨੀਆਂ ਦੇ ਸਰਦਾਰ ਹਾਂ ਕਰਦੇ ਸਭ ਨੂੰ ਪਿਆਰ ਹਾਂ ਕਦੀ ਦਿਲ ਤੇ ਗੱਲ ਨਾ ਲਾਈ ਕੰਮ ਵੀ ਕਰੀਏ ਖੇਤਾਂ ਵਿੱਚ ਸਰਪੰਚ ਬਣੇ ਪੰਚਾਇਤਾਂ ਵਿੱਚ ਹਾਂ ਅਸੀਂ ਕੰਮ ਵੀ ਕਰੀਏ ਖੇਤਾਂ ਵਿੱਚ ਸਰਪੰਚ ਬਣੇ ਪੰਚਾਇਤਾਂ ਵਿੱਚ ਭਾਵੇਂ ਰਹੀਏ ਅਸੀਂ ਵਲਾਇਤਾਂ ਵਿੱਚ ਭਾਵੇਂ ਰਹੀਏ ਅਸੀਂ ਵਲਾਇਤਾਂ ਵਿੱਚ ਖਾਈਏ ਹੱਕ ਦੀ ਅਸੀਂ ਕਮਾਈ ਅਸੀਂ ਯਾਰਾਂ ਦੇ ਯਾਰ ਹਾਂ ਦੁਨੀਆਂ ਦੇ ਸਰਦਾਰ ਹਾਂ ਕਰਦੇ ਸਭ ਨੂੰ ਪਿਆਰ ਹਾਂ ਕਦੀ ਦਿਲ ਤੇ ਗੱਲ ਨਾ ਲਾਈ ਓਏ ਅਸੀਂ ਯਾਰਾਂ ਦੇ ਯਾਰ ਹਾਂ ਦੁਨੀਆਂ ਦੇ ਸਰਦਾਰ ਹਾਂ ਕਰਦੇ ਸਭ ਨੂੰ ਪਿਆਰ ਹਾਂ ਕਦੀ ਦਿਲ ਤੇ ਗੱਲ ਨਾ ਲਾਈ ਪੰਜਾਬੀ ਕਹਿੰਦੇ ਨੇ ਨਾ ਬੜਾ ਫਖਰ ਨਾਲ ਲੈਂਦੇ ਨੇ
ਸਾਨੂੰ ਲੋਕ ਪੰਜਾਬੀ ਕਹਿੰਦੇ ਨੇ ਨਾ ਬੜਾ ਫਖਰ ਨਾਲ ਲੈਂਦੇ ਨੇ ਕਈ ਬਾਂਕੇ ਗੱਭਰੂ ਕਹਿੰਦੇ ਨੇ ਕਈ ਬਾਂਕੇ ਗੱਭਰੂ ਕਹਿੰਦੇ ਨੇ ਸਾਡੀ ਜੱਗ ਦੇ ਉੱਤੇ ਚੜ੍ਹਾਈ ਅਸੀਂ ਯਾਰਾਂ ਦੇ ਯਾਰ ਹਾਂ ਦੁਨੀਆਂ ਦੇ ਸਰਦਾਰ ਹਾਂ ਕਰਦੇ ਸਭ ਨੂੰ ਪਿਆਰ ਹਾਂ ਕਦੀ ਦਿਲ ਤੇ ਗੱਲ ਨਾ ਲਾਈ ਅਸੀਂ ਯਾਰਾਂ ਦੇ ਯਾਰ ਹਾਂ ਦੁਨੀਆਂ ਦੇ ਸਰਦਾਰ ਹਾਂ ਕਰਦੇ ਸਭ ਨੂੰ ਪਿਆਰ ਹਾਂ ਕਦੀ ਦਿਲ ਤੇ ਗੱਲ ਨਾ ਲਾਈ ਕਦੀ ਦਿਲ ਤੇ ਗੱਲ ਨਾ ਲਾਈ ਉਹ ਕਦੀ ਦਿਲ ਤੇ ਗੱਲ ਨਾ ਲਾਈ ਸੋਰੀ ਭੈਣ ਮੈਨੂੰ ਨਾ ਡੇਟ ਦੀ ਕਨਫਿਊਜ਼ਨ ਸੀ ਮੈਨੂੰ ਇਹ ਸੀ ਕਿ ਤੂੰ ਕੱਲ ਆਉਣਾ ਨਹੀਂ ਤਾਂ ਤੇਰੀ ਭੈਣ ਦੀ ਤੇਰੀ ਭੈਣ ਦੀ ਸੇਲੀ ਹੈ ਇਹਨੇ ਇੱਥੇ ਰਹਿਣਾ ਹਾਂ ਓ ਯੈਸ ਕਿੱਥੇ ਚੱਲਿਆ ਥੋੜੀ ਜੈਲ ਲਾਇਆ ਮੈਂ ਜੈਲ ਨਾ ਲਾ ਸਮਾਨ ਲਾ ਚੱਲ ਤੁਹਾਡੇ ਕਿੰਨੇ ਪੈਸੇ ਇਹ ਤਾਂ ਜੀ ਫਿਰ ਮੇਰੇ ਘਰਦਿਆਂ ਨੂੰ ਪਤਾ ਹੋਊਗਾ ਜੀ ਕਿੰਨੇ ਦਾ ਵੇਚਣਾ ਜੀ ਉਹਨਾਂ ਨੇ ਨਹੀਂ ਨਹੀਂ ਮੇਰਾ ਮਤਲਬ ਹੈ ਤੁਹਾਡੀ ਟੈਕਸੀ ਦੀ ਕਿੰਨੀ ਪੇਮੈਂਟ ਹੋਈ ਕਿਹੜੀ ਟੈਕਸੀ ਜੀ ਐਕਸਕਿਊਜ਼ ਮੀ ਨਾ ਤਾਂ ਮੇਰੀ ਟੈਕਸੀ ਹੈ ਜੀ ਨਾ ਮੈਂ ਟੈਕਸੀ ਡਰਾਈਵਰ ਹਾਂ ਇਹ ਮੇਰੀ ਪਰਸਨਲ ਕਾਰ ਹੈ ਮੈਂ ਤੁਹਾਨੂੰ ਕਟਸੀ ਸੇਖ ਛੱਡਣ ਆ ਗਿਆ ਜੀ ਇੱਥੇ ਹੋ ਤੇ ਕੁੜੀਆਂ ਦੇਖੇ ਮਸਤੀ ਸੁੱਜ ਗਈ ਸੀਗੀ ਉਦੋਂ ਤਾਂ ਬਹੁਤ ਸਮਾਨ ਚੱਕ ਚੱਕ ਕੇ ਉੱਤੇ ਰੱਖ ਰਹੇ ਸੀ ਤੇ ਹੁਣ ਕਹਿ ਰਹੇ ਹੋ ਕਿ ਇਹ ਗੱਡੀ ਟੈਕਸੀ ਨਹੀਂ ਤੇ ਮੈਂ ਟੈਕਸੀ ਡਰਾਈਵਰ ਨਹੀਂ ਵਾਹ ਜੀ ਵਾਹ ਇਹ ਨਾ ਇਹੀ ਰੀਜ਼ਨ ਹੈ ਕਿ ਤੁਸੀਂ ਬਾਹਰ ਦੇ ਲੋਕ ਨਾ ਇੰਡੀਆ ਆਉਣ ਤੋਂ ਘਬਰਾਉਂਦੇ ਹੋ ਕਿਉਂ ਕਿਉਂਕਿ ਇੱਥੇ ਇਹੋ ਜਿਹੇ ਲੋਕ ਮਿਲਦੇ ਨੇ ਜਿਹੜੇ ਇੱਕ ਨੰਬਰ ਦੇ ਝੂਠੇ ਤੇ ਮਕਾਰ ਹੁੰਦੇ ਨੇ ਚੀਟ ਕਰਦੇ ਫਿਰਦੇ ਨੇ ਮੈਂ ਕੁਝ ਬੋਲਣਾ ਜੀ ਮੈਨੂੰ ਬੋਲਣ ਦਾ ਮਤਲਬ ਕੀ ਗੱਲ ਹੈ ਸੱਚ ਪਲੀਜ਼ ਇਹ ਕੁਝ ਕਹਿਣਾ ਚਾਹੁੰਦਾ ਹੈ ਪਲੀਜ਼ ਇਹਨਾਂ ਦੀ ਗੱਲ ਤਾਂ ਸੁਣ ਤਨ ਹੈ ਤੂੰ ਇੰਪੋਰਟਡ ਦੇਵੀ ਜਿਨੇ ਇਸ ਅਦਨੇ ਜੇ ਭਗਤ ਦੀਆਂ ਮਨੋਭਾਵਨਾਵਾਂ ਨੂੰ ਸਮਝਿਆ ਔਰ ਇਸ ਦੇਸੀ ਦੇਵੀ ਨੂੰ ਚੁੱਪ ਕਰਾਇਆ ਵਰਨਾ ਦੇਸੀ ਦੇਵੀ ਤੇ ਮਾਈਕ ਹੀ ਨਹੀਂ ਦਿੰਦੀ ਕਿਸੇ ਨੂੰ ਹੈਲੋ ਕੀ ਕਹਿ ਰਹੇ ਹੋ ਤੁਸੀਂ ਸੱਚ ਪਲੀਜ਼ ਲੈਟ ਮੀ ਕੰਪਲੀਟ ਫਸਟ ਆਈ ਐਮ ਨਾਟ ਅ ਟੈਕਸੀ ਡਰਾਈਵਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਜੀਓਗ੍ਰਾਫੀ ਦੀ ਕੀਤੀ ਹੈ 27 ਕਿੱਲੇ ਪੈਲੀ ਹੈ ਵਾਈ ਖੇਤੀ ਕਰਦੇ ਹਾਂ ਜੀ ਔਰ ਮੈਂ ਆਪਣੇ ਦੋਸਤ ਨੂੰ 에어ਪੋਰਟ ਤੇ ਛੱਡਣ ਗਿਆ ਸੀਗਾ ਟੈਲੀਫੋਨ ਤੇ ਮੈਂ ਗੱਲ ਕਰ ਰਿਹਾ ਸੀ ਤੁਸੀਂ ਉੱਥੇ ਮੈਨੂੰ ਟੈਕਸੀ ਡਰਾਈਵਰ ਸਮਝ ਕੇ ਫਟਾਫਟ ਆ ਕੇ ਗੱਡੀ 'ਚ ਬਹਿ ਗਏ ਮੈਂ ਲੈ ਕੇ ਆਇਆ ਰਸਤੇ 'ਚ ਨਾ ਕੋਈ ਬਦਤਮੀਜ਼ੀ ਕੀਤੀ ਤੁਹਾਡੇ ਨਾਲ ਨਾ ਤੁਹਾਡੇ ਕੋਲ ਸਮਾਨ ਚੋਰੀ ਕੀਤਾ ਨਾ ਤੁਹਾਡੇ ਕੋਲ ਪੈਸੇ ਚੋਰੀ ਕੀਤੇ ਕਿਹਦੇ ਕਰਕੇ ਤੁਸੀਂ ਮੈਨੂੰ ਕਹਿ ਰਹੇ ਮੈਂ ਚੀਟ ਕਰਦਾ ਤੁਸੀਂ ਜੋ ਮੂੰਹ ਜਾਂਦਾ ਬੋਲੀ ਜਾਂਦੇ ਹੋ ਕਿਸੇ ਨੂੰ ਤੁਸੀਂ ਬੋਲਣ ਨਹੀਂ ਦਿੰਦੇ ਵੈਸੇ ਤੁਹਾਡੇ ਵਾਂਗੂ ਇਹ ਤਾਂ ਲਗਾਤਾਰ ਮੈਂ ਵੀ ਬੋਲ ਸਕਦਾ ਹੁਣ ਗੱਲ ਕਰੋ ਯੈਸ ਇਹ ਗਵਾਰ ਵੀ ਨਹੀਂ ਕਹਾ ਸੀ ਕਿ ਇਹ ਟੈਕਸੀ ਡਰਾਈਵਰ ਹੈ ਸੌਰੀ ਮੈਂ ਕਿਹਾ ਸੌਰੀ ਯਾਰ ਦੁਨੀਆ ਦੀ ਪਹਿਲੀ ਔਰਤ ਹੈ ਜਿਹੜੀ ਸੌਰੀ ਵੀ ਡਾਂਗ ਤੇ ਰੱਖ ਕੇ ਕਹਿੰਦੀ ਹੈ ਹੈਲੋ ਮੈਂ ਔਰਤ ਨਹੀਂ ਆ ਕੁੜੀ ਆ ਓ ਅਗੇਨ ਸੌਰੀ ਜੀ ਦੇਖੋ ਮੈਂ ਤੁਹਾਨੂੰ ਔਰਤ ਕਿਹਾ ਉਹਦੇ ਲਈ ਵੀ ਸੌਰੀ ਮੈਂ ਤੁਹਾਨੂੰ ਉੱਥੋਂ 에어ਪੋਰਟ ਤੋਂ ਤੁਹਾਡੇ ਘਰ ਲਿਆ ਕੇ ਡ੍ਰੌਪ ਕੀਤਾ ਕਟਸੀ ਸੇਕ ਉਹਦੇ ਲਈ ਵੀ ਸੌਰੀ ਜਿਹੜੀ ਫਿਊਚਰ 'ਚ ਕਿਤੇ ਗਲਤੀਆਂ ਮੇਰੇ ਤੋਂ ਹੋਣੀਆਂ ਉਹਦੇ ਲਈ ਵੀ ਸੌਰੀ ਠੀਕ ਹੈ ਜੀ ਬਾਈ ਦ ਵੇ ਆਈ ਐਮ ਐਨਾ ਮਾਈਸੈਲਫ ਕਮਲਜੀਤ ਸਿੰਘ ਹੂੰ ਪਿਆਰ ਨਾਲ ਕੁੱਕੂ ਕਹਿੰਦੇ ਜੀ ਕੁੱਕੂ ਨਾ ਕੁੱਕੂ ਨਹੀਂ ਜੀ ਕੁੱਕੂ ਕੁੱਕੂ ਇੱਥੇ ਨਾਲੀ ਪਿੰਡ ਹੈ ਜੀ ਅਮਾਮਪੁਰ 12-13 ਕਿਲੋਮੀਟਰ ਦੂਰ ਹੈ ਜੀ ਆਈਲ ਬੀ ਮੋਰ ਦੈਨ ਹੈਪੀ ਇਫ ਯੂ ਕਮ ਸਮ ਟਾਈਮ ਟੂ ਮਾਈ ਪਲੇਸ ਐਂਡ ਮਾਈ ਪੂਆ ਵਿਲ ਬੀ ਹੈਪੀ ਪੂਆ ਆਈ ਐਮ ਸੌਰੀ ਮੈਂ ਬਹੁਤ ਲੇਟ ਹੋ ਗਿਆ ਮੇਰੀ ਪੂਆ ਨੇ ਜਾਨ ਕੱਢ ਦੇਣੀ ਮੇਰੀ ਪੂਆ ਬਹੁਤ ਕੱਬੀ ਹੈ ਯੂ ਡੋਨਟ ਨੋ ਕੱਬੀ ਕੀ ਹੁੰਦਾ ਹੈ ਕਬੀ ਮਤਲਬ ਕਬੀ 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 ਮੀਨਸ ਵੈਰੀ ਨਾਈਸ ਪਰਸਨ ਹਾਂ ਵੰਡਰਫੁਲ ਅਮੇਜ਼ਿੰਗ ਪਰਸਨ ਹਾਂ ਇਹੀ ਹੁੰਦਾ ਓਹ ਓਕੇ ਓਕੇ ਯੂ ਆਲਸੋ ਵੈਰੀ ਕਬੀ ਟੇਕ ਕੇਅਰ ਗਾਇਸ ਸਹਿਜ ਇਟਸ ਅ ਬਿਊਟੀਫੁਲ ਪਲੇਸ ਯਾਰ ਐਨਾ ਇਹ ਮੇਰਾ ਪਿੰਡ ਹੈ ਐਂਡ ਯੂ ਵਿਲ ਲਵ ਇਟ ਸੀਰੀਅਸਲੀ ਅਸੀਂ ਇੱਥੇ ਬਹੁਤ ਮਜ਼ੇ ਕਰਾਂਗੇ ਚੱਲ ਚੱਲੀਏ ਓਏ ਓਏ ਸਾਲਾ ਕਿਹੜਾ ਮਰ ਗਿਆ ਤੁਹਾਡੇ ਚੋਂ ਸਾਰੇ ਕਮਰੇ ਦਾ ਮਾਹੌਲ ਹੀ ਖਰਾਬ ਕਰਕੇ ਰੱਖਦਾ ਪਹਿਲਾਂ ਸਾਲੇ ਮੁਰਗੇ ਖਾਈ ਜਾਂਦੇ ਨੇ ਫਿਰ ਬਾਂਗਾਂ ਦੇ ਜਾਂਦੇ ਨੇ ਓਏ ਖੜਾ ਹੋ ਤੂੰ ਪੈ ਜਾਣ ਸਿਰ ਕੀ ਕਰੀ ਜਾਂਦੇ ਓਏ ਖੜਾ ਹੋ ਤੂੰ ਓ ਕੀ ਆ ਯਾਰ ਸਾਲਾ ਕੋਈ ਤੇਰੀ ਅੱਜ ਇੰਟਰਵਿਊ ਇੰਟਰਵਿਊ ਨਹੀਂ ਤੂੰ ਜਾਣ ਦੀ ਸਿਹਤ ਬਣਾ ਹੈ ਸੌਣ ਦੇ ਸਾਨੂੰ ਲਹੂ ਪੀ ਜਾਂਦਾ ਉਹ ਸਿਆਣੇ ਕਹਿੰਦੇ ਨੇ ਵੀ ਬੰਦੇ ਨੂੰ ਉੱਠ ਕੇ ਕਸਰਤ ਕਰਨੀ ਚਾਹੀਦੀ ਆ
ਇਹਦੇ ਨਾਲ ਉਹਦੀ ਮਸ਼ੀਨਰੀ ਠੀਕ ਰਹਿੰਦੀ ਆ ਤੇ ਜਨਾਬ ਇੱਥੇ ਪਏ ਨੇ। ਉਹ ਯਾਰ ਤੂੰ ਆਪਦੀ ਮਸ਼ੀਨਰੀ ਠੀਕ ਕਰ, ਸਾਡੀ ਮਸ਼ੀਨਰੀ ਫਿੱਟ ਹੈਗੀ। ਉਹ ਸਾਲੇ ਜੀ ਤੁਹਾਡਾ ਇਹੀ ਹਾਲ ਰਿਹਾ ਨਾ, ਤੁਹਾਡੇ ਪਟੇ ਕਮਾਣੀਆਂ ਫੇਲ ਹੋ ਜਾਣੇ ਨੇ। ਜੇ ਤੁਸੀਂ ਐਵੇਂ ਦਾਰੂ ਪੀਂਦੇ ਰਹੇ ਤੁਹਾਡਾ ਜਿਗਰ ਖਰਾਬ ਹੋ ਜੂ, ਤੁਹਾਡਾ ਇੰਜਣ ਤੇਲ ਚੱਕ ਜੂ। ਉਹ ਤੂੰ ਜਸ਼ਨ ਸਾਲਿਆ ਪੜ੍ਹ ਲਿਖ ਕੇ ਸਾਰੀਆਂ ਖੂਹ ਖਾਤੇ ਪਾਈਏ ਨਾ, ਤੂੰ ਤਾਂ ਕੁਛ ਸੋਚ। ਯਾਰ ਪਹਿਲਾਂ ਤੂੰ ਹੀ ਦਵਾ ਲਾ ਨੌਕਰੀ, ਹੈ 150 ਇੰਟਰਵਿਊ ਦੇ ਲਈ, ਹਾਲੇ ਤੱਕ ਤਾਂ ਕੋਈ ਗੱਲ ਬਣੀ ਨਹੀਂ। ਸਵਾਰਿਸ਼ ਬਿਨਾਂ ਨਹੀਂ ਕੋਈ ਪੁੱਛਦਾ। ਓਏ ਤੂੰ ਜਗਤਾਰ, ਜਗਤਾਰ ਗੱਲ ਸੁਣ ਯਾਰ ਮੇਰੀ ਤੂੰ। ਕੁਛ ਬੰਦੇ ਪੈਦਾ ਹੁੰਦੇ ਨੇਗੇ ਐਸ਼ ਕਰਨ ਨੂੰ, ਹਾਂ, ਤੇ ਕੁਛ ਬੰਦੇ ਪੈਦਾ ਹੁੰਦੇ ਨੇ ਉਹਨਾਂ ਦੀ ਸੇਵਾ ਕਰਨ ਨੂੰ। ਆਹੋ ਆਪੋ ਆਪਣੀ ਡਿਊਟੀ ਕਰੋ। ਸਾਲੇ ਖਟਮਲ ਕਿਸੇ ਥਾਂ ਤੇ, ਮੇਰਾ ਲਹੂ ਨਹੀਂ ਪੀ ਚੁੱਕਿਆ ਇਹਨਾਂ ਨੇ। ਇਹ ਯਾਰੀ ਵੀ ਬਹੁਤ ਮਾੜੀ ਚੀਜ਼ ਆ। ਆ ਬਈ ਕਿੱਥੇ ਰਹਿਣਾ ਅੱਜ ਕੱਲ, ਤੇਰੀ ਬੁੜੀ ਨੂੰ ਪੁੱਛਿਆ ਉਹ ਸਾਨੂੰ ਅੱਗੋਂ ਖਾਣ ਨੂੰ ਪਈ। ਵੈਸੇ ਤਾਂ ਭੂਆ ਮੇਰੀ, ਬਾਕੀ ਤੁਹਾਡੇ ਚ ਜੰਮਣ ਵਾਲੀ ਨੂੰ ਬੁੜੀ ਕਹਿੰਦੇ ਹੁੰਦੇ। ਕਰਮੇ ਬਾਈ ਮਾਮਲਾ ਕੁਛ ਤੱਤਾ ਲੱਗਦਾ, ਠੰਡਾ ਕਰਨਾ ਪੈਣਾ। ਕੋਈ ਗੱਲ ਨੀ, ਪਾ ਦਿੰਦੇ ਇਹਦੇ ਰੇਡੀਏਟਰ ਚ ਵੀ ਪਾਣੀ, ਨਹੀਂ ਤਾਂ ਫਿਰ ਨਹਿਰ ਚ ਸੁੱਟ ਦਿਆਂਗੇ। ਹਾਂ ਬਾਈ ਦੱਸ ਕੀ ਫੈਸਲਾ ਤੇਰਾ? ਫੈਸਲਾ ਮੇਰਾ ਉਹੀ ਹੈ ਜੀ ਜਿਹੜਾ ਪਹਿਲਾਂ ਸੀ। ਮੈਂ ਕਿਹੜਾ ਤਹਿਸੀਲਦਾਰ ਵੀ ਪੈਸੇ ਲੈ ਕੇ ਫੈਸਲਾ ਬਦਲ ਦੂੰ। ਉਹ ਗੱਲ ਸੁਣੋ ਮੇਰੀ, ਤੇਰੀ ਹਾਈਵੇ ਬਾਰੇ ਟੱਕ ਤੇ ਜੋ ਪੈਸੇ ਸਰਦਾਰ ਜੀ ਦੇ ਸਕਦੇ ਨੇ ਨਾ, ਕਿਸੇ ਨੇ ਨਹੀਂ ਦੇਣੇ। ਸਰਦਾਰ ਜੀ ਤਾਂ ਜੀਟੀ ਰੋਡ ਦੇ ਪੈਸੇ ਵੀ ਦੇ ਸਕਦੇ ਆ, ਗਵਰਨਮੈਂਟ ਵੇਚ ਦੂਗੀ। ਨਾ ਨਾ ਦੀ ਹਾਂ ਤਾਂ ਸਾਨੂੰ ਚੰਗੀ ਤਰ੍ਹਾਂ ਕਰਵਾਉਣੀ ਆਉਂਦੀ ਹੈ। ਹੈਲੋ, ਕਿੱਥੇ ਹੋ ਕੁੱਕੂ ਸਾਹਿਬ? ਮੈਂ ਇੱਧਰ ਕਰਮਾ ਬਾਈ ਆਇਆ ਸੀ। ਇਹਦੇ ਕੋਲ ਹੀ ਬੈਠੇ ਦੇ ਕੋਲ, ਗਧੇ ਦੇ ਪੁੱਤਰ ਕੋਲ। ਨਹੀਂ ਨਹੀਂ ਭਰਾ, ਆਪਣਾ ਭਰਾ ਤੇ ਹੈ, ਪਰ ਤੁਸੀਂ ਐ ਕਰੋ ਮੇਰੇ ਵੱਲ ਆਓ, ਆਪਾਂ ਕਿਤੇ ਕੰਮ ਜਾਣਾ। ਅੱਛਾ, ਮੈਂ ਫਿਰ ਕਰਮੇ ਬਾਈ ਨੂੰ ਨਾਲ ਹੀ ਲੈ ਆਵਾਂ। ਉੱਪਰੇ ਯਾਰ ਇਹਨੂੰ ਸੁੱਟ ਟੱਠੇ ਖੋ ਵਿੱਚ, ਇਹ ਤਾਂ ਵਿਹਲਾ ਹੈ, ਨਾਲੇ ਇਹਨੂੰ ਸਾਨੂੰ ਵਿਹਲੇ ਰੱਖਣਾ ਹੈ, ਛੇਤੀ ਆਓ, ਨਾਲੇ ਸਕੰਜਰ ਨੂੰ ਨਾਲ ਲੈ ਲਿਓ। ਚਲੋ ਫਿਰ ਮੈਂ ਆਉਣਾ ਬਾਈ ਜੀ। ਪਤਾ ਨਹੀਂ ਗਲਤੀ ਨਾਲ ਸਪੀਕਰ ਲੱਗਾ ਰਹਿ ਗਿਆ, ਆਫ ਹੀ ਨਹੀਂ ਕਰਨਾ ਆਉਂਦਾ। ਕੌਣ ਸੀ ਇਹ ਦੱਸ ਜਿਹੜਾ ਮੈਨੂੰ ਗਾਲਾਂ ਕੱਢੀ ਜਾਂਦਾ ਸੀਗਾ? ਚਲੋ ਛੱਡੋ ਜੀ, ਹੁਣ ਤੁਸੀਂ ਐਵੇਂ ਕਾਹਨੂੰ ਗਰਮ ਹੁੰਦੇ ਹੋ? ਉਹ ਦਰਅਸਲ ਉਹਨੂੰ ਪਤਾ ਨਹੀਂ ਸੀ ਸਪੀਕਰ ਲੱਗਾ ਹੋਇਆ, ਹੁਣ ਤੁਹਾਨੂੰ ਪਿੱਠ ਪਿੱਛੇ ਤਾਂ ਸਾਰੇ ਗਾਲਾਂ ਕੱਢਦੇ ਆ, ਉਹ ਮੂੰਹ ਤੇ ਕੱਢੀ ਗਿਆ ਜੀ। ਤੂੰ ਇਹਦਾ ਨਾਂ ਦੱਸ, ਨਾਂ ਦੱਸ, ਨਹੀਂ ਤਾਂ ਤੇਰਾ ਮੱਕੂ ਠੱਪ ਦੇਣਾ ਵਾ। ਮੇਰਾ ਨਾਂ ਕਾਹਨੂੰ ਤੁਸੀਂ ਗਰਮ ਹੁੰਦੇ ਹੋ? ਨੰਬਰ ਲੈ ਲਓ ਇਹਦਾ, ਹੋਰ ਕੀ ਹੈ? ਹਾਂ ਨੰਬਰ ਦੱਸ, 140 7 20 10 7 20 10 ਜਗਤਾਰ ਨਾਮ ਹੈ ਜੀ। ਮੇਰਾ ਕੰਮ ਤਾਂ ਗੱਡੀ ਦੀ ਸਰਵਿਸ ਕਰਨਾ, ਤੂੰ ਫੋਨ ਕੱਟ ਯਾਰ ਆਇਆ ਲੈ। ਜੀ ਮੈਨੂੰ ਮਾਹੌਲ ਕੁਛ ਠੀਕ ਨਹੀਂ ਲੱਗਦਾ, ਟੋਲੇ ਛੋਲੇ ਖਰਾਬ ਕਰਨਗੇ, ਸਕੂਲ ਤੋਂ ਬਾਅਦ ਤਾਂ ਮੈਂ ਕਿਤੇ ਕੁੱਟ ਵੀ ਨਹੀਂ ਖਾਈ, ਕੀ ਕਰੀਏ, ਨਿਕਲ ਚੱਲੀਏ ਬਹਿ ਬਹਿ ਕੇ? ਛੇਤੀ ਕਰੋ। ਹੈਲੋ, ਭੱਜਣ ਦਾ ਖਿਆਲ ਦਿਮਾਗ ਚੋਂ ਕੱਢ ਦਿਓ, ਬਾਹਰ ਨਿਕਲਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਨੇ। ਬਾਈ ਜੀ ਆਪਣੇ ਕਰਮੇ ਬਾਈ ਦਾ ਮਜ਼ਾਕ ਕਰਨ ਦੀ ਬਹੁਤ ਆਦਤ, ਦੱਸ ਬਾਈ। ਹਾਂ ਬਾਈ ਜੀ, ਮੈਂ ਤਾਂ ਜੀ ਤੁਹਾਡੇ ਨਾਲ ਐਵੇਂ ਛੇੜਾਂ ਕਰਦਾ ਸੀਗਾ ਜੀ, ਵੈਸੇ ਅਸੀਂ ਸਾਰੇ ਜਾਣੇ ਨਾ ਜੀ ਅਹਿੰਸਾ ਦੇ ਪੁਜਾਰੀ ਹੈ ਜੀ, ਅਹਿੰਸਾ ਦੇ ਬਾਈ ਜੀ। ਪਰ ਮੈਨੂੰ ਮਜ਼ਾਕ ਪਸੰਦ ਨਹੀਂ, ਪਹਿਲ ਕਰੀ ਦੀ ਨਹੀਂ, ਤੇ ਜੇ ਕੋਈ ਖੁਦ ਪੰਗਾ ਲਵੇ ਫਿਰ ਬਿਨਾਂ ਸਰਵਿਸ ਕੀਤੇ ਜਾਣ ਦੇਈਦਾ ਨਹੀਂ। ਬੋਲੋ, ਇਕੱਠੇ ਭਿੜੋਗੇ ਜਾਂ ਫਿਰ ਇਕੱਲਾ ਇਕੱਲਾ? ਇਕੱਲਾ ਇਕੱਲਾ। ਚੱਲ ਓਏ, ਓਏ ਤੂੰ ਖੜਾ ਕੀ ਕਰਦਾ, ਤੂੰ ਚੱਲ। ਓਏ ਤੂੰ ਕਾ ਯਾਰ, ਓਏ
ਕਰਮ ਸਿੰਘ ਸੰਧੂ ਭਾਈ ਜੀ ਮੈਂ ਤਾਂ ਜੀ ਕੁੱਤਾ ਬਾਈ ਜੀ ਪਟਾ ਲਿਆਓ ਗੱਲ ਚ ਪਾਓ ਤੇ ਪਾਲ ਲਓ ਜੀ ਕੁੱਤੇ ਰੱਖਣ ਦਾ ਸ਼ੌਕ ਤਾਂ ਮੈਨੂੰ ਵੀ ਬਹੁਤ ਆ ਪਰ ਸਾਲਿਆ ਤੇਰੀ ਨਸਲ ਚੰਗੀ ਨਹੀਂ ਗੜ ਤੇਰੀ ਕੁਤੀੜ ਦੀ ਵੇਖ ਪੁੱਤ ਮੈਂ ਕਹਿੰਦੀ ਹਾਂ ਆਪਾਂ ਉਹ ਜ਼ਮੀਨ ਵੇਚ ਹੀ ਦਈਏ ਉਹਦੇ ਬਦਲੇ ਆਪਾਂ ਇਸ ਪਾਸੇ ਹੋਰ ਜ਼ਮੀਨ ਖਰੀਦ ਲਾਂਗੇ ਤਾਂ ਕੱਲ ਨੂੰ ਇਸ ਪਾਸੇ ਜ਼ਮੀਨ ਪਸੰਦ ਆ ਗਈ ਤਾਂ ਅਸੀਂ ਉਸ ਪਾਸੇ ਖਰੀਦ ਲਾਂਗੇ ਮਤਲਬ ਉਹ ਮਦਾਰੀ ਹੋ ਗਿਆ ਤਾਂ ਅਸੀਂ ਬਾਂਦਰ ਹੋ ਗਏ ਜਿਵੇਂ ਨਚਾਈ ਜਾਵੇ ਨੱਚੀ ਜਾਈਏ ਹਾਂ ਸਾਡੇ ਮਾਲ ਤੇ ਸ਼ਾਪਿੰਗ ਮਾਲ ਬਣਾਉਣਾ ਚਾਹੁੰਦਾ ਸਾਲਾ ਬਣਾਉਣ ਦੇ ਨਾਂ ਨੂੰ ਮੈਂ ਵੱਢ ਨਾ ਦਊਂ ਆਹੋ ਪਹਿਲਾਂ ਤੇਰੇ ਮਾਂ ਬਾਪ ਚਲੇ ਗਏ ਹੁਣ ਤੂੰ ਆ ਪੁੱਠੀਆਂ ਜਿਹੀਆਂ ਗੱਲਾਂ ਕਰੀ ਜਾਂਦਾ ਮੈਂ ਆਪਣੀ ਸਾਰੀ ਜ਼ਿੰਦਗੀ ਤੇਰੇ ਤੇ ਵਿੰਨੀ ਦੇ ਲੇਖੇ ਲਾ ਦਿੱਤੀ ਨਾ ਕਾਹਦੇ ਲਈ ਆਹ ਦਿਨ ਵੇਖਣ ਨੂੰ ਤੈਨੂੰ ਕਿੰਨੀ ਵਾਰੀ ਕਿਹਾ ਭੂਆ ਵੀ ਏਕਤਾ ਕਪੂਰ ਦੇ ਸੀਰੀਅਲ ਨਾ ਦੇਖਿਆ ਕਰ ਮਿੰਟ ਚ ਇਮੋਸ਼ਨਲ ਹੁੰਨੀ ਆ ਤੂੰ ਹੈ ਨਾ ਉਹਨਾਂ ਦਾ ਧੱਕਾ ਵੀ ਚੱਲਦੇ ਸਾਡਾ ਕਾਨੂੰਨ ਵੀ ਨਾ ਚੱਲੇ ਇਹ ਤਾਂ ਉਹ ਗੱਲ ਹੋ ਗਈ ਨਾ ਜੀ ਵੀ ਤੁਹਾਡੀ ਅੱਖ ਅੱਖ ਤਾਂ ਸਾਡੀ ਅੱਖ ਡੇਲਾ ਆਹੋ ਸਿਆਣਾ ਹੋ ਗਿਆ ਹੁਣ ਤੂੰ ਤੈਨੂੰ ਮੇਰੀ ਲੋੜ ਨਹੀਂ ਹੈ ਕਰੀ ਜਾ ਆਪਣੀਆਂ ਮਰਜ਼ੀਆਂ ਜੇ ਤੈਨੂੰ ਵਿਆਹ ਨੂੰ ਕਹਿੰਦੀ ਹੈ ਤਾਂ ਉਹਦੇ ਲਈ ਨਹੀਂ ਤੂੰ ਮੰਨਦਾ ਤੇ ਭੂਆ ਪਹਿਲਾਂ ਬਿੰਨੀ ਦਾ ਕਰਦੇ ਆਪਾਂ ਬਿੰਨੀ ਦੇ ਹੱਥ ਪੀਲੇ ਕਰਨ ਵਾਲਿਆ ਤੇ ਮੇਰੇ ਤਾਂ ਹੱਥ ਵਿੱਚ ਵਿਆਹ ਦੀ ਲਕੀਰ ਹੀ ਹੈ ਨਹੀਂ ਅਜੇ ਮੈਂ ਹੋਰ ਸੋਚਦਾ ਭੂਆ ਪਹਿਲਾਂ ਆਪਾਂ ਇੱਕ ਅੱਛਾ ਜਿਹਾ ਸੋਹਣਾ ਜਿਹਾ ਸੁੰਦਰ ਜਿਹਾ ਪਿਆਰਾ ਜਿਹਾ ਫੁੱਫੜ ਨਾ ਲੱਭ ਲਈਏ ਛੇੜ ਜਾ ਮਰ ਜਾਣਾ ਕਿਸੇ ਥਾਂ ਦਾ ਡਰਾਮੇ ਬਾਜ਼ ਨਾ ਹੋਵੇ ਤਾਂ ਸ਼ਾਬਾਸ਼ ਹੋ ਮੇਰੇ ਸ਼ੇਰੋ ਉਹ ਕਹਿ ਜੀ ਸ਼ਕਲਾਂ ਬਣਾ ਕੇ ਖੜੇ ਹੋ ਮੇਰੇ ਸਾਹਮਣੇ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਇੱਧਰ ਕਰੀ ਇਹ ਸਾਲੇ ਕਿਵੇਂ ਥੋਬੜੇ ਬਣਾ ਕੇ ਆਏ ਨੇ ਭਾਈ ਜੀ ਇਹਦੇ ਮੂੰਹ ਤੇ ਤਾਂ ਕੋਈ ਇਹੋ ਜਿਹੀ ਥੌਮ ਨਹੀਂ ਬਚੀ ਜਿੱਥੇ ਮੈਂ ਛਿੱਤਰ ਮਾਰ ਸਕਾਂ ਦੋ ਤਿੰਨ ਚਾਰ ਸਾਲਿਆ ਬਾਕੀ ਦੋ ਕਿੱਥੇ ਨੇ ਹੋਏ ਉਹ ਬਾਈ ਜੀ ਬਾਕੀ ਦੇ ਦੋ ਜਣੇ ਜੀ ਹਸਪਤਾਲ ਦਾਖਲ ਆਣੇ ਜੀ ਹਸ ਤੂੰ ਸਾਲਿਆ ਸਬੂਤਾਂ ਹੀ ਫਿਰਦਾ ਤੂੰ ਮੈਂ ਤੁਹਾਨੂੰ ਕਿਸੇ ਖਾਸ ਕੰਮ ਲਈ ਭੇਜਿਆ ਸੀ ਤੇ ਤੁਸੀਂ ਕੁੱਟ ਖਾ ਕੇ ਆ ਗਏ ਬਾਈ ਜੀ ਗਏ ਤਾਂ ਸਾਰੇ ਅਸੀਂ ਕੁੱਕੂ ਵਾਲੀ ਸੀਗੇ ਜੀ ਪਰ ਉਹਨੇ ਪਤਾ ਨਹੀਂ ਸਾਨੂੰ ਕਿਹੜੇ ਚੱਕਰਾਂ ਚੱਲ ਜਾਤਾ ਜੀ ਅੱਛਾ ਉਹਨੇ ਚੱਕਰਾਂ ਚੱਲ ਜਾਤਾ ਤੇ ਤੁਸੀਂ ਅੜਜ ਗਏ ਤੁਹਾਡਾ ਆਪਣਾ ਦਿਮਾਗ ਤਾਂ ਕੋਈ ਹੈ ਨਹੀਂ ਮੈਂ ਤਾਂ ਘਰ ਗਿਆ ਸੀਗਾ ਮਿਲਣ ਵਾਸਤੇ ਉੱਥੇ ਪਤਾ ਲੱਗਿਆ ਕਿ ਫਾਰਮ ਹਾਊਸ ਤੇ ਹੈ ਹੁਕਮ ਦੱਸੋ ਕੀ ਸੇਵਾ ਕਰਾਂ ਮੈਂ ਸੋਚਿਆ ਤੁਸੀਂ ਵੀ ਇਹਨਾਂ ਦੇ ਦਰਸ਼ਨ ਕਰ ਲੋ ਵਾਹ ਬਈ ਵਾਹ ਲੱਗਦਾ ਚੰਗੀ ਸੇਵਾ ਹੋਈ ਹੈ ਇਹਨਾਂ ਦੀ ਬੇਟਾ ਕੋਈ ਦੰਦ ਤੱਕ ਨਹੀਂ ਟੁੱਟਿਆ ਥਾਣੇਦਾਰ ਉਹ ਬੰਦੇ ਅੰਦਰ ਹੋਣੇ ਚਾਹੀਦੇ ਜਿਨ੍ਹਾਂ ਨੇ ਕੰਮ ਕੀਤਾ ਸਰਦਾਰ ਸਾਹਿਬ ਪਹਿਲਾਂ ਮਾੜਾ ਜਿਹਾ ਮੇਰੇ ਦਿਮਾਗ ਤੇ ਚਾਨਣਾ ਤਾਂ ਪਾਓ ਕਿ ਇਹ ਪੰਗਾ ਇਹਨਾਂ ਨੇ ਲਿਆ ਕਿਸ ਤਰ੍ਹਾਂ ਤੇ ਜੇ ਇਹਨਾਂ ਨੇ ਬੂਥੀਆਂ ਤੁੜਾਈ ਲਈਆਂ ਸੀ ਤਾਂ ਪਹਿਲਾਂ ਸਿੱਧਾ ਮੇਰੇ ਕੋਲ ਆਉਂਦੇ ਆਪਾਂ ਇਹਨਾਂ ਦਾ ਮੈਡੀਕਲ ਕਰਵਾਉਂਦੇ ਕੋਈ FIR ਦਰਜ ਕਰਦੇ ਨਹੀਂ ਚਪਲੀਆਂ ਨਾ ਮਾਰ ਮੈਡੀਕਲ ਰਿਪੋਰਟ ਮਿਲ ਜੂਗੀ ਉਹ ਬੰਦੇ ਅੰਦਰ ਹੋਣੇ ਚਾਹੀਦੇ ਆ ਬਾਈ ਜੀ ਜੇ ਆਪਣੇ ਵਾਲਾ ਮਸਲਾ ਨਾ ਖਬਰਾਂ ਚ ਆ ਗਿਆ ਆਪਣਾ ਤਾਂ ਬਣਦਾ ਕੰਮ ਵਿਗੜ ਜੂਗਾ ਆ ਟੈਲੀਵਿਜ਼ਨ ਵਾਲੇ ਤਾਂ ਸਾਲੇ ਖਬਰਾਂ ਭਾਲਦੇ ਫਿਰਦੇ ਆ ਬਈ ਨਾਲੇ ਜੇ ਕੁੱਕੂ ਨੇ ਬਿਆਨ ਦੇਤਾ ਨਾ ਵੀ ਮੇਰੀ ਜ਼ਮੀਨ ਧੱਕੇ ਨਾਲ ਖਰੀਦਣ ਨੂੰ ਫਿਰਦੇ ਅਗਲੇ ਫੇਰ ਆਪਣਾ ਗੱਲ ਤਾਂ ਨਿਬੜ ਜੂ ਨਾ ਗੱਲ ਤਾਂ ਤੇਰੀ ਠੀਕ ਆ ਚਲੋ ਕੋਈ ਗੱਲ ਹੈ ਜੇ ਸਰਦਾਰ ਜੀ ਖਾਤਰ ਮਾੜੀ ਮੋਟੀਆਂ ਸੱਟਾਂ ਖਾਣੀਆਂ ਵੀ ਪੈ ਗਈਆਂ ਤਾਂ ਕੀ ਹੋ ਗਿਆ ਹੈ ਚਲੋ ਸ਼ਾਬਾਸ਼ ਚਲੋ ਚਲੋ ਪਲਾਨ ਬਣਾ ਕੇ ਚਲੋ ਸ਼ਾਬਾਸ਼ ਸ਼ਾਬਾਸ਼ ਦੁੱਧ ਚ ਹਲਦੀ ਪਾ ਕੇ ਜ਼ਰੂਰ ਪੀ ਲਿਓ ਚੰਗਾ ਫਿਰ ਮੈਂ ਚੱਲਾਂ ਸਰਦਾਰ ਜੀ ਦੇਖੀ ਆਪਣੇ ਹੱਥ ਦੀ ਚਮੜੀ ਨਾ ਰਗੜ ਲਈ
ਜਗਦਰ ਸਿੰਘ ਸਿੰਘ ਇਹਨੂੰ 5000 ਰੁਪਏ ਦੇ। गल कोई नी सरदार साहब, गल ही कोई नी, पूरे 1000 कमीने मरे सीगे ताहे उजागर जम्या सीगा। चंगा फिर, सत श्री अकाल एंड कॉपी टू ऑल। मेरा मगरमच्छ है साला, मैनू ते जमा भरोसा नहीं। भाई देख लियो, एक दिन अपनी जोड़ा च बैठूगा। वो सारे कटिया ते गंदे कम पता नहीं कर सकते, इहो जिहे बंदे भी चाहीदे हुंदे आ। पापा तुसीं इह सोच भी किवें लिया कि मैं किसी भी मुंडे नाल व्याह कर लांगी? क्यों, तू व्याह करवाना ही नहीं? तेरी हुण व्याह दी उम्र है, सारे रिश्तेदार हुण तक मैनूं कह रहे हैं कुड़ी नूं कल्ली नूं बाहर भेज दिता। पापा मैं ये नहीं कह रही कि मैं व्याह नहीं करवाना, पर इस तरह किसी अनजान मुंडे नाल मैं व्याह नहीं करावांगी। मम्मा तुसी चुप क्यों, कुछ तो कहो। देखो जी, कुड़ी कल ही तो आई है ते हुणे तुसी इहदे पिछे पै गए हो, नाले हौली बोलो, सहज की सहेली सुनूगी तो की सोचूगी? क्यों, बाहर उसे व्याह नहीं होंगे? मैं तेन भेजन के हक च नहीं सी, सिर्फ तेरे जोर पाने भेजे इन्हू मैं। हूँ जे कनेडा जाऊगी ना तो सिर्फ व्याह करा के जाऊगी। पापा पर यह भी गल पक्की है, ऐदा मैं भी व्याह नहीं करांगी। की कहा तो फिर मेरी भी पक्की गल सुन लै, जे तू ऐतकी कनेडा जाएगी ना तो मेरे पसंद किए मुंडे व्याह करा के जाएगी। तेरे वास्ते कई मुंडे देखी फिरदे आ जिहड़े बाहर जाण वास्ते 30-35 लाख रुपया चुके फिरदे आ। ओ तू चुप कर ओए, एवें ना बलदी ते तेल पाई जा। बलदी ते तेल पाई जा। मम्मा की ये गल सच है कि पापा मेरे रिश्ते लई पैसों की गलबात कर रहे ने? सहज पुत, तू छड्ड इन्हां गल्लां नूं, है तू जा उपर जा आपदी सहेली दे कोल। इहदा मतलब इह गल सच है, पुराने जमाने विच ना लोग अपनी धीआं दा सौदा करदे सी या गरीब लोग अपनी धीआं नूं वेचदे सी, पर मेरे पापा कमाल ने। नहीं नहीं ते इह गल नहीं है। जे इह गल नहीं है ना मम्मा ते रखो मेरे सिर ते हाथ ते कहो जो कह रही कह रहा झूठ है, रखो। लग गया पता मैनूं। अपना लगेज पैक कर ला। आज भी जेट लैग वी नहीं उठ रहे हैं। और मैं अपना बैग च पूरा खोले या भी नहीं, फिर तो होर भी वधिया गल है, खोलन दी लोड भी नहीं। ओके इफ यू आर अनकंफर्टेबल आई मूव टू होटल। ओ यार केहो जी गल कर रही है, मैं ही तो तेनू इंडिया लेके आई हूँ। दरअसल गल है कि आपा दोवे घर तो गुम हो रहे हैं। We are running away. अच्छा। What? ठीक है जा। चुप चुप।
We are vanishing? Bhej raha? Why? I'll tell you. मेरे डैड मेरी मर्जी तो खिलाफ मेरा व्याह कर रहे ने। उन्होंने लंबी लाइन लाई हुई है मुंडिया दी। जे मैं इत्थे रही ना, वो मेरा व्याह पक्का कर देंगे। पर वो किस तरह के इंच कर सकते ने? He can do it. वो तेनु फोर्स नहीं कर सकते। I go and set him right. Oh, बैठ जा। मेरे डैड नु लालच आ गया। जिस भी मुंडे दी फैमिली उन्होंने 30 to 40 lakh देगी, मतलब 3 to 4 million, मेरे डैड उहदे नाल मेरा व्याह कर देंगे। It's crazy. Let me talk to your father. मैं उसनु सीधा कर दवांगी। ओहो है ना, तू नहीं समझा सकती। असी बस इथों कल भज रहे हैं। गल सुन, कल सवेरे गैरी साडा समान लैके पहला ही घर तो बाहर होवेगा। असी सिर्फ घर की पिछली कंध तप के इथों खिसकना है। कंध? वॉल मतलब दीवार। Sounds like Indian movie. Indian movie, which heroine अपने घर तो इसी तरह का escape करती है। Good, very exciting. बच बच के चल मुंडिया किधरे डैडी ना आया। गैरी, वो कहते चले आ सवेरे सवेरे। ओ डैडी जी, जिम में चले सी गई। ਅੱਜ ਅਚਾਨਕ ਜਿਮ ਦਾ ਚਾਹ ਕੇ ਆ ਗਿਆ ਤੈਨੂੰ ਇਹ? ਅੱਗੇ ਤੇ 12-12 ਵਜੇ ਤੱਕ ਸੁੱਤਾ ਪੈਣੇ ਉੱਠਦਾ ਤੂੰ। ਮੈਂ ਸੋਚਿਆ ਸਿਹਤ ਬਣੀ ਰਹਿੰਦੀ ਹੈ ਤੇ ਬਾਕੀ ਮਾਨ ਸਾਹਿਬ ਵੀ ਕਹਿੰਦੇ ਨੇ ਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ। ਮੈਨੂੰ ਲੱਗਦਾ ਗਾਉਣ ਦਾ ਭੂਤ ਅਜੇ ਤੇਰੇ ਦਿਮਾਗ ਤੋਂ ਉਤਰਿਆ ਨਹੀਂ। ਨਹੀਂ ਉਤਰ ਗਿਆ ਡੈਡੀ, ਹੁਣ ਤਾਂ ਕਾਫੀ ਫਰਕ ਆ ਅੱਗੇ ਨਾਲ। ਚੰਗਾ, ਜਿਮ ਜਾ ਕੇ ਨਾ ਵਾਪਸ ਆ ਕੇ ਆਪਣੇ ਕੰਮ ਦੀ ਸਾਰ ਵੀ ਲਿਆ ਕਰ। ਠੀਕ ਹੈ ਜੀ, ਠੀਕ ਹੈ, ਮੈਂ ਜਾਵਾਂ ਜੀ ਹੁਣ। ਜਾ। ਠੀਕ ਹੈ। ਠੀਕ ਆ ਸੱਚੇ ਪਾਤਸ਼ਾਹ, ਮੈਂ ਪੀਤੀ ਹੋਈ ਆ। ਮੇਰੇ ਘਰ ਵਾਲੀ ਮੈਨੂੰ ਜੁੱਤੀਆਂ ਮਾਰਦੀ ਆ। ਓਏ ਹੁਣ ਤੂੰ ਵੀ ਸ਼ੁਰੂ ਹੋ ਗਿਆ ਮਾਰਿਆ ਪੁੱਤਾ। ਨਹੀਂ ਪੀਂਦਾ, ਨਹੀਂ ਪੀਂਦਾ ਪਰਮਾਤਮਾ, ਨਹੀਂ ਪੀਂਦਾ। ਪਰ ਰੱਬ ਜੀ ਦੀ ਆਵਾਜ਼ ਜਨਾਨੀਆਂ ਵਰਗੀ ਕਿਉਂ ਹੋ ਗਈ ਆ? ਓਏ ਪਾਰਵਤੀ ਮਾਂ ਦੀ ਆਵਾਜ਼ ਜਨਾਨੀਆਂ ਵਰਗੀ ਹੋਏਗੀ ਨਾ? ਉਰਿਆ ਤੂੰ ਪਾਰਵਤੀ ਮਾਈ ਆ, ਪਰ ਲੱਗਦੀ ਤੇ ਬੜੀ ਛੋਟੀ ਆ। ਚਲੋ ਸ਼ੁਕਰ ਆ ਤੁਸੀਂ ਮੈਨੂੰ ਪਛਾਣਿਆ ਤਾਂ ਸਹੀ, ਮੇਰੇ ਘਰ ਵਾਲੀ ਤਾਂ ਮੈਨੂੰ ਗਧਾ ਹੀ ਸਮਝੀ ਜਾਂਦੀ। ਕੋਈ ਗੱਲ ਨੀ, ਕੋਈ ਗੱਲ ਨੀ, ਸਾਨੂੰ ਪਤਾ ਲੱਗ ਗਿਆ ਤੂੰ ਘੋੜਾ, ਉਹ ਵੀ ਬਹੁਤ ਵਧੀਆ ਵਾਲਾ। ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਕਿ ਮੈਨੂੰ ਸੁਰੱਖਿਆ ਦੀ ਲੋੜ ਹੈ, ਮੇਰੀ ਜਾਨ ਨੂੰ ਖਤਰਾ ਹੈ? ਕਾਕਾ ਜੀ, ਮੈਂ ਇਸ ਇਲਾਕੇ ਦਾ ਥਾਣੇਦਾਰ ਹਾਂ, ਸਾਨੂੰ ਪੂਰੀ ਖਬਰ ਹੁੰਦੀ ਹੈ। ਗੱਲ ਇਸ ਤਰ੍ਹਾਂ ਹੈ, ਸਰਦਾਰ ਕਮਲਜੀਤ ਸਿੰਘ ਉਰਫ ਕੁੱਕੂ ਜੀ ਕਿ ਸਵੇਰੇ ਸਵੇਰੇ ਆਪਣਾ ਦਿਮਾਗ ਹੁੰਦਾ ਹੈ ਠੰਡਾ, ਤੇ ਉਸ ਤੋਂ ਬਾਅਦ ਮੁਲਜ਼ਮਾਂ ਨਾਲ ਡੀਲ ਕਰਦਿਆਂ ਕਰਦਿਆਂ ਦਿਮਾਗ ਨੂੰ ਬੁਖਾਰ ਚਾ ਚੜ ਜਾਂਦਾ ਹੈ। ਗੱਲ ਇਸ ਤਰ੍ਹਾਂ ਹੈ ਛੋਟੇ ਵੀਰ ਕਿ ਤੂੰ ਜ਼ਿੱਦੀ ਬਹੁਤ ਹੈ। ਜ਼ਿੱਦੀ ਤਾਂ ਮੈਂ ਹੈਗਾ ਜੀ। ਉਹ ਸਰਦਾਰ ਹਰਨਾਮ ਸਿੰਘ ਬਹੁਤ ਵੱਡਾ ਕੁੱਤੇ ਦਾ ਪੁੱਤਰ ਹੈ ਜੀ, ਤੁਹਾਡੇ ਇਲਾਕੇ ਸਾਰਾ ਗੰਦ ਹੀ ਉਹਨੇ ਪਾਇਆ ਪਿਆ। ਇਲੈਕਸ਼ਨਾਂ 'ਚ ਬੂਥ ਕੈਪਚਰਿੰਗ, ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ਾ, ਨਸ਼ੇ ਵੀ ਸਾਰੇ ਉਹ ਵੇਚਦਾ ਜੀ ਇਲਾਕੇ ਦੇ ਵਿੱਚ, ਉਹਨੂੰ ਨੱਥ ਪਾਓ। ਮੈਂ ਤਾਂ ਕਹਿੰਦਾ, ਮੈਂ ਉਹੀ ਸਮਝਾਉਣ ਵਾਸਤੇ ਤੈਨੂੰ ਬੁਲਾਇਆ ਸੀਗਾ ਕਿ ਉਹਨਾਂ ਨੇ ਤੇਰੇ ਖਿਲਾਫ ਰਿਪੋਰਟ ਲਿਖਾਈ ਹੈ। ਜੇ ਮੈਂ ਚਾਹਾਂ ਤਾਂ ਤੈਨੂੰ ਅੰਦਰ ਕਰ ਸਕਦਾ, ਪਰ ਨਹੀਂ, ਦਰਅਸਲ ਤੂੰ ਬੰਦਾ ਬੜਾ ਚੰਗਾ ਹੈ,
ਇਸ ਲਈ ਤੂੰ ਜ਼ਿੱਦ ਛੱਡ ਦੇ ਤੇ ਆਪਣੀ ਜ਼ਮੀਨ ਵੇਚ ਦੇ। ਹਾਂ ਤੁਸੀਂ ਧਰਮ ਸੰਕਟ ਚ ਪਾਤਾ ਜੀ। ਦੱਸੋ ਤੁਸੀਂ ਕਹੀ ਜਾਂਦੇ ਹੋ ਜ਼ਮੀਨ ਵੇਚ ਦੇ ਤਾਂ ਆਈ ਜੀ ਸਾਹਿਬ ਕਹੀ ਜਾਂਦੇ ਕਿ ਆਪਾਂ ਵਿਆਹ ਦੇ ਟੈਂਟ ਹੀ ਉਸ ਜ਼ਮੀਨ ਚ ਲਾਉਣੇ ਆ। ਹੁਣ ਮੈਂ ਕਿਹਦੀ ਮੰਨਾਂ ਜੀ? ਆਈ ਜੀ ਸਾਹਿਬ ਕਿਹਦੇ ਵਿਆਹ ਦੇ ਟੈਂਟ? ਤੁਹਾਨੂੰ ਨਹੀਂ ਪਤਾ? ਲੈ ਆਈ ਜੀ ਸਾਹਿਬ ਦੀ ਭਤੀਜੀ ਦੀ ਮੰਗਣੀ ਹੋਈ ਆ ਨਾ ਜੀ ਮੇਰੇ ਨਾਲ। ਓ ਰਾਮ ਕਪਾਲ ਇੱਥੇ ਖੜਾ ਖੜਾ ਮੇਰਾ ਮੂੰਹ ਕੀ ਦੇਖੀ ਜਾਂਦਾ? ਜਾਂ ਗੋਪਾਲ ਤੋਂ ਪਾਈਆ ਬਰਫੀ ਤੇ ਜਲੇਬੀਆਂ ਲੈ ਕੇ ਆ। ਇੱਕ ਮਿੰਟ, ਉਹ ਗੋਪਾਲ ਮੈਨੂੰ ਲੱਗਦਾ ਪਾਈਆ ਬਰਫੀ ਦਿੰਦਾ ਨਹੀਂ ਜੀ। ਹਾਂਜੀ ਹਾਫ ਕੇ ਜੀ ਕਰਾ ਲਈ। ਗੱਲ ਇਸ ਤਰ੍ਹਾਂ ਛੋਟੇ ਵੀਰੇ ਕਿ ਜੋ ਹੀ ਮੈਨੂੰ ਪਤਾ ਲੱਗਿਆ ਕਿ ਹਰਨਾਮ ਦੇ ਬੰਦੇ ਇਹ ਤੁਹਾਡੇ ਕੋਲ ਗਏ, ਮੈਂ ਇੱਕਦਮ ਐਕਸ਼ਨ ਲਿਆ। ਆਈ ਮਾਂ ਛੋਟੇ ਵੀਰੇ, ਮੈਂ ਚਾਹੁੰਦਾ ਹਾਂ ਕਿ ਮੇਰੀ ਬਦਲੀ ਮੰਡੀ ਗੋਬਿੰਦਗੜ੍ਹ ਦੀ ਹੋ ਜਾਏ। ਤੈਨੂੰ ਤਾਂ ਪਤਾ ਹੀ ਹੈ ਨਾ ਕਿ ਉੱਥੇ ਲੋਹੇ ਦੇ ਵੱਡੇ ਵੱਡੇ ਵਪਾਰੀ ਹੈ ਤੇ ਆਪਣੀ ਗੁੱਡੀ ਦਾ ਵਿਆਹ ਵੀ ਕਰਨਾ ਹੈ ਨਾ। ਗੁੱਡੀ ਦਾ ਵਿਆਹ ਕਿਸੇ ਲੋਹੇ ਦੇ ਵਪਾਰੀ ਨਾਲ ਕਰਨਾ ਜੀ? ਨਹੀਂ, ਲੋਹੇ ਦੇ ਵਪਾਰੀ ਕੁਛ ਕਰਨਗੇ ਤਾਂ ਹੀ ਤਾਂ ਗੁੱਡੀ ਦਾ ਵਿਆਹ ਹੋ। ਓ ਮੈਂ ਸਮਝ ਗਿਆ ਜੀ, ਇਹ ਤਾਂ ਕੋਈ ਮਸਲਾ ਨੀ, ਕਰਾ ਦਿੰਦੇ ਅਦਲਾ ਬਦਲੀ ਜੀ। ਉੱਥੋਂ ਕਿਸੇ ਦੀ ਅਦਲਾ, ਤੁਹਾਡੀ ਇਧਰੋਂ ਬਦਲੀ। ਠੀਕ ਹੈ ਭਾਜੀ, ਫਿਰ ਚਲੀਏ ਅਸੀਂ। ਹਾਂ ਚਲੋ ਨਿਕਲੋ ਤੁਸੀਂ। ਹਾਂ ਖਿਆਲ ਰੱਖਿਓ ਸਾਡਾ ਫਿਰ। ਹਾਂ ਖਿਆਲ ਹੀ ਖਿਆਲ ਹੈ, ਬਸ ਡਿਊਟੀ ਕਰਦੇ ਰਹੋ ਵਧੀਆ ਢੰਗ ਨਾਲ। ਹੈ ਠੀਕ ਹੈ, ਚੰਗਾ ਵੀ ਮੁੰਡਿਓ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਐਂਡ ਯੂ ਟੂ। ਹੈਲੋ ਹੈਲੋ ਬਾਈ, ਮੈਂ ਕਦੇ ਇਮੇਜਿਨ ਵੀ ਨਹੀਂ ਕੀਤਾ, ਮਤਲਬ ਸੋਚਿਆ ਵੀ ਨਹੀਂ ਜੀ ਕਿ ਤੁਸੀਂ ਇਦਾਂ ਕਦੇ ਸਾਡੇ ਘਰ ਆ ਜਾਓਗੇ। ਕਿਹੋ ਜੀ ਗੱਲ ਕਰਦੇ ਹੋ ਕੁੱਕੂ ਜੀ, ਤੁਸੀਂ ਸਾਡੀ ਇੰਨੀ ਹੈਲਪ ਕੀਤੀ ਤੇ ਅਸੀਂ ਤੁਹਾਡੇ ਘਰ ਵੀ ਨਾ ਆਈਏ, ਥੈਂਕਸ ਕਰਨ। ਨਹੀਂ ਨਹੀਂ ਕਿਉਂ ਨਹੀਂ ਜੀ, ਬਲਕਿ ਮਤਲਬ ਇਹ ਤਾਂ ਤੁਹਾਡਾ ਮਤਲਬ ਆਪਣਾ ਹੀ ਘਰ ਹੈ ਜੀ। ਦੇਖਿਆ ਨਾ, ਮੈਂ ਕਹਿੰਦੀ ਸੀ ਨਾ ਕਿ ਕੁੱਕੂ ਜੀ ਬਹੁਤ ਹੀ ਵਧੀਆ ਬੰਦੇ ਨੇ। ਇਹਨਾਂ ਨੇ ਕਿਹਾ ਹੀ ਨਾ ਇਹ ਸਾਡਾ ਆਪਣਾ ਹੀ ਘਰ ਹੈ ਤੇ ਆਪਣੇ ਘਰ ਤਾਂ ਅਸੀਂ ਕੁਛ ਦਿਨ ਰਹਿ ਹੀ ਸਕਦੇ ਹਾਂ। ਹਾਂਜੀ ਲੈ, ਮੈਂ ਤਾਂ ਸਰਸਰੀ ਗੱਲ ਕਰੀ ਸੀ, ਇਹ ਜ਼ਿਆਦਾ ਇਮੋਸ਼ਨਲ ਹੋ ਗਈ ਹੈ। ਉਹ ਸੱਚਿਆ ਪਾਤਸ਼ਾਹ ਵਾਹਿਗੁਰੂ ਕਿੱਥੇ ਫਸਾ ਤਾ ਜੀ, ਇਹਨਾਂ ਨੂੰ ਅਜੇ ਭੂਆ ਦਾ ਪਤਾ ਨਹੀਂ ਹੈ। ਭੂਆ ਜੀ, ਬੂਆ ਕੁੱਕੂ ਆ ਗਿਆ ਤੂੰ, ਨਾ ਕਿੱਥੇ ਨਿਕਲ ਗਿਆ ਸੀ ਸਵੇਰੇ ਸਵੇਰੇ? ਮੈਂ ਭੂਆ ਉਹ ਅੱਛਾ ਤੇ ਤੁਸੀਂ ਉਹ ਭੂਆ ਜੀ? ਭੂਆ ਜੀ ਸਤਿ ਸ਼੍ਰੀ ਅਕਾਲ, ਤੁਸੀਂ ਨਾ ਬਿਲਕੁਲ ਉਹ ਜਿਹੇ ਹੋ ਜਿਹੋ ਜਿਹੇ ਕੁੱਕੂ ਜੀ ਨੇ ਦੱਸਿਆ ਸੀ। ਯੈਸ ਭੂਆ ਜੀ, ਤੁਸੀਂ ਬਹੁਤ ਕਵੀ ਹੋ। ਕੀ ਕਿਹਾ? ਮੈਂ ਕਬੀ ਹਾਂ? ਕਿਹਨੇ ਕਿਹਾ ਤੁਹਾਨੂੰ ਵੀ ਮੈਂ ਕਬੀ ਹਾਂ? ਕੁੱਕੂ ਨੇ ਕਿਹਾ ਤੁਸੀਂ ਬਹੁਤ ਕਵੀ ਹੋ। ਭੂਆ ਜੀ ਮੈਨੂੰ ਨਾ ਬਹੁਤ ਜ਼ਰੂਰੀ ਕੰਮ ਯਾਦ ਆ ਗਿਆ, ਮੈਂ ਜ਼ਰਾ ਜਾ ਕੇ ਆਇਆ ਸਰਪੰਚ। ਤੂੰ ਠਹਿਰ ਜਾ, ਦੱਸਦੀ ਹਾਂ ਤੈਨੂੰ ਪਤਾ, ਤੂੰ ਜ਼ਰਾ ਮੁੜ ਕੇ ਆ, ਮੈਂ ਦੱਸਦੀ ਹਾਂ ਤੈਨੂੰ ਵੀ ਮੈਂ ਕਬੀ ਹਾਂ। ਤੇਰੀਆਂ ਟੰਗਾਂ ਨਾ ਭੰਨੀਆਂ ਨਾ ਤਾਂ ਭੂਆ ਨਾ ਕਹੀਂ ਮੈਨੂੰ। ਕਬੀ ਇਸ ਅ ਬੈਡ ਵਰਡ? ਬੁਰੀ ਗੱਲ ਹੈ? ਨਹੀਂ ਨਹੀਂ ਵਧੀਆ ਗੱਲ ਹੈ। ਭੂਆ ਜੀ ਜਾਣ ਦੋ ਨਾ ਗੁੱਸੇ ਨੂੰ, ਆਹ ਮੇਰੀ ਸਹੇਲੀ ਹੈ, ਕੈਨੇਡਾ ਤੋਂ ਆਈ ਹੈ, ਇਹਨੂੰ ਪਤਾ ਨਹੀਂ ਸੀ ਤੇ ਕੁੱਕੂ ਜੀ ਨੇ ਬਸ ਮਜ਼ਾਕ ਕੀਤਾ ਸੀ। ਮੈਂ ਵੀ ਸਭ ਸਮਝਦੀ ਹਾਂ ਧੀਏ, ਕੁੱਕੂ ਬਹੁਤ ਸ਼ੈਤਾਨ ਹੈ, ਨਿਰਾ ਆਪਣੇ ਪਿਓ ਵਰਗਾ। ਪਰ ਤੁਸੀਂ ਦੋਵੇਂ ਕਿੱਥੋਂ ਟੱਕਰ ਗਈਆਂ ਉਹਨੂੰ? ਭੂਆ ਜੀ ਸਭ ਕੁਝ ਬਾਹਰ ਹੀ ਦੱਸੀਏ ਕਿ ਅੰਦਰ ਵੀ ਬੁਲਾਵੋਗੇ? ਹਾਂ ਸੱਚ, ਮੇਰੀ ਤਾਂ ਨਾ ਕੁੱਕੂ ਨੇ ਮਾਤੀ ਮਾਰ ਕੇ ਰੱਖਤੀ। ਆਜੋ ਆਜੋ ਅੰਦਰ ਆਜੋ ਆਜੋ। ਜਗਤਾਰਿਆ, ਓ ਜਗਤਾਰਿਆ, ਜਗਤਾਰਿਆ, ਜਗਤਾਰ ਬਾਈ ਤੂੰ ਤਿਆਰ ਨਹੀਂ ਹੋਇਆ ਯਾਰ, ਆਪਾਂ ਕੁੱਕੂ ਬਾਈ ਦੇ ਘਰੇ ਜਾਣਾ ਸੀ ਅੱਜ, ਚੱਲ ਚੱਲੀਏ ਛੇਤੀ। ਆਜਾ ਮੈਨੂੰ ਕੰਮ ਕਰਨ ਦਿਓ, ਮੈਂ ਸ਼ਾਮ ਤੱਕ ਦੋ ਗੱਡੀਆਂ ਤਿਆਰ ਕਰਕੇ ਦੇਣੀਆਂ ਨੇ। ਬਾਈ ਯਾਰ ਸਮਝਾ ਕਰ ਯਾਰ, ਉਹਨਾਂ ਦੇ ਘਰੇ ਨਾ ਦੋ ਬੜੀਆਂ ਸੋਹਣੀਆਂ ਕੁੜੀਆਂ ਆਈਆਂ, ਉਹ ਵੀ ਕੈਨੇਡਾ ਤੋਂ। ਉਹ ਸ਼ੇਖ ਚਲੀ ਦੇ ਪੋਤੇ ਹੋ, ਜਦ ਦਫਾ ਹੋ ਜਾਓ। ਅੱਜ ਕੱਲ੍ਹ ਦੀਆਂ ਕੁੜੀਆਂ ਬਹੁਤ ਸਮਾਰਟ ਨੇ, ਉਹ ਮੁੰਡਿਆਂ ਦੇ ਜ਼ਮੀਨਾਂ ਦੇਖਦੀਆਂ ਨੇ, ਕੰਮ ਕਾਜ ਦੇਖਦੀਆਂ ਨੇ, ਬੈਂਕ ਬੈਲੈਂਸ ਦੇਖਦੀਆਂ ਨੇ, ਤੇ ਤੁਸੀਂ ਦੋਨੇ ਸਾਲੇ ਨਿਕੰਮੇ। ਤੇ ਜਸ਼ਨ ਇਹ ਪੜ੍ਹ ਲਿਖ ਕੇ ਨਿਕੰਮਾ, ਤੇ ਇੱਧਰ ਜਨਾਬ ਦੀਪ ਜੀ ਇਹ ਸਾਲੇ ਨੇ 5 ਸਾਲ ਚ ਬੀਏ ਕੀਤੀ ਆ ਯਾਰ, ਪੱਕੀ ਕੀਤੀ ਹੈਗੀ। ਤੇ ਜੇ ਦੋਹਾਂ ਨੂੰ ਕੰਮ ਕਰਨ ਨੂੰ ਕਹੋ, ਮੌਤ ਪੈਂਦੀ ਹੈ ਜਨਾਬ ਨੂੰ। ਬਾਈ ਤੂੰ ਗੱਲ ਸੁਣ, ਬਾਈ ਗੱਲ ਸੁਣ, ਆ ਦੇਖ ਮਾੜਾ ਜਾ
गौर ना दे आ साडियां सोहणियां सोहणियां शक्लां हैं तैनू लगदा वी इह कम करन वास्ते बणियां ने असीं तां राज करन नूं बणिया राज हां ओ कंगाल नगर दे राज हो जां दफा जो इत्थों मैनूं कम कर लैण दिओ माफ करो मैनूं तैनूं किवें माफ कर सकदे असीं तूं ते साडा वीर है ओ तां हां भरा है ओ वी हां भाई बापा अन्न दाता गड्डी दाता ओ वी हां गड्डी ओ सुखी ना ना भाई चाह नहीं पीनी आ डांग ले अज इना बेलना दी सर्विस करिए भाई गल सुन ला जे तू साडी मदद ना कीती असि इत्थे फाहा लाके नहीं इत्थे फाहा लाके मर जांगे सुसाइड ओ रस्सा दे दे इना नु नहीं कैंसल यार देख जगतार भाई ओ अपना कुकू भाई भुखण पाणा भुआ दे डर तो पता नहीं किथे लुके बैठा हां आपा ओनु घरे छड्ड के आणा हां नाले भुआ दे परौंठे आलू वाले हां भाई जीरा पाके धनिया पाके भाई लस्सी नाल दही दा टोंगा सुखी तू इंजन पट गेरा मैं अपने भरावां दा काम हो गया आया ना ये घूमन नाल ता कुछ नहीं बनना घूमन ना कुछ नहीं बनना हुण सिद्धू साहब आउणगे की जवाब दूं उहनां नूं मैं वी कुड़ी घरों भज गई आ जिहड़े काम तुसीं करन चले सी ना कुड़ी ने ता घरों भज्जणा ही सी मैं क्या सीधी तरह दस दे मैनूं कुड़ी गई आ किथे ओ जिथे भी गई आ उत्थे कोई खतरा नहीं है उहनूं किन्ने अफसोस की गल है मेरी धी पूरे साल बाद घर वापस आई ते उहदा अपना ही प्यो उहदा दुश्मन बन के सामने खड़ा हो गया तुसीं आप ही दसो जे आपदे आप नूं बचाउण लई ओह किते होर चली गई तां की माड़ा करता उहने अच्छा हुण मैं उहदा दुश्मन बन गया ओह एडे चावां नाल लाडा नाल उहनूं मैं पालिया पढ़ाया बाहर जाण दा खर्चा कीता ते हुण इन्नी आप मुहारी हो गई है कि प्यो दा पसंद कीता मुंडा उहदे नक्क थल्ले नहीं आउंदा ना जे एक वारी मुंडे नूं मिल लैंदी तां फिर की हो चलिया सी पता नहीं किथे भज गई है किन्ना वधिया लगदा ना इत्थे फ्रेंड्स कोल किन्ना टाइम है एक दूजे लई ते कैनेडा विच सब डॉलरां पिछे भजदे ने किसी कोल वेल नहीं है ते इत्थे सारे वेले आ जगतार ते जशन भी वेले ही सी पहला हुण मैं अपनी वर्कशॉप दे विच इन्हां नूं कम देता ए तेरा इंजन मिसिंग करन लग गया जगतार बहुत वधिया मकैनिक है अपनी वर्कशॉप दा हेड मकैनिक ते जशन जी अपना अकाउंट देखदे ने और ए साडा जिहड़ा दीप है ना जी इन्हे तां जिद फड़ ली कि मैं तां कनेडा जाना ही नहीं भावें किन्ने भी रिश्ते आ जाण ए कनेडा जाना ही नहीं चाहुंदा नहीं क्योंकि कहिंदा मेरी वर्कशॉप बहुत वधिया चलदी है मैं तां वेल सेटल आ मैं किवें जा सकदा है ना नहीं जा सकदा नहीं ही इज राइट प्रैक्टिकल गल है नहीं गल सही है मुंडे दी भाई जी मैं इदां नहीं किया हैगा नहीं नहीं किया तां ए नहीं तुसीं पर थोड़े कहण दा सार यानी कि सेंट्रल आईडिया तां आही सी ना ये वाकई भाई देखो वर्कशॉप छड़ के किवें जा सकदा नहीं नहीं वर्कशॉप तां जगतार संभालू क्यों जगतार नहीं नहीं मैं जनाब दा नौकर ते मालिक बिना नौकर कादा राइट पता मैनू भी कैनेडा जाण दा बहुत शौक सीगा लेकिन उत्थे जाके पता लग्या किन्नी मेहनत करनी पैंदी है ओ यार जिहड़ा बंदा कैनेडा जाणा चाहुंदा है ओहदे वल कोई देख नहीं रिहा मैं सहज नूं किन्नी वार कहा कि मेरे वास्ते कोई कैनेडा तों कुड़ी लभ दे पर किथे तू कोई काम धंधा तां कर ले कुड़ी लभ दे बह जा आपां नहीं करना काम तों थोड़े बाई दी ना सॉरी ਤੁਹਾਡੇ ਬਾਈ ਦੇ ਨਾਲ ਇੱਕ ਵਾਰੀ ਕੈਸਟ ਆ ਜਾਂਦੇ ਹੋ ਪਟਾਕੇ ਪਾ ਦੂੰ ਪਟਾਕੇ ਸਾਰਿਆਂ ਨੂੰ ਖੁੰਝੇ ਲਾ ਦੂੰ ਕਿਉਂ ਦੀ ਬਾਈ ਉਹ ਰਿਸ਼ਤੇ ਤਾਂ ਸਾਡੇ ਜਗਤਾਰ ਨੂੰ ਵੀ ਆਉਂਦੇ ਆ ਕੈਨੇਡਾ ਤੋਂ ਪਰ ਇਹ ਸਾਡੇ ਭਾਈ ਸਾਹਿਬ ਕੈਨੇਡਾ ਵਿਆਹ ਕਰਾ ਕੇ ਜਾਣਾ ਨਹੀਂ ਚਾਹੁੰਦੇ ਕਿਉਂਕਿ ਇਹ ਵੈਸੇ ਵੀ ਬਜਰੰਗ ਬਲੀ ਦੇ ਯਾਨੀ ਕਿ ਹਨੂਮਾਨ ਜੀ ਦੇ ਭਗਤ ਹੈ ਇਹਨਾਂ ਦੇ ਖਾਨਦਾਨ 'ਚ ਵਿਆਹ ਕਰਾਉਂਦਾ ਰਿਵਾਜ ਹੀ ਹੈ ਨਹੀਂ ਓ ਮਾਈ ਗੋਡ ਪਰ ਜਗਤਾਰ ਕਿਵੇਂ ਜੰਮੇ ਆ ਵੈਲਿਡ ਕੁਐਸਚਨ ਸਾਡਾ ਕੀ ਆ ਸਾਡੇ ਖਾਨਦਾਨ ਤਾਂ ਜੀ ਜਵਾਕ ਰੂੜੀਆਂ ਦੇ ਪੈ ਲੱਭਦੇ ਆ ਰੂੜੀਆਂ ਮੇਰੀ ਤਾਂ ਸਮਝ ਨਹੀਂ ਆ ਰਿਹਾ ਸਰਦਾਰ ਜੀ ਖਾਵਾਂ ਤੇ ਕਿਵੇਂ ਖਾਵਾਂ ਮੇਰਾ ਤਾਂ ਜੀ ਮੱਚੀ ਜਾ ਰਿਹਾ ਮੈਨੂੰ ਲੱਗਦਾ ਇਹ ਕੁੱਕੂ ਵਾਲਾ ਕੇਸ ਮੇਰੇ ਵੱਸ ਦਾ ਹੈ ਨਹੀਂ ਕਿਉਂ ਉਹ ਸਾਲਾ ਤੇਰੇ ਕਬਜ਼ੇ ਲੱਗ ਕੇ ਆ ਗਿਆ ਉਸ ਤੋਂ ਵੀ ਵੱਧ ਤਰੱਕੀ ਕਰ ਗਿਆ ਸਰਦਾਰ ਸਾਹਿਬ ਆਈਜੀ ਸਾਹਿਬ ਦਾ ਜਵਾਈ ਸਾਰੇ ਮਹਿਕਮੇ ਦਾ ਜਵਾਈ ਹੁੰਦਾ ਮੈਂ ਤਾਂ ਛੋਟਾ ਜਿਹਾ ਥਾਣੇਦਾਰ ਹਾਂ ਦੱਸੋ ਮੈਂ ਕੀ ਕਰਾਂ ਮੈਨੂੰ ਲੱਗਦਾ ਇਹਦਾ ਦਿਮਾਗ ਹਿੱਲ ਗਿਆ ਬਾਈ ਜੀ ਉਹ ਜੇ ਕੁੱਕੂ ਦਾ ਰਿਸ਼ਤਾ ਕਿਤੇ ਹੋਇਆ ਹੁੰਦਾ ਤਾਂ ਮੇਰੀ ਵਾਈਫ ਨੂੰ ਪਹਿਲਾਂ ਪਤਾ ਹੋਣਾ ਸੀ ਕਿਉਂਕਿ ਕੁੱਕੂ ਦੀ ਭੈਣ ਮੇਰੇ ਵਾਈਫ ਦੇ ਸਕੂਲ ਦੇ ਵਿੱਚ ਕੰਮ ਕਰਦੀ ਹੈ ਅਸਲ 'ਚ ਮੰਗਣਾ ਤਾਂ ਕੁੱਕੂ ਦੀ ਭੈਣ ਦਾ ਹੋਣ ਵਾਲਾ ਸਾਲਾ ਮੂਰ ਕਿਸੇ ਥਾਂ ਦਾ ਦੇਖ ਲਓ ਸਰਦਾਰ ਜੀ ਸਰਕਾਰੀ ਮੁਲਾਜ਼ਮ ਨੂੰ ਮੂਰਖ ਕਹਿਣ ਦਾ ਮਤਲਬ ਹੁੰਦਾ ਹੈ ਸਾਰੀ ਸਰਕਾਰ ਨੂੰ ਮੂਰਖ ਕਹਿਣਾ ਅੱਛਾ ਐਂ ਤਾਂ ਕੱਲ ਨੂੰ ਕੋਈ ਤੈਨੂੰ ਆ ਕੇ ਕਹਿ ਦੂਗਾ ਮੈਂ ਤੇਰੇ ਉੱਪਰ SSP ਲੱਗ ਗਿਆ ਫਿਰ ਮੰਨ ਲਏਗਾ ਐਵੇਂ ਕਿਵੇਂ ਆ ਕੇ ਕਹਿ ਦੂ ਆਪਾਂ ਤਫਤੀਸ਼ ਕਰਾਂਗੇ ਪਹਿਲਾਂ
ਮੈਂ ਕੁੱਕੂ ਦੀ ਤਫਤੀਸ਼ ਕੀਤੀ ਤਾਂ ਨਹੀਂ ਉਹ ਤਾਂ ਨਹੀਂ ਕੀਤੀ ਪਰ ਜਾ ਕੇ ਹੁਣ ਕਰ ਗੱਲ ਖਤਮ ਹੋਈ ਮੇਰੀ 25 ਸਾਲ ਦੀ ਨੌਕਰੀ ਚ ਪਹਿਲੀ ਦਫਾ ਮੇ ਤੋਂ ਕੋਈ ਖਾ ਪੀ ਕੇ ਗਿਆ ਤੇ ਇਧਰ ਮੇਰੀ ਭੁੱਖ ਮਰ ਗਈ ਕਿ ਹੁਣ ਤੈਨੂੰ ਪਤਾ ਲੱਗ ਗਿਆ ਤੈਨੂੰ ਖਵਾ ਪਿਆ ਕਿ ਸਾਨੂੰ ਕਿਵੇਂ ਲੱਗਦਾ ਸਵੇਰ ਦਾ ਸੱਜੀ ਤਲੀ ਚ ਖੁਲਕ ਹੋ ਰਹੀ ਸੀ ਨੁਕਸਾਨ ਤਾਂ ਹੋਣਾ ਹੀ ਸੀ ਐਨਾ ਸਿਰਫ ਮੇਰੇ ਕਰਕੇ ਇੰਡੀਆ ਆਈ ਹੈ ਇੱਥੋਂ ਦੇ ਪਿੰਡ ਹਰਦਾਸਪੁਰ ਦੇ ਬਲਬੀਰ ਸਿੰਘ ਨਾਮ ਦੇ ਬੰਦੇ ਨੇ ਐਨਾ ਦੀ ਭੈਣ ਨੂੰ ਇਮੋਸ਼ਨਲੀ ਫਸਾ ਕੇ ਉਹਦੇ ਨਾਲ ਵਿਆਹ ਕੀਤਾ ਤੇ ਫਿਰ ਉੱਥੋਂ ਗਾਇਬ ਹੋ ਗਿਆ ਉਹਦੇ ਸਾਰੇ ਪੈਸੇ ਲੈ ਕੇ ਤੇ ਹੁਣ ਸਾਨੂੰ ਪਤਾ ਲੱਗਿਆ ਕਿ ਉਹ ਪੰਜਾਬ ਵਿੱਚ ਹੈ ਉਹਦੀ ਪੁਲਿਸ ਰਿਪੋਰਟ ਪੜ੍ਹ ਲਈ ਲਿਖਾਈ ਕਿਤੇ ਸਭ ਤਾਰ ਤੇ ਰਿਪੋਰਟ ਹੈ ਬਟ ਹੀ ਇਜ਼ ਵੈਨਿਸ਼ ਨਹੀਂ ਮਿਲਿਆ ਦਰਅਸਲ ਉਸ ਨਾਮ ਦਾ ਬੰਦਾ ਉਸ ਪਿੰਡ ਵਿੱਚ ਹੀ ਨਹੀਂ ਹੈਗਾ ਕੋਈ ਕਮਾਲ ਹੈ ਯਾਰ ਮੈਂ ਸਿਸਟਰ ਡਿਪਰੈਸ਼ਨ ਵਿੱਚ ਆ ਗਈ ਬਹੁਤ ਬੁਰੀ ਹਾਲਤ ਵਿੱਚ ਹੈ ਨੋ ਆਈ ਡੋਨਟ ਕੇਅਰ ਅਬਾਊਟ ਮਨੀ ਪਰ ਉਸਨੇ ਸਾਨੂੰ ਚੀਟ ਕੀਤਾ ਇਹਨੇ ਤਾਂ ਪੰਜਾਬੀਆਂ ਦੇ ਨਾਂ ਨੂੰ ਦਾਗਲਾ ਲੱਭਣਾ ਚਾਹੀਦਾ ਸਾਲੇ ਨੂੰ ਯਾਰ ਪੰਜਾਬ 'ਚ ਕਿੰਨੇ ਬਲਬੀਰ ਸਿੰਘ ਹੋਣੇ ਨੇ ਐਂ ਬੰਦਾ ਕਿੱਥੇ ਲੱਭਦਾ ਨਾਲੇ ਕੀ ਪਤਾ ਸਾਲਾ ਜਿਉਂਦਾ ਵੀ ਆ ਕਿ ਨਹੀਂ ਨਾਲੇ ਜਿੰਨੇ ਆਪਣੇ ਪਿੰਡ ਦਾ ਨਾਂ ਝੂਠ ਦੱਸਿਆ ਆਪਣਾ ਨਾਂ ਕਿਹੜਾ ਸਾਲੇ ਨੇ ਸਹੀ ਦੱਸਿਆ ਹੋਣਾ ਉਹ ਵੀ ਝੂਠ ਹੀ ਹੋਣਾ ਹਾਊ ਕੈਨ ਸਮਵਨ ਡੂ ਲਾਈਕ ਦੈਟ ਤੁਸੀਂ ਸਾਰੇ ਕਿਨੇ ਚੰਗੇ ਹੋ ਪਰ ਤੋ ਚੀਟ ਆਪਾਂ ਇਦਾਂ ਕਰਦੇ ਆ ਇੱਥੋਂ ਨਾ 50 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਹੈ ਆਪਾਂ ਉੱਥੇ ਆ ਕੇ ਅਰਦਾਸ ਕਰਦੇ ਆ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਨਹੀਂ ਕੱਲ ਨੂੰ ਮੇਰੀ ਗਵਾਹੀ ਹੈ ਨਿਰਮਲ ਹੋਣ ਵਾਲੇ ਕੇਸ 'ਚ ਪਰਸੋਂ ਦਾ ਰੱਖ ਲੈਨੇ ਆਪਾਂ ਕੁੱਕੂ ਜੀ ਇਹਨਾਂ ਦਾ ਇੱਕ ਇੱਕ ਦਿਨ ਬਹੁਤ ਕੀਮਤੀ ਹੈ ਟਾਈਮ ਬਹੁਤ ਘੱਟ ਹੈ ਅਸੀਂ ਆਪਣੀ ਗੱਡੀ ਲੈ ਕੇ ਚਲੇ ਜਾਵਾਂਗੇ ਕੋਈ ਗੱਲ ਨਹੀਂ ਯਾਰ ਆਪਣੇ ਵਾਲੇ ਬੁੜੇ ਨੇ ਆਪਣੀ ਗੱਡੀ ਨਹੀਂ ਲੈਣ ਦੇਣੀ ਤੇ ਅਸੀਂ ਦੀਪ ਦੀ ਲੈ ਜਾਵਾਂਗੇ ਦੀਪ ਦੀ ਗੱਡੀ ਹਾਂ ਮੇਰੀ ਗੱਡੀ ਲੈ ਜਾਵਾਂਗੇ ਹਾਂ ਹਾਂ ਇਹਦਾ ਬੁੜਾ ਦਿਲ ਛੱਡ ਗਿਆ ਦੀ ਬਹੁਤ ਕੁਝ ਸਾਲਾ ਗੱਡੀ ਤੇਰੇ ਬੁੜੇ ਵਾਲੀ ਆ ਹੈ ਮੈਂ ਲਿਆਉਂਗਾ ਗੱਡੀ ਉਹ ਯਾਰ ਮਸਾ ਮਸਾ ਤਾਂ ਕੋਈ ਕੁੜੀ ਪਸੰਦ ਆਈ ਆ ਉਹ ਵੀ ਕੈਨੇਡਾ ਵਾਲੀ ਤੂੰ ਬ੍ਰਹਮਚਾਰੀ ਬੰਦਾ ਮੇਰੀ ਫੀਲਿੰਗਸ ਤਾਂ ਸਮਝ ਯਾਰ ਤੇ ਮੈਂ ਕੀ ਕਰਾਂ ਯਾਰ ਬਈ ਯਾਰ ਕਿਉਂ ਐਂ ਕਰਦਾ ਹੈ ਦੇਖ ਉਹਦਾ ਭਰਾ ਆਉਣ ਵਾਲਾ ਵੀਰ ਬਣ ਕੇ ਗੱਡੀ ਦੇ ਦੇ ਨਾ ਸਾਲਿਓ ਤੁਸੀਂ ਮੈਨੂੰ ਐਂ ਦੱਸੋ ਕੈਨੇਡਾ ਵਾਲੀ ਕੁੜੀ ਦੇਖੀ ਨਹੀਂ ਤੇ ਦੋਨਾਂ ਦੀਆਂ ਲਾਲਾਂ ਡਿੰਗਣ ਲੱਗ ਪਈਆਂ ਦੋਨਾਂ ਦੀਆਂ ਹਲੋ ਉਹ ਜਸ਼ਨ ਯਾਰ ਤੂੰ ਗੋਰੀ ਤੇ ਚੱਕਰ ਚਲਾ ਲਾ ਸਹਿਜ ਕਿਦੀ ਨਾ ਦੇਖੀ ਬਈ ਆਪਣੀ ਭੈਣ ਦਾ ਹਾਲ ਦੇਖੇ ਨਾ ਗੋਰੀ ਤਾਂ ਨਹੀਂ ਝੱਕਦੀ ਆਪਣੇ ਵੱਲ ਰਹੀ ਇੱਕੋ ਕੁੜੀ ਸਹਿਜ ਮੈਨੂੰ ਤਾਂ ਬਹੁਤ ਸਿਆਣੀ ਲੱਗਦੀ ਆ ਬਈ ਇਹਦਾ ਮਤਲਬ ਤੂੰ ਉਹਦੇ ਚੱਕਰ ਨਹੀਂ ਚਲਾਏਗਾ ਥੈਂਕ ਯੂ ਯਾਰ ਕਰਤੀ ਨਾ ਜਵਾਕਾਂ ਵਾਲੀ ਗੱਲ ਬਈ ਵਿਆਹ ਤਾਂ ਉਸੇ ਨਾਲ ਹੀ ਹੋ ਸਕਦਾ ਜਿਹਦੇ ਨਾਲ ਪਿਆਰ ਹੋਵੇ ਤੂੰ ਸਮਝ ਲੈ ਮੈਂ ਉਹਨੂੰ ਬਹੁਤ ਪਿਆਰ ਕਰਦਾ ਯਾਰ ਪਿਆਰ ਉਹ ਵੀ ਤੈਨੂੰ ਸਾਲਿਆ ਇੱਕ ਵਾਰ ਕੁੜੀ ਨੂੰ ਮਿਲਿਆ ਤੈਨੂੰ ਪਹਿਲੀ ਵਾਰ 'ਚ ਪਿਆਰ ਹੋ ਗਿਆ ਸਿੱਧਾ ਕਿਉਂ ਨਹੀਂ ਕਹਿੰਦਾ ਵੀ ਤੈਨੂੰ ਕੁੜੀ ਨਹੀਂ ਡਾਲਰਾਂ ਦੀ ਪੰਡ ਦਿਖਾਈ ਦਿੰਦੀ ਆ ਕਿਉਂ ਲਵ ਐਟ ਫਰਸਟ ਸਾਈਟ ਨਾਲੇ ਪਿਆਰ ਤਾਂ ਆਈ ਹੁੰਦਾ ਹੁੰਦਾ ਉਹ ਤਾਂ ਹੈ ਹੀ ਸਾਲਿਆ ਲਓ ਵੀ ਮਿੱਤਰੋ ਤੋਤਾ ਢਿੱਲੋ ਜੀ ਕਹਿੰਦੇ ਨੇ ਕਿ ਆਪਾਂ ਤਾਂ ਪਹੁੰਚ ਕੇ ਗੱਡੀ ਤਿਆਰ ਹੈ ਯਾਰ ਗੈਰੀ ਮੇਰੀ ਗੱਡੀ ਖਰਾਬ ਹੋ ਗਈ ਕੱਲ ਤੇ ਜਗਤਾਰ ਬਾਈ ਹਜੇ ਨਵੀਂ ਗੱਡੀ ਤਿਆਰ ਕਰ ਰਿਹਾ ਹੈਗਾ ਉਹ ਵੀ ਤਿਆਰ ਨਹੀਂ ਹਜੇ ਅੱਛਾ ਆਪਣੀ ਗੱਡੀ ਖਰਾਬ ਹੋ ਗਈ ਹਾਂ ਵੈਸੇ ਬਾਈ ਦਾ ਵੇ ਤੈਨੂੰ ਮੈਂ ਦੱਸ ਦਿਆਂ ਉੱਥੇ ਮੈਂ ਤੇਰੀ ਗੱਲ ਨਹੀਂ ਕੱਟੀ ਮਹਾ ਕੁਗਾਂ ਨਹੀਂ ਲੈਣ ਦੇ ਲੈਟੇ ਆਪਣੀ ਗੱਡੀ ਵੀ ਇੱਥੇ ਹੀ ਆਉਂਦੀ ਹੈ ਠੀਕ ਹੋਣ ਵਾਸਤੇ ਜਗਤਾਰ ਬਾਈ ਨਾਲ ਤਾਂ ਆਪਣੀ ਪੁਰਾਣੀ ਸਾਂਝ ਹੈ ਕਿਉਂ ਜਗਤਾਰ ਬਾਈ ਤੂੰ ਤਾਂ ਆਪਣਾ ਛੋਟਾ ਭਰਾ ਹੈ ਯਾਰ ਨਹੀਂ ਨਹੀਂ ਭਰਾ ਤੇ ਹੈ ਵੈਸੇ ਜਗਤਾਰ ਬਾਈ ਜੇ ਅੱਜ ਗੱਡੀ ਮਿਲ ਜਾਂਦੀ ਯਾਰ ਸਵਾਦ ਹੀ ਆ ਜਾਂਦਾ ਕਿਉਂਕਿ ਮੈਂ ਵੀ ਸਹਿਜ ਨੂੰ ਕਹਿਤਾ ਨਾ ਮਹਾ ਗੋਰੀ ਨਾਲ ਮੇਰਾ ਟਾਂਕਾ ਫਿੱਟ ਕਰਾ ਦੇ ਜੇ ਉੱਧਰ ਗੱਲ ਬਣ ਗਈ ਨਾ ਲਾਈਫ ਬਣ ਜਾਣੀ ਤੇਰੇ ਭਾਈ ਦੀ ਫਿਰ ਜੇ ਮਰਸਣੇ ਘੁੰਮੀਆਂ ਚੱਕਰੀ ਕੋਈ ਨਹੀਂ ਆਸ਼ਿਕ ਤੂੰ ਵੀ ਸਾਲਾ ਚਿੜੀ ਮਾਰ ਜਿਹਾ ਚਕਤਾਰੀ ਯੋ ਯੋ ਕਦੇ ਆਪਾਂ ਵੀ ਕੈਨੇਡਾ ਵਾਲੇ ਕੈਨੇਡਾ ਕਦੇ ਆਪਾਂ ਵੀ USA ਵਾਲੇ ਕਦੇ ਆਪਾਂ ਵੀ ਲੰਡਨ ਵਾਲੇ ਕਦੇ ਆਪਾਂ ਵੀ ਕੈਨੇਡਾ ਵਾਲੇ ਹੋ ਜਾਗੇ ਫਿਲਹਾਲ ਯਾਰ ਤਾਂ ਇੰਡੀਅਨ ਨੇ ਕਦੇ ਆਪਾਂ ਵੀ ਕੈਨੇਡਾ ਵਾਲੇ ਹੋ ਜਾਗੇ ਫਿਲਹਾਲ ਯਾਰ ਤਾਂ ਇੰਡੀਅਨ ਨੇ ਸੁਣੱਖੀ ਜਹੀ ਕੁੜੀ ਕੋਈ ਲੱਭ ਜੇ ਚਾਹ ਪਾਣੀ ਪੁੱਛਣੇ ਦਾ ਬਣ ਜੇ ਸਬੱਬ ਦੇ ਸੋਹਣੀ ਤੇ ਸੁਨੱਖੀ ਜਹੀ ਕੁੜੀ ਕੋਈ ਲੱਭ ਜੇ
ਤੇ ਆਪਾਂ ਵੀ ਕੱਪਲ ਯਾਰੋ ਹੋ ਜਾਗੇ ਕਦੇ ਆਪਾਂ ਵੀ ਕੱਪਲ ਯਾਰੋ ਹੋ ਜਾਗੇ ਫਿਲਹਾਲ ਯਾਰ ਤਾਂ ਸਿੰਗਲ ਨੇ ਕਦੇ ਆਪਾਂ ਵੀ ਕਨੇਡਾ ਵਾਲੇ ਹੋ ਜਾਗੇ ਫਿਲਹਾਲ ਯਾਰ ਤਾਂ ਇੰਡੀਅਨ ਨੇ ਪਿੰਡਾਂ ਦੇ ਆ ਮੁੰਡਿਆਂ ਦੀ ਵੱਖਰੀ ਨੁਹਾਰ ਦੇਸ਼ਾਂ ਵਿੱਚ ਜਾਣਾ ਕਹਿੰਦੇ ਭੂਸ ਵਾਰ ਵਿੱਚ ਪੂਰ ਦੇਸਾਂ ਜਾ ਕੇ ਡਾਲਰ ਕਮਾਵਾਂਗੇ ਕੈਨੇਡਾ ਤੋਂ ਯੂਐਸਏ ਨੂੰ ਟਰੱਕ ਲੈ ਕੇ ਜਾਵਾਂਗੇ ਮਾਤਾ ਕਹਿੰਦੀ ਪੁੱਤ ਮੇਰਾ ਹੋ ਜੂਗਾ ਕਮਾਊ ਡਾਲਰਾਂ ਤੇ ਫੰਡਾਂ ਦੀ ਉਹ ਪੰਡ ਲੈ ਕੇ ਆਊ ਆਣ ਤੇ ਗਵਾਂਢ ਵਿੱਚ ਹੋ ਜੂ ਸਾਡੀ ਚਰਚਾ ਕੁੜੀ ਦੇ ਵਿਆਹ ਤੇ ਕਰਾਂਗੇ ਖੁੱਲਾ ਖਰਚਾ ਬਾਪੂ ਦੀਆਂ ਜਾਂ ਸਾਡੀਆਂ ਨੇ ਵੋਟੀਆਂ ਹੀ ਵੱਡੀਆਂ ਠੇਕੇ ਤੇ ਜ਼ਮੀਨ ਦੇ ਤੇ ਮੱਝੀਆਂ ਵੀ ਛੱਡੀਆਂ ਪਿੰਡੋਂ ਬਾਹਰ ਫਿਰਨੀ ਤੇ ਕੋਠੀ ਇੱਕ ਪਾਵਾਂਗੇ ਆਪਣੀ ਬਜ਼ਾਰੋਂ ਤੋਂ ਦਰਬਾਰ ਸਾਹਿਬ ਜਾਵਾਂਗੇ ਵਾਹਿਗੁਰੂ ਕਦੇ ਆਪਾਂ ਵੀ ਕਨੇਡਾ ਵਾਲੇ ਹੋ ਜਾਗੇ ਫਿਲਹਾਲ ਯਾਰ ਤਾਂ ਇੰਡੀਅਨ ਨੇ ਕਦੇ ਆਪਾਂ ਵੀ ਕਨੇਡਾ ਵਾਲੇ ਹੋ ਜਾਗੇ ਫਿਲਹਾਲ ਯਾਰ ਤਾਂ ਇੰਡੀਅਨ ਨੇ ਖੁਸ਼ਬੋ ਜੇ ਮੈਂ ਸੱਜਰੇ ਗੁਲਾਬ ਦੀ ਮੱਥੇ ਉੱਤੇ ਲਾਵਾਂ ਮਿੱਟੀ ਆਪਣੇ ਪੰਜਾਬ ਦੀ ਸਹੀ ਗੱਲ ਹੈ ਭਾਈ ਹੁੰਦੀ ਖੁਸ਼ਬੋ ਜੇ ਮੈਂ ਸੱਜਰੇ ਗੁਲਾਬ ਦੀ ਮੱਥੇ ਉੱਤੇ ਲਾਵਾਂ ਮਿੱਟੀ ਆਪਣੇ ਪੰਜਾਬ ਦੀ ਕਦੇ ਆਪਾਂ ਪਰਦੇਸੀ ਯਾਰੋ ਹੋ ਜਾਗੇ ਕਦੇ ਆਪਾਂ ਪਰਦੇਸੀ ਯਾਰੋ ਹੋ ਜਾਗੇ ਫਿਲਹਾਲ ਯਾਰ ਤਾਂ ਦੇਸੀ ਨੇ ਕਦੇ ਆਪਾਂ ਵੀ ਕਨੇਡਾ ਵਾਲੇ ਹੋ ਜਾਗੇ ਫਿਲਹਾਲ ਯਾਰ ਸਿਆਣੇ ਤੇ ਸਮਝਦਾਰ ਹੋ ਕੇ ਕੁੜੀਆਂ ਨੂੰ ਆਪਣੇ ਘਰੇ ਬਿਠਾ ਲਿਆ ਇਹ ਸਭ ਇਹਦੀ ਸ਼ਹਿਦ ਦਾ ਨਤੀਜਾ ਆ ਨਹੀਂ ਤਾਂ ਇੱਕ ਇੱਜ਼ਤਦਾਰ ਘਰ ਦੀ ਧੀ ਇਸ ਤਰ੍ਹਾਂ ਘਰੋਂ ਭੱਜ ਕੇ ਕਿਸੇ ਦੇ ਘਰੇ ਆ ਕੇ ਬਹਿ ਜਾਵੇ ਨਾ ਤੈਨੂੰ ਇੱਜ਼ਤਦਾਰ ਹੋਣ ਦਾ ਭੁਲੇਖਾ ਕਿੱਥੋਂ ਪੈ ਗਿਆ ਤੂੰ ਤਾਂ ਧੀ ਦਾ ਸੌਦਾ ਕਰਨ ਲੱਗਿਆ ਸੀ ਨਾ ਤੇ ਧੀਆਂ ਦੇ ਸੌਦੇ ਕਰਨ ਵਾਲੇ ਇੱਜ਼ਤਦਾਰ ਨਹੀਂ ਹੁੰਦੇ ਸਰਦਾਰਾ ਭੈਣ ਜੀ ਮੈਂ ਇਹਨਾਂ ਨੂੰ ਕਿੰਨਾ ਸਮਝਾਇਆ ਵੀ ਕੁੜੀ ਸਮਝਦਾਰ ਹੈ ਉਹਦੇ ਨਾਲ ਆਏ ਜ਼ਬਰਦਸਤੀ ਕਰਨਾ ਠੀਕ ਨਹੀਂ ਤੂੰ ਚੁੱਪ ਕਰ ਜੋ ਮਾਰੂ ਕੰਨ ਤੇ ਹਿੰਮਤ ਲੈ ਕੇ ਦਿਖਾ ਮੇਰੇ ਨਾਲ ਪੰਗਾ ਲੱਤ ਨਾ ਅੜਾਓ ਤੂੰ ਕੀ ਦੰਦ ਕੱਢੀ ਜਾਂਦਾ ਐਵੇਂ ਮੈਂ ਕਦੋਂ ਦੰਦ ਕੱਢਿਆ ਜੀ ਮੇਰੇ ਤਾਂ ਦੰਦ ਸਾਰੇ ਕਾਇਮ ਹੈ ਜੀ ਆਪਣੀ ਥਾਂ ਤੇ ਨਾਲੇ ਦੰਦ ਕੱਢਣ ਵਾਲਾ ਡਿਪਾਰਟਮੈਂਟ ਸਾਡੀ ਭੂਆ ਕੋਲ ਹੈ ਜੀ ਐਂ ਕੱਢ ਕੱਢ ਅਗਲੇ ਦੀ ਤਲੀ ਤੇ ਰੱਖੀ ਜਾਂਦੀ ਹੈ ਜੀ ਦੰਦ ਅੱਧਾ ਪਿੰਡ ਬੋੜਾ ਕੀਤਾ ਪਿਆ ਜੀ ਭੂਆ ਨੇ ਭੈਣ ਜੀ ਤੁਸੀਂ ਇਹਨਾਂ ਦੀ ਗੱਲ ਦਾ ਬੁਰਾ ਨਾ ਮੰਨਿਓ ਚੁੱਪ ਕਰਨੀ ਐਵੇਂ ਲੱਗ ਗਈ ਤੂੰ ਵੀ ਰੀ ਰੀ ਕਰਨ ਨਾਲੇ ਗੱਲ ਸੁਣ ਅੱਗੇ ਤੋਂ ਇਹਨੇ ਤੇਰੇ ਤੇ ਹੱਥ ਚੁੱਕਿਆ ਤਾਂ ਇੱਕ ਵਾਰੀ ਮੈਨੂੰ ਦੱਸ ਦੀ ਮੈਂ ਪਿੰਡ ਦੀ ਸੱਥ 'ਚ ਖੜਾ ਕਰਕੇ ਇਹੋ ਜਿਹੀ ਡਾਂਗ ਫੇਰੂ ਇਹਦੇ ਤੇ ਵੀ ਸਾਰੀ ਉਮਰ ਤੇਰੇ ਮਗਰ ਮਗਰ ਲੈਲੇ ਵਾਂਗ ਮਿਆਂਕਦਾ ਨਾ ਫਿਰੇ ਤਾਂ ਮੈਨੂੰ ਭੂਆ ਕਿਨੇ ਕਹਿਣਾ ਚੱਲ ਉੱਠ ਚਲੀ ਆਪਾਂ ਤੂੰ ਬੈਠ ਕੁੜੇ ਗੱਲ ਕਰਨੀ ਹੈ ਮੈਂ ਤੇਰੇ ਨਾਲ ਤੂੰ ਜਾ ਉਹ ਜਾ ਵੀ ਨਾਲੇ ਗੱਲ ਸੁਣ ਅੱਗੇ ਤੋਂ ਇਹਦੇ ਤੇ ਹੱਥ ਚੱਕਣ ਦੀ ਗਲਤੀ ਨਾ ਕਰ ਲਈ ਨਹੀਂ ਤਾਂ ਇੰਦਰ ਕੌਰ ਜੋ ਕਹਿੰਦੀ ਹੈ ਨਾ ਉਹ ਕਰਕੇ ਵੀ ਦਿਖਾ ਦਿੰਦੀ ਹੈ ਮੈਂ ਹਜ਼ੂਰ ਨੂੰ ਛੱਡਾਂ ਮੈਂ ਜੀ ਉਹ ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਹੀ ਕਾਲੀ ਡਾਂਗ ਮੇਰੀ ਭੂਆ ਦੀ ਐਵੇਂ ਬੁੜਕੀ ਜਾਂਦਾ ਉੱਤੋਂ ਉੱਤੋਂ ਐਵੇਂ ਸਾਰਾ ਟੱਬਰ ਤਪਾਇਆ ਪਿਆ ਤੂੰ ਵੀ ਡਰਿਆ ਨਾ ਕਰ ਕੁੜੇ
ਕੋਲੋਂ ਕੀ ਮੰਗਿਆ? ਵਾਟ ਐਲਸ? ਮੈਂ ਗੋਡ ਨੂੰ ਕਿਹਾ ਕਿ ਬਲਬੀਰ ਮੈਨੂੰ ਮਿਲ ਜਾਏ ਤੇ ਉਸ ਤੋਂ ਮੈਂ ਪਾਰਿਸ਼ ਕਰਵਾ ਸਕਾਂ। ਪਰ ਤੂੰ ਗੋਡ ਤੋਂ ਕੀ ਮੰਗਿਆ? ਮੈਂ ਕੀ ਮੰਗਣਾ ਸੀ? ਮੈਂ ਤਾਂ ਵਾਹਿਗੁਰੂ ਨੂੰ ਇੱਕੋ ਹੀ ਦੁਆ ਕੀਤੀ ਕਿ ਮੇਰੇ ਡੈਡ ਮੇਰੇ ਲਈ ਪੁੱਠੇ ਸਿੱਧੇ ਮੁੰਡੇ ਲੱਭਣਾ ਬੰਦ ਕਰਨ। ਮੈਂ ਆਪਣੀ ਪਸੰਦ ਦਾ ਕੋਈ ਆਪ ਹੀ ਲੱਭ ਲਾਂਗੀ। ਹਾਏ ਸਹਿਜ, ਹਾਂਜੀ, ਤੈਨੂੰ ਕਿਹੋ ਜਿਹਾ ਮੁੰਡਾ ਪਸੰਦ ਹੈ? ਮੈਂ ਕਿਉਂ ਦੱਸਾਂ ਕਿ ਤੁਸੀਂ ਮੈਨੂੰ ਉਹੋ ਜਿਹਾ ਮੁੰਡਾ ਲੱਭ ਕੇ ਦਿਓਗੇ ਜਾਂ ਤੁਸੀਂ ਆਪਣੇ ਚਾਂਸ ਬਾਰੇ ਸੋਚ ਰਹੇ ਹੋ? ਨਹੀਂ ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਕਿਉਂ, ਇਹੋ ਜਿਹੀ ਗੱਲ ਕਿਉਂ ਨਹੀਂ ਹੈ? ਮਤਲਬ ਕਿ ਮੈਂ ਸੋਹਣੀ ਨਹੀਂ ਹਾਂ? ਕਿਹੋ ਜਿਹੇ ਮੁੰਡੇ ਹੋ ਤੁਸੀਂ? ਤੁਹਾਡੇ ਸਾਹਮਣੇ ਇੱਕ ਚੰਗੀ ਭਲੀ ਕੁੜੀ ਖੜੀ ਹੈ ਤੇ ਤੁਸੀਂ ਆਪਣੇ ਚਾਂਸ ਬਾਰੇ ਨਹੀਂ ਸੋਚੋਗੇ? ਤੇ ਜਸ਼ਨ ਜੀ, ਤੁਸੀਂ ਹਮੇਸ਼ਾ ਹੀ ਗੁੰਮਸੁੰਮ ਰਹਿੰਦੇ ਹੋ, ਕਦੇ ਤਾਂ ਕੁਝ ਬੋਲਿਆ ਕਰੋ। ਹਾਂ ਹਾਂ, ਬੋਲ। ਉਹ ਜੀ, ਦਰਅਸਲ ਚਾਂਸ ਮਾਰਨ ਲਈ ਵੀ ਬੰਦੇ ਨੂੰ ਆਪਣੀ ਔਕਾਤ ਦੇਖਣੀ ਪੈਂਦੀ ਹੈ। ਦੇਖੋ ਜੀ, ਮਾਨ ਸਾਹਿਬ ਕਹਿੰਦੇ ਨੇ ਕਿ ਆਪਣੀ ਔਕਾਤ ਨਾਲੋਂ। ਚੁੱਪ ਕਰ ਜਾ। ਉਹ ਯਾਰ, ਆਪਾਂ ਹੁਣ ਇੱਥੇ ਖੜੇ ਰਹਾਂਗੇ, ਅੰਦਰ ਚੱਲੀਏ। ਮੈਂ ਆਪਣੀ ਔਕਾਤ ਦੀ ਗੱਲ ਕੀਤੀ ਸੀ। ਤਾਂ ਹੀ ਤਾਂ ਤੂੰ ਤਰੱਕੀ ਨਹੀਂ ਕਰਦਾ ਹੈਗਾ। ਹੁਣ ਤੈਨੂੰ ਮੈਂ ਦਿਖਾਉਣਾ ਵੀ ਕੁੜੀ ਕਿਵੇਂ ਫਸਾਈਦੀ ਹੈ। ਨਾ ਕੁੜੀ ਨਾ ਹੋਗੀ, ਮੱਛੀ ਹੋ ਗਈ ਜਿਹੜੀ ਫਸਾਉਣੀ ਪਊ। ਓਏ, ਸੱਚ ਬੋਲ ਕੇ ਕੁਛ ਨਹੀਂ ਹੁੰਦਾ ਹੁੰਦਾ, ਕੁੜੀਆਂ ਨੂੰ ਤਾਂ ਇਮੋਸ਼ਨਲ ਕਰੀਦਾ ਹੁੰਦਾ, ਇਮੋਸ਼ਨਲ। ਠੀਕ ਹੈ ਯਾਰ, ਪਰ ਮੈਨੂੰ ਤਾਂ ਇੱਕ ਗੱਲ ਪਤਾ ਕਿ ਜੇ ਮੁੰਡੇ ਤੇ ਕੁੜੀ 'ਚ ਮੁਹੱਬਤ ਨਾ ਹੋਵੇ ਫਿਰ ਕੁਛ ਨਹੀਂ ਹੋ ਸਕਦਾ। ਓਹੋ, ਠੀਕ ਹੈ ਮਹਾਰਾਜ ਜਸ਼ਨਪ੍ਰੀਤ ਸਿੰਘ ਜੀ, ਤੁਸੀਂ ਲੱਭੋ ਆਪਦੀ ਮੁਹੱਬਤ ਵਾਲੀ ਕੁੜੀ ਤੇ ਇੱਥੇ ਬੈਠੇ ਰਹੋ। ਮੈਨੂੰ ਤਾਂ ਇਹ ਲੱਗਦਾ ਵੀ ਤੇਰਾ ਕਨੇਡਾ ਜਾਣ ਵਾਲਾ ਇਰਾਦਾ ਚੇਂਜ ਹੋ ਗਿਆ ਨਾ। ਚੇਂਜ ਕੁਛ ਨਹੀਂ ਹੋਇਆ। ਹਾਂ, ਜੇ ਕਿਸੇ ਕਨੇਡਾ ਵਾਲੀ ਨਾਲ ਇਸ਼ਕ ਹੋ ਗਿਆ ਨਾ, ਫਿਰ ਜ਼ਰੂਰ ਜਾਵਾਂਗੇ। ਹੈਲੋ, ਗੱਲ ਸੁਣ ਲੈ ਮੇਰੀ, ਸਹਿਜ ਤੇ ਅੱਖ ਨਾ ਰੱਖੀ, ਉਹ ਮੇਰੇ ਟਾਰਗੇਟ ਤੇ। ਉਹ ਯਾਰ, ਹੁਣ ਮੈਂ ਆਪਣੀਆਂ ਅੱਖਾਂ ਕਢਾ ਲਾਂ ਜਾਂ ਕੰਨਾਂ 'ਚ ਤੇਲ ਪਵਾ ਲਾਂ? ਇਹ ਤੂੰ ਸੋਚ ਵੀ ਕਿੱਥੇ ਕੀ ਪਵਾਉਣਾ ਗਾ, ਪਰ ਸਹਿਜ ਮੇਰੇ ਟਾਰਗੇਟ ਤੇ ਹੈ। ਤੂੰ ਮੇਰੀ ਫਿਕਰ ਨਾ ਕਰ। ਹਾਂ, ਵੈਸੇ ਆਲ ਦਾ ਬੈਸਟ। ਥੈਂਕ ਯੂ ਯਾਰ। ਅਦਰ ਇਹ ਤਾਂ ਹੋ ਗਿਆ, ਬਸ ਅੱਜ ਲਈ। ਹੇ ਮਨ, ਓ ਯੂ ਓਕੇ? ਹਾਂ, ਓਕੇ। ਤੁਸੀਂ ਠੀਕ ਹੋ? ਹਾਂ। ਐ ਸ਼ੋਰਟ ਕਿਉਂ, ਕੀ ਹੋ ਗਿਆ? ਐਕਚੁਅਲੀ ਮੈਂ ਜ਼ੁਬਾਨ ਸਾਫ ਕਰ ਰਿਹਾ ਸੀ। ਵਾਏ, ਸੋਹਣਾ ਦਿਨ ਏਡੀ ਸਾਫ ਸੁਥਰੀ ਕੁੜੀ ਨਾਲ ਗੱਲ ਕਰਨੀ ਹੋਣੀ, ਜ਼ੁਬਾਨ ਤਾਂ ਸਾਫ ਸੁਥਰੀ ਚਾਹੀਦੀ ਹੈ। ਓ ਮਾਈ ਗੋਡ, ਉਹ ਤਾਂ ਲੱਕੜ ਖਾ ਰਹੀ ਹੈ। ਨਹੀਂ ਚੱਲੀਏ, ਦਾਤਣ ਹੈ, ਲੱਕੜ ਨਹੀਂ ਹੈ। ਦੈਟਸ ਐਕਚੁਅਲੀ ਦਾਤਣ, ਯੂ ਨੋ ਦਾਤਣ, ਨਿੰਮ ਔਰ ਕਿੱਕੜ, ਜਸਟ ਪਲੱਕ ਮੂੰਹ ਵਿੱਚ, ਟੱਕ 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 ਟੱਕ, ਮੂੰਹ ਸਾਫ, ਇੰਡੀਅਨ ਟੱਥ ਬਰੱਸ਼। ਯੂ ਵਾਂਟ ਟੂ ਟਰਾਈ? ਆਈ ਵਿਲ ਗੈਟ ਯੂ ਦੈਟ। ਐਨਾ ਐਨਾ, ਚੱਲ ਜ਼ਰਾ ਪਿੰਡ ਘੁੰਮ ਕੇ ਆਉਂਦੇ ਆ। ਹੇਅਰ ਇਜ਼ ਯੂਅਰ ਦਾਤਣ ਐਨਾ, ਐਂਡ ਵਨ ਫॉर ਯੂ ਆਲਸੋ। ਥੈਂਕ ਯੂ ਭਾਜੀ, ਅਸੀਂ ਪਿੰਡ ਘੁੰਮ ਕੇ ਆਏ। ਚੱਲ, ਪਿੰਡ ਦੇ ਕੁੱਤਿਆਂ ਤੋਂ ਜ਼ਰਾ ਬਚ ਕੇ ਰਹੋ। ਕਿਉਂ, ਤੁਹਾਡੇ ਪਿੰਡ ਦੇ ਕੁੱਤੇ ਬਾਹਰੋਂ ਆਏ ਬੰਦਿਆਂ ਨੂੰ ਵੜਦੇ ਨੇ? ਨਹੀਂ ਨਹੀਂ, ਉਹ ਕੁੱਤੇ ਤਾਂ ਬਹੁਤ ਸਾਊ ਹੈ, ਦਰਅਸਲ ਸਾਡੇ ਪਿੰਡ ਦੇ ਕਈ ਬੰਦੇ ਬਹੁਤ ਕੁੱਤੇ ਹੈ। ਕੀ ਬੰਦੇ ਕੁੱਤੇ? ਤੂੰ ਨਹੀਂ ਸਮਝੇਂਗੀ, ਚੱਲ ਚੱਲੀਏ। ਹਾਂ, ਸ਼ਾਬਾਸ਼, ਖਿੱਚੋ ਦਾਰੂਆਂ, ਹੈ ਬੱਲੇ ਬੱਲੇ ਕਰ ਆਈ ਪਈ ਚਾਰੇ ਪਾਸੇ। ਓਏ ਸੰਗ ਕਰੋ, ਸੰਗ ਕਿਵੇਂ ਦੰਦ ਕੱਢੇ ਨੇ, ਛਿੱਤਰ ਮਾਰ ਰਹੇ ਤੁਹਾਡੇ ਮੈਂ। ਵਾਹ ਬਾਈ ਜੀ, ਕਿਆ ਬੰਦੇ ਪਾਲੇ ਨੇ, ਕੀਲੇ ਸਾਲੇ। ਤਰਸੇਮ, ਠੰਡਾ ਰਿਹਾ ਕਰ, ਕੰਮ ਦੀ ਗੱਲ ਸੁਣ। ਜੇ ਹਾਈਵੇ ਵਾਲੀ ਜ਼ਮੀਨ ਆਪਾਂ ਖਰੀਦ ਲਈਏ ਨਾ, ਤਾਂ ਬਿਲਡਰਾਂ ਨੂੰ ਅੱਗੇ ਮਹਿੰਗੇ ਪਾ ਵੇਚਾਂਗੇ। ਬਾਈ ਜੀ, ਇੱਕ ਤਾਂ ਸਾਲਾ ਜੱਟ ਤੇ ਜ਼ਮੀਨ ਦਾ ਰਿਸ਼ਤਾ ਨਾ ਆਪਣੇ ਰਾਹ 'ਚ ਆ ਕੇ ਰੋੜਾ ਬਣ ਜਾਂਦਾ ਹੈ। ਉਹ ਨਹੀਂ ਬਣਦਾ ਰੋੜਾ, ਮੂਰਖਾਂ ਦੀ ਅਜੇ ਕਮੀ ਨਹੀਂ ਹੈ। ਇੱਕ ਸਾਲਾ ਕੁੱਕੂ ਨਹੀਂ ਤੁਹਾਡੇ ਤੋਂ ਸੈੱਟ ਹੁੰਦਾ, ਪਤਾ ਨਹੀਂ ਕਿੰਨੇ ਪੁੱਠੀ ਪੱਟੀ ਪੜ੍ਹਾਤੀ। ਬਾਈ ਜੀ, ਤੁਸੀਂ ਫਿਕਰ ਕਾਹਨੂੰ ਕਰਦੇ ਹੋ, ਕੁੱਕੂ ਦੀ ਭੈਣ ਮੇਰੀ ਵਾਈਫ ਦੇ ਸਕੂਲ 'ਚ ਪੜ੍ਹਾਉਂਦੀ ਹੈ ਤੇ ਆਉਂਦੇ ਐਤਵਾਰ ਨੂੰ ਉਹਦਾ ਮੰਗਣਾ, ਉੱਥੇ ਮੈਂ ਵੀ ਜਾਣਾ, ਜਾ ਕੇ ਇੱਕ ਵਾਰੀ ਗੱਲ ਕਰ ਲੂੰਗਾ। ਸਮਝ ਗਿਆ ਤਾਂ ਠੀਕ ਹੈ, ਨਹੀਂ ਛਿੱਤਰ ਫੇਰਾਂਗੇ ਸਾਲੇ ਦੇ। ਉਹ ਕੀ ਗੱਲ ਪਰਾਂ? ਇਹ ਠੀਕ ਆ, ਚੱਕ ਪੈਗ।
ਹੇਠਾਂ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਉਹ ਕੁੜੀ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਲੰਘੀ ਸਾਡੇ ਕੋਲੋਂ ਜਦੋਂ ਥੋੜਾ ਰੁਕ ਰੁਕ ਕੇ ਦਿਲ ਕਰੇ ਉਹਨੂੰ ਸੀਨੇ ਨਾਲ ਲਾਲਾ ਘੁੱਟ ਕੇ ਉਹ ਕੁੜੀ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਮੁੰਡਾ ਚੋਰੀ ਚੋਰੀ ਨਜ਼ਰਾਂ ਨਾਲ ਰਹਿੰਦਾ ਤੱਕਦਾ ਹਾਂ ਮੁੰਡਾ ਚੋਰੀ ਚੋਰੀ ਨਜ਼ਰਾਂ ਨਾਲ ਰਹਿੰਦਾ ਤੱਕਦਾ ਨਾਲੇ ਆਉਂਦਾ ਜਾਂਦਾ ਮੇਰੇ ਜਿੱਤੇ ਆਨ ਰੱਖਦਾ ਮੈਨੂੰ ਲੱਗੇ ਹੁਣ ਤੇਰੇ ਬਿਨਾਂ ਨਹੀਂ ਉਹ ਬਚਦਾ ਹਾਂ ਮੁੰਡਾ ਚੋਰੀ ਚੋਰੀ ਨਜ਼ਰਾਂ ਨਾਲ ਰਹਿੰਦਾ ਤੱਕਦਾ ਚੋਰੀ ਚੋਰੀ ਨਜ਼ਰਾਂ ਨਾਲ ਰਹਿੰਦਾ ਤੱਕਦਾ ਚੋਰੀ ਚੋਰੀ ਨਜ਼ਰਾਂ ਨਾਲ ਰਹਿੰਦਾ ਤੱਕਦਾ ਪਹਿਲੀ ਵਾਰੀ ਜ਼ਿੰਦਗੀ ਚ ਦੋ ਘੁੱਟ ਪੀ ਲੀਆਂ ਨੈਣਾ ਚਿਚੜਾ ਬਣੇ ਨਸ਼ੀਲੀਆਂ ਨਸ਼ੀਲੀਆਂ ਪਹਿਲੀ ਵਾਰੀ ਜ਼ਿੰਦਗੀ ਚ ਦੋ ਘੁੱਟ ਪੀ ਲੀਆਂ ਸਾਡੀ ਜਾਨ ਤੇ ਬਣੀ ਏ ਸੱਚੀ ਸੌ ਰੱਬ ਦੀ ਉਹ ਸਾਡੀ ਜਾਨ ਤੇ ਬਣੀ ਏ ਸੱਚੀ ਸੌ ਰੱਬ ਦੀ ਕੁੜੀ ਦੇਖਣ ਨੂੰ ਭੈਣ ਹੀਰ ਦੀ ਏ ਲੱਗਦੀ ਜਦੋਂ ਤੱਕ ਦੀ ਦੰਦਾਂ ਚ ਬੁੱਲ ਟੁੱਕ ਟੁੱਕ ਕੇ ਕੁੜੀ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਪਰ ਦਿਲ ਉੱਤੇ ਜ਼ੋਰ ਕਿਸੇ ਦਾ ਨੀ ਚੱਲਦਾ ਉਹ ਪਰ ਦਿਲ ਉੱਤੇ ਜ਼ੋਰ ਕਿਸੇ ਦਾ ਨੀ ਚੱਲਦਾ ਕਦੋਂ ਕਿਹਦੇ ਉੱਤੇ ਆ ਜਾਏ ਪਤਾ ਨੀ ਪੱਲਦਾ ਉੱਗੇ ਪਿਆਰ ਦੀ ਕਰੂਬਲ ਦਿਲਾਂ ਚੋਂ ਫੁੱਟ ਕੇ ਉਹ ਕੁੜੀ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਕੁੜੀ ਅੱਖਾਂ ਵਿੱਚ ਲੈ ਗਈ ਦਿਲ ਲੁੱਟ ਕੇ ਮੋਬਾਈਲ ਨੈਟਵਰਕ ਵੀ ਬਹੁਤ ਡਾਊਨ ਰਹਿੰਦਾ ਹੈ ਨਾ ਗੱਲ ਤਾਂ ਹੋ ਹੀ ਨਹੀਂ ਸਕਦੀ
चलो हुन बैठ जाओ कि खड़े ही रहना। हाँ हाँ बैठना तो है ही, बैठना। हाँ मैडम। हाँ आ जा। ऐना तेरा नाम बदल के ऐना हजारे रख देना। वो भुख हड़ताल से हों तू चुप हड़ताल से सी सारे रात गल ही नहीं की कुड़ी ने। हां मुंह देख के मैं लटकया पे जिदा ढिड च मलप पे होंगे। वो तबीयत ठीक है तेरी? यस कुकू मैं ठीक है। हेलो जे झूठ भी बोलना कॉन्फिडेंस ना तो बोल। एक कमलजीत सिंह कुकू झूठ ऐ फड़दा जे मैं उड़दी अल चूचा नहीं फड़दी होंगी। टेल मी द ट्रुथ, गल की है? ਇਹਦਾ ਤਰਸੇਮ ਸਰ ਨੇ ਤੁਸੀਂ ਇਹਨਾਂ ਦੀ ਫੋਟੋ ਖਿੱਚ ਚੁੱਕੀ ਹੈ। ਆ ਤਰਸੇਮ ਨਹੀਂ ਬਲਬੀਰ ਹੈ। ਕਹਿਣਾ ਐਨਕ ਲੱਗਣ ਵਾਲੀ ਹੈ ਤੇਰੇ। ਇਹ ਤਰਸੇਮ ਸਿੰਘ ਹੈ ਬਹੁਤ ਵੱਡਾ ਬਿਜ਼ਨਸਮੈਨ। ਨਾਲੇ ਕੈਨੇਡਾ ਤੈਨੂੰ ਰਿਪੋਰਟ ਮਿਲਤਾ ਗਈ ਸੀ ਕਿ ਬਲਬੀਰ ਸਿੰਘ ਇਜ਼ ਮਿਸਿੰਗ। ਬਿਲੀਵ ਮੀ ਹੀ ਇਜ਼ ਬਲਬੀਰ। ਤੈਨੂੰ ਕੋ ਭੁਲੇਖਾ ਲੱਗਿਆ? ਨਾਲੇ ਤੂੰ ਆਪ ਹੀ ਤਾਂ ਕਿਹਾ ਸੀ ਕਿ ਬਲਬੀਰ ਸਿੰਘ ਪੱਗ ਬੰਨ੍ਹਦਾ ਹੈ ਔਰ ਇਹ ਬਿਨਾਂ ਪੱਗ ਤੋਂ ਹੈ। ਦੈਨ ਬਲਬੀਰ ਸਿੰਘ ਐਂਡ ਤਰਸੇਮ ਸਿੰਘ ਹਾਊ ਕੈਨ ਬੀ ਦ ਸੇਮ ਥਿੰਗ। Why don't you believe me? ये सेम बदमाश है। एक बार मेरे सामने लेके आओ। मैं कोई झूठ बोल रहा है या? नहीं, नहीं है ना। तू झूठ नहीं बोल सकती। पर जे तरसेम सिंह की बलबीर सिंह है ना, फिर मैं इन्हें बेनकाब करके रहूंगा। मेरा तेरे नाल प्रॉमिस है। खाना बहुत स्वासी है ना? हाँ। स्वास स्वास च ज्यादा खा लिया। नहीं नहीं दिल में दिन है। ਤਰੀ ਜਗਤਾਰ ਭੈਣ ਸੋਰੀ ਮੇਰਾ ਸਾਲਾ ਬਟੂਆ ਕੱਢ ਕੇ ਲੈ ਗਿਆ। ਅੱਛਾ ਵਾਪਸ ਵੀ ਨਹੀਂ ਰੱਖ ਕੇ ਗਿਆ। ਤੂੰ ਐਂ ਕਰ ਅਬੇਲ ਤੂੰ ਪੇ ਕਰ ਦੇ। ਦੇਖ ਲੰਚ ਮੇਰੇ ਵੱਲੋਂ ਸੀ, ਮੈਂ ਤੈਨੂੰ ਪੇ ਕਰ ਦੂੰਗਾ। ਯਾਰ ਦੀਪ ਤੈਨੂੰ ਪਤਾ ਨਾ ਬਾਪੂ ਜੀ ਜਿੰਨੇ ਕੁ ਪੈਸੇ ਪਿੰਡੋਂ ਭੇਜਦੇ ਆ ਉਹ ਮਹੀਨੇ ਦੀ 15 ਜਾਂ 20 ਤਰੀਕ ਨੂੰ ਖਤਮ ਹੋ ਜਾਂਦੇ ਆ ਹਨਾ। ਤੇ ਅੱਜ ਕਿੰਨੀ ਤਰੀਕ ਹੈ? 24। ਇਹ ਸਾਲਾ ਜਗਤਾਰ ਆਪਣੀ ਦੋਸਤੀ ਦਾ ਨਜਾਇਜ਼ ਫਾਇਦਾ ਉਠਾ ਰਿਹਾ। ਇਹਨੂੰ ਸਬਕ ਸਿਖਾਉਣਾ ਹੀ ਪਊ। ਬਿਲਕੁਲ ਠੀਕ ਕਹਿ ਰਿਹਾ ਦੀਪ ਤੂੰ। ਇੰਪਲੋਈ ਚਾਹੇ ਦੋਸਤ ਕਿਉਂ ਨਾ ਹੋਵੇ ਉਹਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਉਹ ਦੋਸਤ ਹੋਣ ਦੇ ਨਾਲ ਨਾਲ ਨੌਕਰ ਵੀ ਹੈ। ਡੋਂਟ ਵਰੀ, ਬਿੱਲ ਮੈਂ ਪੇ ਕਰਦੀ ਹਾਂ। ਵੈਸੇ ਵੀ ਤੁਹਾਨੂੰ ਦੋਨਾਂ ਨੂੰ ਇਨਵਾਈਟ ਮੈਂ ਹੀ ਕੀਤਾ ਸੀ। ਚਲੋ ਠੀਕ ਹੈ, ਬਟ ਇਹ ਮੇਰੇ ਸਿਰ ਉਧਾਰ ਰਿਹਾ। ਵੈਸੇ ਵੀ ਮੈਂ ਲਾਈਕ ਨਹੀਂ ਕਰਦਾ ਹੈਗਾ ਵੀ ਕੁੜੀਆਂ ਬਿੱਲ ਪੇ ਕਰਨ। ਕਿਉਂ ਕੁੜੀਆਂ ਬਿੱਲ ਕਿਉਂ ਨਹੀਂ ਦੇ ਸਕਦੀਆਂ? ਜਸ਼ਨ ਤੂੰ ਦੱਸ, ਜੇ ਮੈਂ ਬਿੱਲ ਦੇ ਦਿੱਤਾ ਤੇ ਕੁਝ ਗਲਤ ਕੀਤਾ? ਨਹੀਂ, ਮੈਨੂੰ ਤਾਂ ਨਹੀਂ ਲੱਗਦਾ। ਵੈਸੇ ਵੀ ਮੈਂ ਬਿੱਲ ਅਫੋਰਡ ਕਰ ਹੀ ਨਹੀਂ ਸਕਦਾ। ਓ ਯਾਰ ਤੂੰ ਮੇਰੇ ਹੁੰਦੇ ਟੈਨਸ਼ਨ ਕੋ ਲੈਣਾ, ਮੈਂ ਹੈਗਾ ਨਾ। ਚਲੋ ਠੀਕ ਹੈ, ਇਹ ਬਿੱਲ ਮੇਰੇ ਸਿਰ ਉਧਾਰ ਰਿਹਾ। ਸਹਿਜ ਜਦੋਂ ਆਪਾਂ ਮਿਲਾਂਗੇ ਮੈਂ ਤੈਨੂੰ ਪੈਸੇ ਦੇ ਦੇਵਾਂਗਾ। ਚਲੀਏ ਹੁਣ। ਨਹੀਂ ਨਹੀਂ ਤੁਸੀਂ ਬੈਠੋ ਤੇ ਸੋਚੋ ਨੈਕਸਟ ਟਾਈਮ ਬਿੱਲ ਕੌਣ ਪੇ ਕਰੇਗਾ। ਮੈਂ ਚੱਲਦੀ ਹਾਂ। ਬਾਏ ਬਾਏ। ਬਾਏ। ਸਾਲੇ ਤੁਸੀਂ ਮੈਨੂੰ ਐਂ ਦੱਸੋ ਤੁਹਾਨੂੰ ਰੋਟੀ ਖਾਣ ਤੋਂ ਪਹਿਲਾਂ ਵੀ ਦਾਰੂ ਚਾਹੀਦੀ ਆ ਬਾਅਦ ਚ ਵੀ? ਦਾਰੂ ਥੋੜੀ ਆ, ਬੀਅਰ ਆ ਯਾਰ, ਸਾਨੂੰ ਇੰਨਾ ਵੀ ਨਹੀਂ ਪਤਾ। ਨਾਲੇ ਪਹਿਲਾਂ ਕਦੋਂ ਪੀਤੀ ਸੀ? ਸਹਿਜ ਮੁੰਡੇ ਥੋੜੀ ਪੀ ਸਕਦੇ ਸੀ, ਸਾਡੀ ਵੀ ਕੋਈ ਇੱਜ਼ਤ ਹੈ। ਓਏ ਤੂੰ ਮੈਨੂੰ ਐਂ ਦੱਸ, ਮੈਂ ਤੇਰਾ ਪਰਸ ਕਾ ਚੋਰੀ ਕੀਤਾ? ਸਾਲੇ ਤੁਸੀਂ ਰੋਜ਼ ਮੇਰੀ ਜੇਬ ਕੱਟਦੇ ਹੋ, ਮੈਂ ਤੁਹਾਨੂੰ ਕਦੇ ਕਿਹਾ? ਤੂੰ ਦੱਸਿਆ? ਗੱਲ ਸੁਣ ਤਾਰਿਆ। ਓਏ ਜੇਬ ਤਾਂ ਮੇਰੀ ਕੱਟਦੇ ਕੱਟਦੇ ਸਿੱਧਾ ਨੌ ਵੀ ਕੱਟਤਾ ਜਗਤਾਰ ਤੋਂ ਤਾਰਾ। ਸੋਰੀ ਸੋਰੀ, ਵੈਰੀ ਵੈਰੀ ਸੋਰੀ ਸਰਦਾਰ ਜਗਤਾਰ ਸਿੰਘ ਰਾਏ ਜੀ। ਚੱਕ ਗੱਲ ਸੁਣੋ, ਇਹ ਜਸ਼ਨ ਦੀਆਂ ਗੱਲਾਂ 'ਚ ਬਿਲਕੁਲ ਨਹੀਂ ਆਉਣਾ। ਇਹ ਜਿੰਨੇ ਚੁੱਪ ਕੀਤੇ ਬੰਦੇ ਹੁੰਦੇ ਆ ਨਾ, ਇਹ ਸਾਲੇ ਬਹੁਤ ਮੀਸਨੇ ਹੁੰਦੇ ਨੇ। ਪਰ ਜਦ ਤੈਨੂੰ ਪਤਾ ਵੀ ਸਹਿਜ ਮੇਰੀ ਹੈ, ਤੂੰ ਫਿਰ ਵੀ ਉੱਥੇ ਗਿਆ, ਆਪਣੇ ਵੀਰ ਨੂੰ ਬਿਨਾਂ ਦੱਸੇ ਗਿਆ। ਕਿਉਂ? ਠੀਕ ਹੈ। ਕੀ ਠੀਕ ਹੈ ਬਾਈ? ਹੁਣ ਕੁੜੀ ਮੈਨੂੰ ਬੁਲਾਉਂਦੀ ਹੈ, ਫਿਰ ਮੈਂ ਨਾ ਜਾਵਾਂ ਯਾਰ? ਸਾਲਿਆ ਕੋਈ ਬਹਾਨਾ ਮਾਰਦੇ ਕੰਜਰ ਦੇ,
ਨਾਲੇ ਅੱਜ ਨਹੀਂ ਤਾਂ ਕੱਲ ਉਹ ਤੁਹਾਡੀ ਭਾਬੀ ਬਣਨ ਵਾਲੀ ਹੈਗੀ ਹੈ ਤੇ ਤੂੰ ਜੇਠ ਧੱਕੇ ਨਾ ਬਣਾਈ ਜਾ ਉਹਨੂੰ ਭਰਜਾਈ ਹੈ ਕੁੜੀ ਤਾਂ ਇੱਕ ਵਾਰ ਵੀ ਨਹੀਂ ਕਹਿੰਦੀ ਹਣ ਗੱਲ ਸੁਣੋ ਏ ਪਾਪ ਨਹੀਂ ਗਿਆ ਹੈ ਇਹ ਭਾਈ ਮੈਨੂੰ ਕਹਿੰਦਾ ਯਾਰ ਮੇਰੀ ਤਾਂ ਗਰਲਫ੍ਰੈਂਡ ਲੱਗੀ ਹੋ ਠੀਕ ਆ ਕੀ ਠੀਕ ਆ ਮੈਂ ਤਾਂ ਕਹਿ ਦੂੰ ਕੈਟਰੀਨਾ ਕੈਫ ਮੇਰੀ ਗਰਲਫ੍ਰੈਂਡ ਆ ਬਣ ਗਈ ਫਿਰ ਹੈ ਓਏ ਗਰਲਫ੍ਰੈਂਡ ਹੋ ਤੁਹਾਨੂੰ ਮੈਂ ਚੰਗੀ ਤਰ੍ਹਾਂ ਸਮਝਾ ਵੀ ਕੁੜੀਆਂ ਦੇ ਮਗਰ ਨਾ ਫੇਰਿਆ ਕਰੋ ਕੁੜੀ ਇੱਕ ਵਾਰ ਜ਼ਿੰਦਗੀ ਚ ਆਈ ਨਹੀਂ ਤੇ ਯਾਰੀ ਚ ਪਾੜ ਪਿਆ ਨਹੀਂ ਆ ਦੇਖ ਲਓ ਕੀ ਪਾੜ ਪੈ ਗਿਆ ਹੈ ਓ ਯਾਰ ਗੱਲ ਸੁਣ ਮੇਰੀ ਜੇ ਸਾਰੀ ਦੁਨੀਆ ਬਜਰੰਗ ਬਲੀ ਦੀ ਭਗਤ ਬਣ ਗਈ ਤਾਂ ਸ੍ਰਿਸ਼ਟੀ ਕਿਵੇਂ ਚੱਲੂ ਓ ਦੁਨੀਆ ਨੂੰ ਕੋਈ ਬੰਦਾ ਨਹੀਂ ਚਲਾਉਂਦਾ ਔਰ ਰੱਬ ਹੀ ਚਲਾਉਂਦਾ ਚਾਰ ਜਵਾਕ ਜੰਮ ਕੇ ਕਹਿ ਦਿੰਦੇ ਹੋ ਵੀ ਤਾਂ ਰੱਬ ਦੀ ਦੇਣਾ ਇਹ ਤੁਹਾਡੇ ਬ੍ਰਹਮਚਾਰੀਆਂ ਦੀ ਹੁੰਦਾ ਸਾਡੇ ਨਹੀਂ ਹੈਗਾ ਚਲੋ ਸੁਸੂ ਯਾਰ ਕੁੱਕੂ ਕੀ ਗੱਲਾਂ ਕਰਦੇ ਹੋ ਤੁਸੀਂ ਇਹ ਤਾਂ ਚੰਗਾ ਹੋਇਆ ਕਿ ਤੁਸੀਂ ਕਿਸੇ ਹੋਰ ਕੋਲ ਨਹੀਂ ਇਹ ਗੱਲ ਕੀਤੀ ਸਰਦਾਰ ਤਰਸੇਮ ਸਿੰਘ ਇੱਕ ਇੱਜ਼ਤਦਾਰ ਬੰਦਾ ਹੈ ਤੁਸੀਂ ਉਹਨੂੰ ਬਲਬੀਰ ਸਿੰਘ ਬਣਾਈ ਜਾ ਰਹੇ ਹੋ ਮੈਨੂੰ ਪੱਕਾ ਪਤਾ ਹੈ ਸਰ ਆਈ ਐਮ ਸ਼ੋਰ ਮੈਡਮ ਜੀ ਜਿਸ ਟਾਈਮ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਵੇਲੇ ਤਾਂ ਤਰਸੇਮ ਸਿੰਘ ਇੰਡੀਆ ਵਿੱਚ ਹੀ ਸੀ ਉਹ ਬੰਗਲੌਰ ਦੇ ਕੋਲ ਇੱਕ ਪ੍ਰੋਜੈਕਟ ਤੇ ਕੰਮ ਕਰ ਰਿਹਾ ਸੀ ਤੇ ਉਹਦੀ ਘਰ ਵਾਲੀ ਇੰਗਲੈਂਡ 'ਚ ਸੀ ਆਪਣੀ ਪੜ੍ਹਾਈ ਦੇ ਸਿਲਸਿਲੇ 'ਚ ਪਰ ਥਾਣੇਦਾਰ ਸਾਹਿਬ ਐਨਾ ਐਡਾ ਵੱਡਾ ਭੁਲੇਖਾ ਨਹੀਂ ਖਾ ਸਕਦੀ ਹੋਰ ਕਿੱਡਾ ਵੱਡਾ ਖਾ ਸਕਦੀ ਹੈ ਤੁਸੀਂ ਤਰਸੇਮ ਮੇਰੇ ਸਾਹਮਣੇ ਇੱਕ ਵਾਰ ਲੈ ਕੇ ਆਓ ਮੈਡਮ ਜੀ ਕੱਲ ਨੂੰ ਤੁਸੀਂ ਕਹੋਗੇ ਅਮਿਤਾਭ ਬੱਚਨ ਤੇ ਤੁਹਾਨੂੰ ਸ਼ੱਕ ਹੈ ਉਹਨੂੰ ਲੈ ਕੇ ਆਓ ਤੁਹਾਡੇ ਕੋਲ ਇੰਝ ਨਹੀਂ ਹੁੰਦਾ ਤੁਹਾਡੇ ਕੋਲ ਕੋਈ ਸਬੂਤ ਹੋਣਾ ਚਾਹੀਦਾ ਕੋਈ ਫੋਟੋ ਹੈ ਬਲਬੀਰ ਸਿੰਘ ਦੀ ਤੁਹਾਡੇ ਕੋਲ ਜੀ ਕਮਾਲ ਹੈ ਉਹ 6 ਮਹੀਨੇ ਰਿਹਾ ਤੁਹਾਡੇ ਕੋਲ ਤੇ ਤੁਹਾਡੇ ਕੋਲ ਕੋਈ ਫੋਟੋ ਹੀ ਨਹੀਂ ਉਹ ਤੁਹਾਡੀ ਕੈਨੇਡਾ ਦੀ ਰਿਪੋਰਟ ਵੇਲੇ ਅੰਬੈਸੀ ਨੇ ਇੱਕ ਫੋਟੋ ਭੇਜੀ ਸੀ ਉਹਦੀ ਪਰ ਉਹ ਤਾਂ ਕੋਈ ਹੋਰ ਹੀ ਆਦਮੀ ਸੀ ਨਾਲੇ ਜਿਵੇਂ ਸਾਨੂੰ ਸਾਰੇ ਜਪਾਨੀ ਇੱਕੋ ਜਿਹੇ ਲੱਗਦੇ ਆ ਨਾ ਇੱਦਾਂ ਹੀ ਇਹਨਾਂ ਨੂੰ ਸਾਰੇ ਪਗੜੀਆਂ ਵਾਲੇ ਇੱਕੋ ਜਿਹੇ ਲੱਗਦੇ ਕਿਉਂ ਜੀ ਉਹ ਤਾਂ ਮੈਨੂੰ ਪਤਾ ਨਹੀਂ ਥਾਣੇਦਾਰ ਸਾਹਿਬ ਪਰ ਮੈਨੂੰ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਲੱਗਦੇ ਆ ਜੀ ਜੇ ਪਤਾ ਲੱਗਿਆ ਤਾਂ ਦੱਸਾਂਗੇ ਤੁਹਾਨੂੰ ਫੋਨ ਕਰਾਂਗੇ ਚਲੋ ਫਿਰ ਵੀ ਮਿਹਰਬਾਨੀ ਜੀ ਤੁਹਾਡੀ ਮੈਂ ਵੀ ਕਹਾਂ ਵੀ ਬੈਡਰੂਮ ਚੋਂ ਫੋਟੋ ਗਈ ਕਿੱਥੇ ਚੱਲ ਕੋਈ ਨਹੀਂ ਫੋਟੋ ਤਾਂ ਕੀ ਆ ਫੋਟੋ ਲੱਗੇ ਕੀ ਕਰ ਲੂਗੀ ਉਹ ਤਾਂ ਠੀਕ ਹੈ ਬਾਈ ਜੀ ਦੇਖੋ ਪਰ ਤੁਸੀਂ ਮੇਰਾ ਸਾਥ ਨਾ ਛੱਡਿਓ ਤੁਹਾਨੂੰ ਤਾਂ ਪਤਾ ਹੈ ਬਾਈ ਜੀ ਮੈਂ ਸਾਰਾ ਕੁਝ ਤੁਹਾਡੇ ਕਹਿਣ ਤੇ ਕੀਤਾ ਸਾਲੇ ਮੇਰੇ ਕਹਿਣ ਤੇ ਕੀਤਾ ਮੈਂ ਤੈਨੂੰ ਕਿਹਾ ਸੀ ਗੋਰੀ ਜਾ ਕੇ ਫਸਾਉਣ ਨੂੰ ਤੇਰੀ ਘਰ ਵਾਲੀ ਚਲੀ ਗਈ ਪੜ੍ਹਨ ਤੇ ਤੂੰ ਫਸਾ ਲਈ ਗੋਰੀ ਨਾਲੇ ਉਹਦਾ ਪੈਸਾ ਲੈ ਕੇ ਭੱਜਣ ਦੀ ਤੈਨੂੰ ਕੀ ਲੋੜ ਸੀ ਬਾਈ ਜੀ ਮੈਂ ਕਰ ਜਾ ਸਾਲਾ ਬਾਈ ਜੀ ਦਾ ਲੱਗਦਾ ਤੇਰੇ ਜਾਣ ਤੋਂ ਬਾਅਦ ਦਸਾਉਂਦੇ ਤਾਂ ਕੰਡਾ ਸੀ ਕੱਢਦਾ ਸੀ ਪਰ ਤੂੰ ਆ ਕੇ ਸਾਰਾ ਕੰਮ ਫੇਰ ਖਰਾਬ ਕਰਤਾ ਸਰਦਾਰ ਜੀ ਫਿਰ ਮੇਰੇ ਲਈ ਕੀ ਹੁਕਮ ਹੈ ਵੈਸੇ ਤਾਂ ਮੈਂ ਕਿਸੇ ਨੂੰ ਕੁਛ ਦੱਸਦਾ ਨਹੀਂ ਹੁੰਦਾ ਪਰ ਕੀ ਕਰਾਂ ਬੱਚੇ ਹੁਣ ਵੱਡੇ ਹੋਣ ਲੱਗ ਪਏ ਉਹਨਾਂ ਦੀਆਂ ਜ਼ਰੂਰਤਾਂ ਵੀ ਵਧਣ ਲੱਗ ਪਈਆਂ ਦੰਦ ਨਾ ਕੱਟੀ ਜਾ ਆ ਕੁੱਤੇ ਨੂੰ ਹੱਡੀ ਪਾ ਦੇ ਦੇਖਿਆ ਦੇਖਿਆ ਸਰਦਾਰ ਜੀ ਨੇ ਮੈਨੂੰ ਮਾਣ ਬਖਸ਼ਿਆ ਪਰ ਘਰ ਦਾ ਕੁੱਤਾ ਕਦੇ ਘਰਦਿਆਂ ਨੂੰ ਨਹੀਂ ਵੱਟਦਾ ਹੁੰਦਾ ਇੱਕ ਗੱਲ ਯਾਦ ਰੱਖੀ ਉਜਾਗਰ ਸਿੰਘ ਜੇ ਕੁੱਤਾ ਹਲਕ ਜੇ ਨਾ ਤਾਂ ਗੋਲੀ ਮਾਰ ਦਿੰਦੇ ਹੁੰਦੇ ਨੇ ਪਰ ਮੇਰਾ ਤਜਰਬਾ ਕਹਿੰਦਾ ਹੈ ਕਿ ਜੇ ਹਲਕਿਆ ਕੁੱਤਾ ਕਿਸੇ ਨੂੰ ਵੱਢ ਲੈ ਨਾ ਤਾਂ ਬਚਦਾ ਉਹ ਵੀ ਨਹੀਂ ਹੁੰਦਾ ਬਹੁ 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 ਸਤਿ ਸ੍ਰੀ ਅਕਾਲ ਐਂਡ ਕਾਪੀ ਟੂ ਆਲ ਬਾਈ ਜੀ ਆਹ ਤੁਹਾਡਾ ਹਲਕਾਇਆ ਹੋਇਆ ਕੁੱਤਾ ਆਪਾਂ ਨੂੰ ਇੱਕ ਦਿਨ ਵੱਢੂ ਜ਼ਰੂਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਵੈਂਟ ਨੇ ਦੱਸਿਆ ਕਿ ਤੁਸੀਂ ਆਏ ਹੋ ਬਟ ਏ ਪਲੇਜ਼ੈਂਟ ਸਰਪ੍ਰਾਈਜ਼ ਪਲੀਜ਼ ਬੈਠੋ ਨਾ ਬੈਠੋ ਤੁਸੀਂ ਵੀ ਜੀ ਓ ਐਕਚੁਅਲੀ ਇੱਕ ਬਹੁਤ ਜ਼ਰੂਰੀ ਮਸਲੇ ਤੇ ਤੁਹਾਡੇ ਨਾਲ ਕੋਈ ਸਲਾਹ ਕਰਨੀ ਸੀ ਉਹਦੇ ਵਾਸਤੇ ਕਸ਼ਟ ਦਿੱਤਾ ਜੀ ਤੁਹਾਨੂੰ ਓਕੇ ਦੱਸੋ ਮੈਂ ਕੀ ਹੈਲਪ ਕਰ ਸਕਦੀ ਤੁਹਾਡੀ ਦਰਅਸਲ ਇਹਦੀ ਸਿਸਟਰ ਦੀ ਪ੍ਰੋਬਲਮ ਹੈ ਜੀ ਇਹਨਾਂ ਦੀ ਹਾਂ ਹਾਂ ਦੱਸੋ ਇੱਥੋਂ ਇੰਡੀਆ ਤੋਂ ਨਾ ਜੀ ਇੱਕ ਵਿਆਹ ਵਰਿਆ ਬੰਦਾ ਕੈਨੇਡਾ ਗਿਆ ਸੀ ਉੱਥੇ ਜਾ ਕੇ ਉਹਨੇ ਇਹਦੀ ਸਿਸਟਰ ਨਾਲ ਸ਼ਾਦੀ ਕਰ ਲਈ ਜੀ
ਥੋੜਾ ਟਾਈਮ ਰਿਹਾ ਜੀ ਉਹਦੇ ਨਾਲ ਤਾਂ ਬਾਅਦ ਚ ਉਹਦਾ ਸਾਰਾ ਪੈਸਾ ਤੇ ਲਾ ਲੁੱਟ ਕੇ ਤਾਂ ਇਧਰ ਵਾਪਸ ਇੰਡੀਆ ਆ ਗਿਆ ਜੀ ਉਰੇ ਆ ਕੇ ਲਾਪਤਾ ਹੋ ਗਿਆ ਬੰਦਾ ਓਕੇ ਪਰ ਮੈਂ ਇਹਦੇ ਵਿੱਚ ਤੁਹਾਡੀ ਕੀ ਹੈਲਪ ਕਰ ਸਕਦੀ ਆ ਤੁਸੀਂ ਪੁਲਿਸ ਵਿੱਚ ਰਿਪੋਰਟ ਤਾਂ ਕਰਵਾਈ ਹੋਏਗੀ ਨਾ ਕੀਤੀ ਪੁਲਿਸ ਰਿਪੋਰਟ ਤਾਂ ਕੀਤੀ ਜੀ ਔਰ ਗੱਲ ਇਹ ਕਿ ਉਹ ਬੰਦੇ ਦਾ ਸਾਨੂੰ ਥੋੜਾ ਜਿਹਾ ਹੁਣ ਪਤਾ ਵੀ ਲੱਗ ਗਿਆ ਜੀ ਬੰਦਾ ਕੌਣ ਹੈ ਜੀ ਸਿਰਫ ਨਾ ਉਹ ਥੋੜਾ ਕਨਫਰਮ ਕਰਨਾ ਬਾਕੀ ਹੈ ਪ੍ਰੋਬਲਮ ਇਹ ਜੀ ਕਿ ਉਹਦੀ ਵਾਈਫ ਬਹੁਤ ਚੰਗੀ ਹੈ ਜੀ ਜਦੋਂ ਉਹਦੀ ਵਾਈਫ ਵੱਲ ਦੇਖਦੇ ਹਾਂ ਤਾਂ ਫਿਰ ਬਹੁਤ ਦੁੱਖ ਆਉਂਦਾ ਜੀ ਉਹ ਕਨਫਿਊਜ਼ਨ ਹੈ ਜੀ ਕਿ ਕੀ ਕਰਨਾ ਚਾਹੀਦਾ ਹੁਣ ਪਰ ਉਹਦੀ ਵਾਈਫ ਨੂੰ ਪਤਾ ਉਹਦੀ ਇਸ ਹਰਕਤ ਬਾਰੇ ਨੋ ਨੋ ਉਸਨੇ ਕੁਝ ਪਤਾ ਨਹੀਂ ਪਰ ਜਦ ਵੀ ਕਨਫਰਮ ਹੋਇਆ ਨਾ ਤੁਸੀਂ ਉਹਦੀ ਵਾਈਫ ਨੂੰ ਜ਼ਰੂਰ ਦੱਸਣਾ ਐਸੇ ਬੰਦੇ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ Really? You mean that? ਤੁਸੀਂ ਸੱਚ ਕਹਿ ਰਹੇ ਹੋ ਨਾ Yes, Anna, ਮੈਂ ਸੱਚ ਕਹਿ ਰਹੀ ਹਾਂ ਐਸੇ ਬੰਦੇ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ ਤੁਸੀਂ ਮੇਰੀ ਮਾਈਂ ਤੋਂ ਬਹੁਤ ਛਾਟਾ ਦਿੱਤਾ Anna, I think we should move, huh? Thank you so much. ਚਲੀਏ ਆਪਾਂ ਹਨਾ ਪਲੀਜ਼ ਤੁਸੀਂ ਬੈਠੋ ਤਾਂ ਸਹੀ ਚਾਹ ਪੀ ਕੇ ਜਾਇਓ ਨੈਕਸਟ ਟਾਈਮ ਜਾਣਾ ਜੀ ਥੋੜਾ ਲੇਟ ਹੋ ਜਾਵਾਂਗੇ ਹੈ ਓਕੇ ਥੈਂਕ ਯੂ ਸੋ ਮੱਚ ਓਹੋ ਨਾ ਹੁਣ ਬਹਿ ਵੀ ਜਾਓ ਇਸ ਤਰ੍ਹਾਂ ਘੁੰਮਣ ਨਾਲ ਕੁੜੀ ਨੇ ਤਾਂ ਵਾਪਸ ਆ ਨਹੀਂ ਜਾਣਾ ਨਾ ਮੈਨੂੰ ਇਹ ਦੱਸ ਇਸ ਤਰ੍ਹਾਂ ਆਪਣਾ ਘਰ ਛੱਡ ਕੇ ਕਿਸੇ ਦੇ ਘਰੇ ਜਾ ਕੇ ਬਹਿਣਾ ਚੰਗਾ ਲੱਗਦਾ ਭਲਾ ਹੈ ਤਾਂ ਤੁਹਾਡੀ ਕੁੜੀ ਜਿਹੋ ਜਿਹੇ ਜਿੱਦੀ ਤੁਸੀਂ ਹੋ ਉਹੋ ਜਿਹੀ ਤੁਹਾਡੀ ਧੀ ਹੈ ਕਹਿੰਦੀ ਮੁੰਡਾ ਪਸੰਦ ਕਰਕੇ ਆਉਂਗੀ ਨਾ ਉੱਥੇ ਇੰਦਰ ਕੌਰ ਦੇ ਵਿਹੜੇ ਵਿੱਚ ਮੁੰਡੇ ਦਰਖਤਾਂ ਲੱਗਦੇ ਆ ਜਿਹੜਾ ਤੋੜ ਕੇ ਲਾਊਗੀ ਉਹ ਜਿਹੜਾ ਮੁੰਡਾ ਮੈਂ ਪਸੰਦ ਕੀਤਾ ਸੀ ਜੇ ਉਹਨੂੰ ਵੇਖ ਲੈਂਦੇ ਕੀ ਹਰਜ ਸੀ ਭਲਾ ਤੁਹਾਡੇ ਦੇਖੇ ਮੁੰਡਿਆਂ ਦੀ ਚੰਗੀ ਜਾਂ ਮਾੜੀ ਗੱਲ ਤਾਂ ਬਾਅਦ 'ਚ ਆਉਂਦੀ ਹੈ ਉਹਨੂੰ ਤਾਂ ਜਦੋਂ ਆ ਪੈਸਿਆਂ ਵਾਲੀ ਗੱਲ ਦਾ ਪਤਾ ਚੱਲਿਆ ਤਾਂ ਉਹ ਅੜ ਗਈ ਇਹ ਵੀ ਉਹਨੂੰ ਤੂੰ ਹੀ ਦੱਸਿਆ ਨਹੀਂ ਤਾਂ ਉਹਨੂੰ ਭਲਾ ਕੀ ਪਤਾ ਸੀ ਕਦੇ ਕਦੇ ਤਾਂ ਮੇਰਾ ਦਿਲ ਕਰਦਾ ਦੋ ਮਾਰਾਂ ਤੇਰੇ ਦੋ ਤੇਰੇ ਮੁੰਡੇ ਦੇ ਗੱਲ ਸੁਣ ਲਓ ਮੇਰੀ ਕੰਨ ਖੋਲ ਕੇ ਜੇ ਅੱਜ ਤੋਂ ਬਾਅਦ ਭੁੱਲ ਕੇ ਵੀ ਮੇਰੇ ਤੇ ਹੱਥ ਚੁੱਕਿਆ ਨਾ ਤਾਂ ਇੱਕ ਦੇ ਜਵਾਬ 'ਚ ਦੋ ਮਿਲਣਗੇ ਦੋ ਕਦੇ ਭੁੱਲੇ ਬੈਠੇ ਹੋਵੋਗੇ ਤੂੰ ਇਉਂ ਕਰ ਮੇਰੇ ਗੱਲ 'ਚ ਸੰਗਲੀ ਪਾ ਕੇ ਨਾ ਆ ਬਾਹਰ ਬੂਹੇ ਤੇ ਬੰਨ ਦੇ ਮੈਨੂੰ ਸਵੇਰੇ ਸ਼ਾਮ ਦੋ ਰੋਟੀਆਂ ਪਾ ਦਿਆ ਕਰੀ ਕੁੱਤਾ ਬਣਾ ਕੇ ਰੱਖਤਾ ਮੈਨੂੰ ਆਪਣੇ ਘਰ 'ਚ ਸਾਰੀ ਜ਼ਿੰਦਗੀ ਕੁੱਤੇ ਕੰਮ ਕਰਿਆ ਇਸ ਬੰਦੇ ਨੇ ਹੁਣ ਆਖੇ ਮੈਨੂੰ ਕੁੱਤਾ ਬਣਾ ਕੇ ਰੱਖਤਾ ਯਾਰ ਮੈਨੂੰ ਰੁਪਿੰਦਰ ਜੀ ਤੇ ਨਾ ਬਹੁਤ ਤਰਸ ਆਉਂਦਾ ਵਿਚਾਰੀ ਇੰਨੀ ਚੰਗੀ ਲੇਡੀ ਤੇ ਉਹਦੇ ਨਾਲ ਇੰਨਾ ਮਾੜਾ ਹੋ ਰਿਹਾ ਮੈਂ ਇੱਕ ਵਾਰ ਵੀ ਸੋਚਿਆ ਜਾਣਦੇ ਹੋ ਜੋ ਹੋਇਆ ਸੋ ਹੋਇਆ ਪਰ ਕੋਕੂ ਕਹਿੰਦਾ ਹੈ ਕਲਪ੍ਰਿਤ ਨੂੰ ਸਜ਼ਾ ਮਿਲਣੀ ਚਾਹੀਦੀ ਬਿਲਕੁਲ ਠੀਕ ਕਹਿੰਦਾ ਡੋਂਟ ਲੀਵ ਹਿਮ ਸਮਝ ਆਈ ਗੱਲ ਪਰ ਅੱਜ ਮੇਰੇ ਕੋਲ ਕੋਈ ਪ੍ਰੂਫ ਨਹੀਂ ਹੈ ਤੁਸੀਂ ਸਾਰੇ ਮੇਰੇ ਕਿੰਨੀ ਹੈਲਪ ਕਰ ਰਹੇ ਹੋ ਮੈਂ ਕਿਵੇਂ ਤੁਹਾਡਾ ਹੈਲੋ ਮੈਡਮ ਥੈਂਕ ਯੂ ਕਹਿਣ ਦੀ ਕੋਈ ਲੋੜ ਨਹੀਂ ਹੈ ਵੈਸੇ ਵੀ ਇੱਕ ਪੰਜਾਬੀ ਨੇ ਤੇਰੀ ਸਿਸਟਰ ਨੂੰ ਚੀਟ ਕੀਤਾ ਤੇ ਸਾਡੇ ਸਾਰੇ ਪੰਜਾਬੀਆਂ ਦੀ ਡਿਊਟੀ ਬਣਦੀ ਹੈ ਕਿ ਅਸੀਂ ਤੇਰੀ ਮਦਦ ਕਰੀਏ ਸਮਝ ਆਈ ਗੱਲ ਅੱਛਾ ਇੱਕ ਗੱਲ ਦੱਸ ਤੂੰ ਦੀਪ ਤੇ ਜਸ਼ਨ ਬਾਰੇ ਕੋਈ ਡਿਸੀਜਨ ਲਿਆ ਆਈ ਥਿੰਕ ਜਸ਼ਨ ਵੀ ਤੈਨੂੰ ਪਿਆਰ ਕਰਦਾ ਹੈ ਕਮਾਲ ਹੈ ਨਾ ਤੂੰ ਜਸ਼ਨ ਦੀਆਂ ਅੱਖਾਂ ਵਿੱਚ ਮੇਰੇ ਲਈ ਪਿਆਰ ਦੇਖ ਲਿਆ ਤੇ ਕੁੱਕੂ ਦੀਆਂ ਅੱਖਾਂ 'ਚ ਆਪਣੇ ਲਈ ਨਹੀਂ ਦੇਖਿਆ ਦੇਖਿਆ ਹੈ ਸਹਿਜ ਪਰ ਮੈਂ ਸ਼ਾਇਦ ਉਹ ਪਹਿਲਾਂ ਕਿਸੇ ਨੂੰ ਪਿਆਰ ਕਰਦਾ ਸੀ ਤਾਂ ਜਦ ਉਹਦਾ ਪਿਆਰ ਸਿਰੇ ਨਹੀਂ ਚੜ੍ਹਿਆ ਔਰ ਤਾਂ ਉਹ ਬਹੁਤ ਹਰਟ ਹੋਇਆ ਔਰ ਅਜੇ ਵੀ ਭੁੱਲੇ ਜਾਂ ਨਹੀਂ ਤਾਂ ਮੈਂ ਉਸਦਾ ਦਿਲ ਨਹੀਂ ਤੁਰ ਸਕਦੀ ਆਈ ਹੈਵ ਟੂ ਗੋ ਬੈਕ ਟੂ ਮਾਈ ਕੰਟਰੀ ਪਰ ਇਹ ਕੰਟਰੀ ਹੋਰ ਹੈ ਹੈਲੋ ਮੈਡਮ ਕੀ ਕੰਟਰੀ ਸ਼ੰਟਰੀ ਲਾਇਆ ਔਰ ਪਿਆਰ ਕੋਈ ਕੰਟਰੀ ਦੇਖ ਕੇ ਹੁੰਦਾ ਯਾਰ ਪਿਆਰ ਤਾਂ ਬਸ ਹੋ ਜਾਂਦਾ ਬਿਨਾਂ ਸੋਚੇ ਸਮਝੇ ਸਮਝ ਆਈ ਗੱਲ ਕਿਉਂਕਿ ਬਹੁਤ ਚੰਗਾ ਕਿ ਸੱਚ ਬੰਦਾ ਹੈ ਮੈਂ ਉਸੇ ਦਿਲ ਨਹੀਂ ਤੁਰ ਸਕਦੀ ਹਾਂ ਦੂਜੀ ਵਾਰ ਜੇ ਉਸਨੂੰ ਝਟਕਾ ਲੱਗਿਆ ਤਾਂ ਸ਼ਾਇਦ ਉਹ ਇਹ ਦੁੱਖ ਬਰਦਾਸ਼ਤ ਨਾ ਕਰ ਸਕੇ ਆਏ ਹਾਏ ਸਹਿਜ ਨਹੀਂ ਹੌਲੀ ਪੁੱਤ ਐ ਨਾ ਇੱਧਰ ਦੇਖ ਓਹੋ ਆ ਪੜ ਉੜਾ ਉੜਾ
ਉੱਠ ਕੈਮਲ ਇਨ ਪੰਜਾਬੀ ਉੱਠ ਉੱਠ ਟਮ ਓਹ ਤੂੰ ਤਾਂ ਬਹਿ ਜਾ ਉੱਠ ਬੋਤਾ ਬੋਤਾ ਪੋਟਾ ਹਾਂ ਕੈਮਲ ਬੋਤਾ ਕੈਮਲ ਕੈਮਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਆਇਆ ਨਾ ਹਾਈ ਸਹਿਜ ਹਾਈ ਤੂੰ ਕਿਵੇਂ ਆਇਆ ਬਾਈ ਜਗਤਾਰ ਨੇ ਛੱਡ ਕੇ ਗਿਆ ਤੈਨੂੰ ਜਗਤਾਰ ਨੂੰ ਬਾਈ ਕੰਮ ਸੀ ਮੈਂ ਬੱਸ ਚੜ ਕੇ ਆ ਗਿਆ ਐ ਕਮਲਾ ਤੂੰ ਮੈਨੂੰ ਫੋਨ ਕਰ ਦਿੰਦਾ ਕਿਉਂ ਤੁਸੀਂ ਲੈਣਾ ਜਾਂਦੇ ਨਹੀਂ ਸਲਾਹ ਤਾਂ ਮੈਂ ਵੀ ਆਹੀ ਦੇਣੀ ਸੀ ਵੀ ਬੱਸ ਚੜ ਕੇ ਆ ਜਾ ਕਮਾਲ ਕਰਦੇ ਆ ਬਾਈ ਮੈਂ ਕਹਾਂ ਤੂੰ ਚਾਹ ਦਾ ਕਾਪੀ ਤੇ ਮੈਂ ਐਨਾ 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 ਜਲਦੀ ਨਹੀਂ ਕੀ ਹੋਇਆ ਆਪਣੇ ਸਾਰੇ ਪੇਪਰ ਰੈਡੀ ਕਰ ਲਾ ਪਿਕ ਬਹੁਤ ਜ਼ਰੂਰੀ ਬੰਦੇ ਨੂੰ ਮਿਲਣ ਜਾਣਾ ਠੀਕ ਹੈ ਬਹੁਤ ਜ਼ਰੂਰੀ ਹੈ ਓਕੇ ਸਾਰੇ ਪੇਪਰ ਰੈਡੀ ਕਰ ਲਾ ਉਹ ਡਾਕਟਰ ਆ ਮੈਂ ਬੱਚੀ ਦੇ ਸਿੰਘ ਦਗਾਲ ਮੈਂ ਵੀਰ ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ ਤੂੰ ਰਹਿਣ ਦੇ ਭੂਆ ਤੂੰ ਬਣਾ ਚਾਹ ਕਿਹਦੀ ਚਾਹ ਤਾਂ ਰੱਬ ਹੀ ਬਚਾਵੇ ਨਹੀਂ ਵੇਖੀ ਅੱਖ ਨਾ ਕੱਢਦੀ ਮੁੰਡੇ ਦੀ ਹੈ ਚੱਲ ਤੂੰ ਪਾਣੀ ਧਰ ਬਾਕੀ ਚਾਹ ਮੈਂ ਬਣਾ ਦੂੰ ਬੜੀ ਖਤਰਨਾਕ ਆ ਨਹੀਂ ਚੱਲ ਵੀ ਹੈ ਐਵੇਂ ਸ਼ਰਾਰਤਾਂ ਕਰੀਦੀਆਂ ਹਾਈ ਹਾਈ ਮਾਸਮ ਸੋਹਣਾ ਨਾ ਹਾਂਜੀ ਵੈਸੇ ਜੇ ਮੰਜਾ ਨਹੀਂ ਪਸੰਦ ਤੇ ਮੈਂ ਦੂਜਾ ਮੰਗਵਾ ਦਿੰਦੀ ਆ ਬਹਿ ਜਾਓ ਹੈ ਬਹਿ ਜਾਓ ਓਕੇ ਲੱਗਦਾ ਜੀ ਲੱਗ ਗਿਆ ਤੁਹਾਡਾ ਇੱਥੇ ਕਰਦੇ ਕੁਝ ਨਹੀਂ ਕਹਿੰਦੇ ਨਹੀਂ ਨਹੀਂ ਪਾਪਾ ਤਾਂ ਬਹੁਤ ਹੀ ਗੁੱਸੇ ਵਿੱਚ ਨੇ ਪਰ ਮੈਂ ਆਪਣੀ ਫਰੈਂਡ ਨੂੰ ਕੱਲਿਆਂ ਛੱਡ ਕੇ ਨਹੀਂ ਨਾ ਜਾ ਸਕਦੀ ਵੈਸੇ ਵੀ ਅਸੀਂ ਸਾਰੇ ਰਲ ਕੇ ਉਹਦੀ ਇੱਥੇ ਇੰਨੀ ਹੈਲਪ ਕਰ ਰਹੇ ਹਾਂ ਇੱਕ ਗੱਲ ਦੱਸ ਅੱਜ ਤੁਸੀਂ ਕਿਹਨੂੰ ਮਿਲਣ ਚੱਲੇ ਹੋ ਉਹ ਫਰੈਂਡ ਹੈ ਮੇਰਾ ਇੱਕ ਹੈ ਤਾਂ ਪੁਲਿਸ ਪਰ ਪਿਛਲੇ 6 ਮਹੀਨੇ ਤੋਂ ਸਸਪੈਂਡ ਆ ਉਹੀ ਇਮਾਨਦਾਰੀ ਦੀ ਸਜ਼ਾ ਸੋ ਤੂੰ ਵੀ ਸੋਚਦਾ ਕਿ ਹਮੇਸ਼ਾ ਇਮਾਨਦਾਰ ਨੂੰ ਸਜ਼ਾ ਮਿਲਦੀ ਹੈ ਹੁੰਦਾ ਤਾਂ ਕੁਝ ਐਦਾਂ ਹੀ ਹੈ ਲੋਕ ਝੂਠ ਤੇ ਬਨਾਵਟ ਨੂੰ ਚੰਗਾ ਸਮਝਦੇ ਨੇ ਤੇ ਸੱਚੇ ਬੰਦੇ ਨੂੰ ਬੇਵਕੂਫ ਤੇ ਸਭ ਕੁਝ ਜਾਣਦੇ ਹੋਏ ਵੀ ਤੂੰ ਉਸੇ ਰਾਹ ਤੇ ਤੁਰ ਰਿਹਾ ਕਿਉਂ ਚਾਹ ਮੈਂ ਨਹੀਂ ਬਣਾਈ ਵੀਰ ਜੀ ਭੂਆ ਨੇ ਬਣਾਈ ਹੈ ਚੁਲਸ ਲਓ ਹੁਣ ਜਸ਼ਨ ਸੌਰੀ ਜੇ ਤੂੰ ਨਹੀਂ ਦੱਸਣਾ ਚਾਹੁੰਦਾ ਤੇ ਨਾ ਦੱਸ ਤੇਰੀ ਮਰਜ਼ੀ ਯਾਰ ਐਸੀ ਕੋਈ ਗੱਲ ਨਹੀਂ ਹੈ ਸਹਿਜ ਮੇਰਾ ਤਾਂ ਖੁਦ ਦਾ ਮੰਨਣਾ ਕਿ ਸੱਚ ਇੱਕ ਹੁੰਦਾ ਤੇ ਝੂਠ ਹਜ਼ਾਰ ਵੈਸੇ ਵੀ ਮੇਰਾ ਤਾਂ ਸਭ ਕੁਝ ਜਗ ਜ਼ਾਹਰ ਕਾਲਜ ਵਿੱਚ ਲੋਕ ਮਜ਼ਾਕ ਉਡਾਉਂਦੇ ਰਹੇ ਪਰ ਕੁਝ ਐਸੇ ਇਨਸਾਨ ਵੀ ਮਿਲੇ ਜਿਨ੍ਹਾਂ ਨੇ ਮੇਰਾ ਬੈਕਗ੍ਰਾਉਂਡ ਨਹੀਂ ਦੇਖਿਆ ਮੈਨੂੰ ਦੇਖਿਆ ਤੇ ਕੁੱਕੂ ਬਾਈ ਉਹਨਾਂ ਸਾਰਿਆਂ ਚੋਂ ਇੱਕ ਹੈ ਕੁੱਕੂ ਭਾਜੀ ਤਾਂ ਬਹੁਤ ਹੀ ਵਧੀਆ ਇਨਸਾਨ ਨੇ ਜੋ ਇਹਨਾਂ ਲਈ ਇੰਨਾ ਕੁਝ ਕਰ ਰਹੇ ਨੇ ਉਹ ਕਿਸੇ ਲਈ ਕੁਝ ਵੀ ਕਰ ਸਕਦੇ ਨੇ ਤੇ ਤੂੰ ਜੋ ਇਹਨਾਂ ਲਈ ਕਰ ਰਹੀ ਹੈ ਉਹ ਵੀ ਕੋਈ ਕੋਈ ਕਰਦਾ ਅੱਛਾ ਮੇਰੀ ਗੱਲ ਛੱਡ ਇੱਕ ਗੱਲ ਪੁੱਛਾਂ ਤੂੰ ਕੋਈ ਜੌਬ ਕਿਉਂ ਨਹੀਂ ਕਰਦਾ ਮੇਰਾ ਮਤਲਬ ਹੈ ਕੋਈ ਕੰਮ ਧੰਦਾ ਕਰਨਾ ਚਾਹੀਦਾ ਤੈਨੂੰ ਕੱਲ੍ਹ ਨੂੰ ਤੇਰੇ ਮਾਂ ਬਾਪ ਕਿਤੇ ਤੇਰੀ ਗੱਲ ਤੋਰਨਗੇ ਕੁੜੀ ਵਾਲੇ ਤਾਂ ਇਹੀ ਪੁੱਛਣਗੇ ਨਾ ਕਿ ਮੁੰਡਾ ਕੀ ਕਰਦਾ ਫਿਰ ਮਾਂ ਤਾਂ ਮੇਰੀ ਹੈ ਹੀ ਨਹੀਂ ਤੇ ਬਾਪੂ ਜੀ ਘੋਰੇ ਅਨਪੜ੍ਹ ਸਾਰੀ ਉਮਰ ਘਰ ਜਵਾਈ ਬਣ ਕੇ ਰਹੇ ਲੋਕਾਂ ਲਈ ਮਜ਼ਾਕ ਦਾ ਪਾਤਰ ਮੇਰਾ ਵਿਆਹ ਤਾਂ ਹੋ ਹੀ ਨਹੀਂ ਸਕਦਾ ਜੇ ਕੋਈ ਕੁੜੀ ਤੈਨੂੰ ਪਿਆਰ ਕਰੇ ਤੇ ਤੂੰ ਉਸਨੂੰ ਤਾਂ ਵੀ ਨਹੀਂ ਤੂੰ ਵੀ ਮੇਰੇ ਨਾਲ ਮਜ਼ਾਕ ਕਰ ਰਹੀ ਆ ਨਾ ਜਿਵੇਂ ਸਾਰੇ ਕਰਦੇ ਨੇ ਜਸ਼ਨ ਮੈਂ ਮਜ਼ਾਕ ਨਹੀਂ ਕਰ ਰਹੀ ਮੈਂ ਸੀਰੀਅਸਲੀ ਪੁੱਛ ਰਹੀ ਹਾਂ ਜੇ ਤੂੰ ਕਿਸੇ ਕੁੜੀ ਨੂੰ ਪਿਆਰ ਕਰੇ ਤੇ ਉਹ ਕੁੜੀ ਤੈਨੂੰ ਤਾਂ ਵੀ ਨਹੀਂ ਹਾਂ ਮੈਂ ਤਾਂ ਕਰਦਾ ਜ਼ਿੰਦਗੀ 'ਚ ਪਹਿਲੀ ਵਾਰ ਕਿਸੇ ਨੂੰ ਦੇਖਣ ਤੇ ਉਹਦੇ ਨਾਲ ਗੱਲ ਕਰਨ ਦਾ ਦਿਲ ਕੀਤਾ ਪਰ ਉਹਦੇ ਦਿਲ 'ਚ ਕੀ ਹੈ ਅਜੇ ਕੁਝ ਨਹੀਂ ਪਤਾ ਜਿਸ ਦਿਨ ਉਹਨੇ ਹਾਂ ਕਰਤੀ ਫਿਰ ਮੈਂ ਪਿੱਛੇ ਨਹੀਂ ਹਟਦਾ ਕਿਉਂਕਿ ਇਹੋ ਮੇਰੀ ਆਦਤ ਹੈ ਜੇ ਇੱਕ ਵਾਰ ਅੱਗੇ ਵੱਧ ਜਾਂ ਫਿਰ ਕਦੇ ਪਿੱਛੇ ਨਹੀਂ ਹਟਿਆ ਜਸ਼ਨ ਸਿੰਘ ਚਲੀਏ ਬਈ ਆਪਾਂ ਐ ਨਾ ਉਹ ਐ ਨਾ ਆ ਜਾ ਹੁਣ ਲੇਟ ਹੁੰਨੇ ਆ ਅੱਛਾ ਸਹਿਜ ਤੂੰ ਕਹਿੰਦੀ ਸੀ ਤੈਨੂੰ ਘਰੇ ਜਾਣਾ ਤੂੰ ਡ੍ਰੌਪ ਕਰਦੀ ਹੈ ਰਾਜ ਨਹੀਂ ਗੈਰੀ ਮੈਨੂੰ ਲੈਣ ਆ ਰਿਹਾ ਮੈਂ ਆ ਜਾਾਂਗੀ ਸ਼ਾਮੀ ਵੀ ਸ਼ੋਰ ਹਾਂਜੀ ਹਾਂਜੀ ਚਾ ਫਿਰ ਅਸੀਂ ਚੱਲਦੇ ਹਾਂ ਆ ਜਾ ਹਾਏ ਜਿਸ ਦਿਨ ਉਹਨੇ ਹਾਂ ਕਰਤੀ ਫਿਰ ਮੈਂ ਪਿੱਛੇ ਨਹੀਂ ਹਟਦਾ ਕਿਉਂਕਿ ਇਹੋ ਮੇਰੀ ਆਦਤ ਹੈ ਜੇ ਇੱਕ ਵਾਰ ਅੱਗੇ ਵੱਧ ਜਾਂ ਫਿਰ ਕਦੇ ਪਿੱਛੇ ਨਹੀਂ ਹਟਿਆ ਸਤਿ ਸ਼੍ਰੀ ਅਕਾਲ ਦੇ ਵੀਰੇ ਸਤਿ ਸ਼੍ਰੀ ਅਕਾਲ ਕਿਵੇਂ ਸੁਖੀ ਵਧੀਆ ਵੀ ਜਵਾਇ ਲੈ ਕੇ ਲਿਆ ਜਗਤਾਰ ਬਾਈ ਜਸ਼ਨ ਤਾਂ ਨਹੀਂ ਆਇਆ ਉਰੇ ਕਿਉਂ ਕੀ ਗੱਲ ਹੋ ਗਈ ਯਾਰ ਉਹ ਤੜਕੇ ਸਾਜਰੇ ਦਾ ਨਿਕਲਿਆ ਹੋਇਆ ਕੋਈ ਨਾ ਕੋਈ ਚੱਕਰ ਤਾਂ ਹੈਗਾ
मैं भी बड़े बड़े आशक देखे ने अपने जशन दी अखां च ना मैं रांझे वाला विछोड़ा मिर्जे वाली उदासी ते महिवाल वाली बेचैनी देखी है सालिया कॉलेज विच तू पंजाबी लिटरेचर च फेल होना आ ते इन्नी डिटेल कित्थों पता कीती कित्थों कराई ओवरहालिंग ओवरहालिंग कानू यार भाई मैं तो आशकां दीआं बेवकूफियां ते हसदा देख पहला रांझे ने कन्न पड़वाए फिर 12 साल मझां चारी गया हुण अपने वाला रांझा देखदे की पड़वाउंदा है फिर दादा पुत तू भी कुड़ी दे चक्कर जियां भाई चक्कर चलाया तो हैगा देखो जे कहानी सेट आ जे नहीं तो फिर होर सही होर नहीं तो होर नहीं फिर होर सही किते तां कहानी फिट हो ही जाऊगी बस तू ना अज मैनू वधिया जे डायलॉग लिख के दे दे मैं सहज नूं सुनाउणे ने तेरे ओह डायलॉग भी बहुत वधिया सी बस अजकल कुछ उत्ते आए उत्ते दी होनी चाहीदी आ उत्ते दी आ फड़ पन्ना पन्ना ते बड़दा गड़ी दे हेठ कौन मैं ना होर तेरा बुढ़ा लाली लिया अपनी वर्कशॉप वाली कमीज दफड़ पा ला भाई यार इन्ने मुंडे फिरदे ने अपने किसी नूं भी वाड़ दे गड्डी थले ना पुत डायलॉग नहीं लिखाउणे हां हाथ ने बीयर नहीं पीनी हां बड़ हेठा होल फिल्टर बस आई ना मैनूं तूं ब्लैकमेल कर लैना ताही मैं इत्थे आउंदा नहीं हैगा सारा काम कराउंदा रहना मैथों तूं वड्डा आया हीर ते रंज दा विश्लेषण कराउणे वाला आशकी ते डायलॉग लिखा रहा ओह भी मैथों ब्रह्मचारी तों भाई ताही दा तैथों लिखाउणा तेरे च अग्ग बहुत है खड़ तेरी ਕੀ ਹਾਲ ਹੈ ਜਸ਼ਨ ਤੇਰਾ ਕਮਾਲ ਹੈ ਯਾਰ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਇਹ ਯਾਰ ਦੇ ਹੱਥ ਨੂੰ ਨਹੀਂ ਪਛਾਣਾਂਗੇ ਤਾਂ ਬਈ ਲੱਖ ਲਾਂਤ ਐ ਸੀ ਯਾਰੀ ਤੇ ਯਾਰ ਸਵੇਰ ਦੇ ਲੱਭ ਲੱਭ ਤੈਨੂੰ ਕਮਲੇ ਹੋ ਗਏ ਫਿਰ ਸੋਚਿਆ ਇੱਥੋਂ ਦਾ ਟਾਈਮ ਹੋ ਗਿਆ ਤੇਰਾ ਇੱਥੇ ਹੀ ਹੋਣਾ ਚੱਲ ਛੱਡ ਕੁੱਕੂ ਬਾਈ ਜੀ ਓ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਜੀ ਐਨਾ ਕੈਨੇਡਾ ਤੋਂ ਆਇਆ ਇਸ ਮੀਟਿੰਗ ਜੀ ਕੁੱਕੂ ਬਾਈ ਜਸ਼ਨ ਜਦੋਂ ਵੀ ਮਿਲਦਾ ਨਾ ਤੁਹਾਡੀਆਂ ਹੀ ਗੱਲਾਂ ਕਰਦਾ ਰਹਿੰਦਾ ਕੁੱਕੂ ਬਾਈ ਐਦਾਂ ਕੁੱਕੂ ਬਾਈ ਉਦਾਂ ਹੁਣ ਤਾਂ ਮੈਨੂੰ ਵੀ ਲੱਗਦਾ ਮੈਂ ਬਹੁਤ ਪੁਰਾਣਾ ਜਾਣਦਾ ਵਾਂ ਤੁਹਾਨੂੰ ਮੈਨੂੰ ਵੀ ਅਕਸਰ ਤੁਹਾਡੇ ਬਾਰੇ ਦੱਸਦਾ ਰਹਿੰਦਾ ਕਿ ਉਹ ਕਿ ਮੈਂ ਨੌਕਰੀ ਤੋਂ ਸਸਪੈਂਡ ਹੋ ਗਿਆ ਚਲੋ ਛੱਡੋ ਇਹਨਾਂ ਸਭ ਨੂੰ ਪਹਿਲਾਂ ਤੁਸੀਂ ਇਹ ਦੱਸੋ ਕਿ ਲਵੋਗੇ ਕੀ ਓਏ ਯਾਰ ਅੱਧੀ ਤਨਖਾਹ ਮਿਲਦੀ ਆ ਬਥੇਰੀਆ ਮੇਰੇ ਵਾਸਤੇ ਇਹਨਾਂ ਤਾਂ ਅਫੋਰਡ ਕਰ ਸਕਦਾ ਨਾ ਨਹੀਂ ਲਵਾਂਗੇ ਤਾਂ ਜ਼ਰੂਰ ਬਾਈ ਜੀ ਪਰ ਅੱਜ ਮਦਦ ਲਵਾਂਗੇ ਜੀ ਤੁਹਾਡੀ ਮੇਰੀ ਮਦਦ ਬਾਈ ਮੈਂ ਹੁਣ ਕਿਸ ਕੰਮ ਦਾ ਸਸਪੈਂਡਡ ਸਬ ਇੰਸਪੈਕਟਰ ਵਿਜੇ ਸਿੰਘ ਚੌਹਾਨ ਚੌਹਾਨ ਸਾਹਿਬ ਜਦੋਂ ਹਾਜ਼ਰ ਪੁਲਿਸ ਪਬਲਿਕ ਦੇ ਕੰਮ ਨਾ ਕਰ ਰਹੀ ਹੋਵੇ ਜੀ ਉਦੋਂ ਸਸਪੈਂਡਡ ਪੁਲਿਸ ਹੀ ਕੰਮ ਆਉਂਦੀ ਹੁੰਦੀ ਹੈ ਜੀ ਵਿਜੇ ਹੁਣ ਤੇਰੀ ਮਦਦ ਦੀ ਬਹੁਤ ਲੋੜ ਆ ਯਾਰ ਹੁਣ ਤੂੰ ਹੀ ਸਾਨੂੰ ਕੋਈ ਰਾਹ ਦਿਖਾ ਸਕਦਾ ਓਏ ਰਾਹ ਤਾਂ ਉਸ ਉੱਪਰ ਵੱਲ ਨਹੀਂ ਦਿਖਾਉਣਾ ਫਿਰ ਵੀ ਤੁਸੀਂ ਗੱਲ ਦੱਸੋ ਫਿਰ ਦੇਖਦੇ ਹਾਂ ਕਿ ਮੈਂ ਕੀ ਕਰ ਸਕਦਾ ਕੋਈ ਕੁਝ ਨਹੀਂ ਕਰ ਸਕਦਾ ਦੇਖਿਆ ਉਸ ਵਿਜੇ ਦੇ ਚੱਕਰਾਂ ਦੇ ਵਿੱਚ ਤੁਹਾਨੂੰ ਰਾਤ ਨੂੰ ਇਕੱਲੇ ਛੱਡ ਕੇ ਪਤਾ ਨਹੀਂ ਕਿੱਧਰ ਭੱਜ ਗਏ ਹੋ ਭਲਾ ਸਾਨੂੰ ਆਪਣੇ ਪਿੰਡ 'ਚ ਇਕੱਲਿਆਂ ਨੂੰ ਕਾਹਦਾ ਡਰ ਹੈ ਨਾਲੇ ਮੈਂ ਤਾਂ ਕਈ ਕਈ ਦਿਨ ਇਕੱਲੀ ਰਹਿ ਜਾਂਦੀ ਹਾਂ ਮੈਂ ਨਹੀਂ ਡਰਦੀ ਕਿਸੇ ਤੋਂ ਸਾਰੇ ਮੈਥੋਂ ਡਰਦੇ ਆ ਭੂਆ ਜੀ ਉਹ ਵਿਜੇ ਦੇ ਹੱਥ ਵਾਸ ਕੁਝ ਨਹੀਂ ਹੈਗਾ ਸਬ ਇੰਸਪੈਕਟਰ ਹੁੰਦਾ ਸੀ ਹੁਣ ਸਸਪੈਂਡ ਹੈ ਸਾਰਾ ਦਿਨ ਦਾਰੂ ਪੀ ਜਾਂਦਾ ਨਾਲੇ ਨਿੱਤ ਨਵੇਂ ਅਫਸਰ ਦੇ ਨਾਲ ਝਗੜਾ ਅਸਲ ਦੇ ਵਿੱਚ ਉਹਨੂੰ ਨਾ ਇਮਾਨਦਾਰੀ ਦਾ ਕੀੜਾ ਲੜ ਗਿਆ ਤੁਹਾਨੂੰ ਤਾਂ ਪਤਾ ਹੀ ਹੈ ਵੀ ਇਮਾਨਦਾਰੀ ਦਾ ਕੀੜਾ ਕਿੰਨਾ ਖਤਰਨਾਕ ਹੁੰਦਾ ਹੈ ਤੇਰੇ ਕਹਿਣ ਦਾ ਮਤਲਬ ਹੈ ਕਿ ਬੰਦੇ ਨੂੰ ਬੇਈਮਾਨ ਹੋਣਾ ਚਾਹੀਦਾ ਹੈਨਾ ਯਾਰ ਮੇਰਾ ਮਤਲਬ ਇਹ ਨਹੀਂ ਹੈਗਾ ਮੈਂ ਕਹਿਣਾ ਅੱਜ ਦੇ ਦੌਰ ਦੇ ਵਿੱਚ ਬੰਦਾ ਪ੍ਰੈਕਟੀਕਲ ਹੋਣਾ ਚਾਹੀਦਾ ਪ੍ਰੈਕਟੀਕਲ ਦੇਖੋ ਜੇ ਆਪਦਾ ਕੰਮ ਕੱਢਣ ਦੇ ਲਈ ਥੋੜੀ ਬਹੁਤੀ ਹੀਰ ਫੇਰ ਜਾਂ ਝੂਠ ਬੋਲ ਲੈਂਦਾ ਕੋਈ ਗਲਤ ਗੱਲ ਥੋੜੀ ਹੈ ਕਿਉਂ ਤੂੰ ਕਹਿਣਾ ਕਿ ਮੈਂ ਬੱਚਿਆਂ ਨੂੰ ਜੋ ਸਕੂਲ 'ਚ ਪੜ੍ਹਾਉਣੀ ਆ ਉਹ ਗਲਤ ਹੈ ਉਹਨਾਂ ਨੂੰ ਸੱਚ ਬੋਲਣ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ ਦੇਖਿਆ ਆਹੀ ਗੱਲਾਂ ਕੁੜੀਆਂ ਦੀਆਂ ਮਾੜੀਆਂ ਨੇ ਭੂਆ ਇਹ ਹਰ ਗੱਲ ਦੀਆਂ ਨਾ ਬੱਖੀਆਂ ਦੇੜ ਕੇ ਰੱਖ ਦਿੰਦੀਆਂ ਨੇ ਨਹੀਂ ਸਹਿਜ ਕਿੱਥੋਂ ਛੇੜ ਲਿਆ ਤੂੰ ਇਹਨੂੰ ਹੈ ਹੁਣ ਇਹਨੇ ਕੋਈ ਗੱਲ ਭੁੰਜੇ ਨਹੀਂ ਗਿਰਨ ਦੇਣੀ ਗੱਲ 'ਚੋਂ ਗੱਲ ਕੱਢੀ ਜਾਊਗਾ ਹੈ ਇਹ ਤਾਂ ਸ਼ੁਰੂ ਤੋਂ ਹੀ ਇਹੋ ਜਿਹਾ ਤੁਸੀਂ ਬੈਠੋ ਇਹਦੇ ਕੋਲ ਮੈਂ ਦੁੱਧ ਲਿਆਉਣੀ ਆ ਗਰਮ ਕਰਕੇ ਭੂਆ ਪਹਿਲਾਂ ਇਹ ਦੱਸ ਕੇ ਜਾ ਤੂੰ ਮੇਰੀ ਸਾਈਡ ਹੈ ਨਾ ਭੂਆ ਸੱਚ ਦੀ ਸਾਈਡ ਹੈ ਸਮਝ ਆਈ ਗੱਲ ਚੁੱਪ ਬੈ ਯਾਰ ਵੈਸੇ ਦੀਪ ਥੈਂਕ ਯੂ ਤੂੰ ਨਾ ਇੰਡੀਆ 'ਚ ਰਹਿਣ ਦਾ ਤਰੀਕਾ ਦੱਸ ਦਿੱਤਾ ਲੈ 'ਚ ਕੀ ਹੈਗਾ ਇੱਥੇ ਤਾਂ ਸਾਰਾ ਕੁਝ ਐਂ ਹੁੰਦਾ ਮੈਂ ਵੀ ਹੁਣ ਇੰਡੀਆ ਹੀ ਰਹਿਣਾ ਤੇ ਕਿਉਂ ਨਾ ਇੱਥੋਂ ਦਾ ਸਿਸਟਮ ਸਿੱਖ ਲਵਾਂ ਕੀ ਕਿਹਾ ਤੂੰ ਕੈਨੇਡਾ ਵਾਪਸ ਨਹੀਂ ਜਾਣਾ ਨਹੀਂ ਉੱਥੇ ਦੀ ਲਾਈਫ ਬਹੁਤ ਹਾਰਡ ਹੈ ਇੱਥੇ ਵਧੀਆ ਨਾ ਵਿਹਲੇ ਬੰਦੇ ਵੀ ਐਸ਼ ਕਰਦੇ ਨੇ ਨਹੀਂ ਨਹੀਂ ਯਾਰ ਦੇਖ ਤੇਰੇ ਪੇਰੈਂਟਸ ਨੇ ਕਿੰਨਾ ਪੈਸਾ ਖਰਚ ਕੀਤਾ ਤੇਰੇ ਤੇ ਹੈ ਤੂੰ ਕਹਿੰਦੀ ਮੈਂ ਵਾਪਸ ਨਹੀਂ ਜਾਣਾ ਇਹ ਠੀਕ ਨਹੀਂ ਹੈਗਾ ਨਾਲੇ ਇੱਥੇ ਲਾਈਫ ਥੋੜੀ ਹੈ ਕੈਨੇਡਾ 'ਚ ਵਧੀਆ ਹੈ ਛੱਡ ਦੀਪ ਉੱਥੇ ਕੰਮ ਕਰ ਕਰਕੇ ਬੁਰਾ ਹਾਲ ਹੋ ਜਾਂਦਾ ਇੱਥੇ ਜਿਹ ਨਾਲ ਵਿਆਹ ਕਰਾਂਗੇ ਉਹ ਕੰਮ ਕਰੇਗਾ ਤੇ ਆਪਾਂ ਐਸ਼ ਕਰਾਂਗੇ ਕਿਉਂ ਵੀ ਨਹੀਂ ਬਿਲਕੁਲ ਸਹਿਜ ਮੈਂ ਤਾਂ ਆਪ ਸੋਚਿਆ ਵਿਆਹ ਤੋਂ ਬਾਅਦ ਆਪਾਂ ਕੋਈ ਕੰਮ ਕੁੰਮ ਨਹੀਂ ਕਰਨਾ ਘਰੇ ਬੈਠਾਂਗੇ ਘੁਮਾ ਕੇ ਲਿਆਓ ਆਪਾਂ ਐਸ਼ ਕਰਾਂਗੇ
चलो ठीक है मैं हूं चलदा भुआ जी कुकू भाई हुणी आई जानगे हुण आने वाली होणगे ना दुध तो पी के जा मेरे ना दरअसल ढिड च गड़बड़ जी होगी बट जी उठी जांदे ने दुध नहीं पीता जाना हुण मैथों चंगा मैं चलदा हुण बाय दीप बाय बाय नी कुड़ियो एनू की हो गया एकदम ही दौड़ गया भुआ जी हले तेनू जुलाब लगणगे सो जोहान साहब यह सारी कहानी हम तुसी दसो की करना चाहिए था विजय भाई ना वैसे भी पंजाबियों की इज्जत का सवाल है मतलब केस गुंजल की चाबी उस उजागर सिंह कोला पर हुण करना की है सोचन दो देखो जो तो काम टेढ़ा होवे ना तो फिर उंगल भी टेढ़ी करनी पैंदी है आई एम सॉरी विजय पत्थर सेम ही बलबीर है डोंट वरी मैनू पता लग गया सब कुछ देखो सस्पेंड होए पुलिस अफसर ते कोई भी रूल अप्लाई नहीं होंदा नाले जो पहली सस्पेंड आ उन होर की सस्पेंड करनगे सो इस करके तुसी घर जाओ ते मैनू सोचन दिओ जिथे तुहाडी लोड़ पवेगी मैं दसांगा ठीक है थैंक यू भाई जी थैंक यू वेरी मच बस भाई बस यार हाँ मैनू ना जोर पै गया मैथों नहीं भजा जाना नाले इत्थे पानी भी चलदा मैनू पता तेनू किहड़ा जोर पै गया साल्या सीधा गया भी तेनू सह चढ़ गया तेरा रेडिएटर गर्म हो गया आवे जाओ तुसी करो रनिंग साले एक तो साजरी ठाता उत्तों मैनू ठंड लगी जाती है तेनू पता कनेडा ठंड कि नहीं पैंदी कनेडा कौन जा रहा यार क्यों की हो गया हुण उह सहज कहिंदी मैं तां कनेडा नहीं जाना वापस की मतलब सहज कनेडा वापस नहीं जा रही ना नहीं जा रही गल्ला देख साला किवें करदा जे मेरा उहदे नाल मंगणा होया होवे हेलो ओ थोड़े बाई तो पूरी इंप्रेस है ओ अच्छा हां जे मैं थोड़ा जा जोर होर मारया ना हां मंगणा भी करा लूंगा मैं उहदे नाल पर साला हुण की फायदा उहदा कदी मैं कनेडा जाना ही नहीं सारा मूड ऑफ हो गया मेरे डायलॉग किथे नूं डायलॉग तेरे हैं इहनां नूं ना तू ना ना ਇਹ ਤੇਰੇ ਕੰਮ ਆਉਣਗੇ ਆਹ ਫੜ ਬਈ ਐਂ ਕਰ ਇਹਨਾਂ ਨੂੰ ਰੱਖ ਦੋ ਆਪਣੇ ਕੋਲੇ ਫਿਰ ਤਾਂ ਕਹਿੰਦੇ ਫੇਰ ਕੰਮ ਆ ਜਾਣਿਆ ਹਲੇ ਮੈਂ ਤਾਂ ਆਪਦੇ ਡਾਲੋਗ ਆਪ ਹੀ ਲਿਖਦਾ ਯਾਰ ਆਹ ਤਾਂ ਠੀਕ ਹੈ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਇਹ ਸਹਿਜ ਕੁੜੀ ਕਿਹੋ ਜੀ ਹੈ ਕੈਨੇਡਾ ਤੋਂ ਆ ਕੇ ਕਹਿੰਦੀ ਮੈਂ ਵਾਪਸ ਹੀ ਨਹੀਂ ਜਾਣਾ ਇਹ ਗੱਲ ਕੁਛ ਹਜਮ ਨਹੀਂ ਹੋਈ ਯਾਰ ਇਹ ਤਾਂ ਆਪਣੀ ਆਹ ਪੰਜਾਬੀ ਫਿਲਮ ਵਾਲੀ ਗੱਲ ਜੀ ਹੋ ਗਈ ਹੈ ਨਾ ਚੱਲ ਕੋਈ ਨਾ ਤੂੰ ਦਿਲ ਛੋਟਾ ਨਾ ਕਰ ਠੀਕ ਆ ਮੇਰੀ ਅੱਜ ਇੰਟਰਵਿਊ ਹੈ ਮੈਂ ਉੱਥੇ ਚੱਲਿਆ ਸ਼ਾਮੀ ਮਿਲਦੇ ਹਾਂ ਫਿਰ ਸਾਲਾ ਕੰਜਰ ਦਾ ਦੇਖ ਸਹਿਜ ਮਾਪਿਆਂ ਦਾ ਆਪਣੇ ਬੱਚਿਆਂ ਬਾਰੇ ਫਿਕਰਮੰਦ ਹੋਣਾ ਲਾਜ਼ਮੀ ਹੈ ਤੇਰੇ ਪਾਪਾ ਜੇ ਤੇਰੇ ਵਿਆਹ ਦੀ ਫਿਕਰ ਕਰਦੇ ਨੇ ਤਾਂ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਉਹਨਾਂ ਦਾ ਫੋਨ ਆਇਆ ਸੀ ਮੈਨੂੰ ਕਹਿੰਦੇ ਕੁੜੀ ਕਨੇਡਾ ਤੋਂ ਆ ਕੇ ਆਪਣੇ ਘਰ ਦੀ ਬਜਾਏ ਕਿਸੇ ਹੋਰ ਘਰ ਰਹੇ ਇਸ ਗੱਲ ਨਾਲ ਉਹਨਾਂ ਦੀ ਬੜੀ ਨਮੋਸ਼ੀ ਹੁੰਦੀ ਹੈ ਠੀਕ ਹੈ ਭੂਆ ਜੀ ਜੇ ਤੁਸੀਂ ਸਾਡੇ ਤੋਂ ਤੰਗ ਆ ਗਏ ਨਾ ਤਾਂ ਅਸੀਂ ਚਲੇ ਜਾਵਾਂਗੇ ਪਰ ਤਾਂ ਵੀ ਮੈਂ ਆਪਣੇ ਘਰ ਨਹੀਂ ਜਾਵਾਂਗੀ ਕਿਉਂਕਿ ਮੈਂ ਆਪਣੇ ਪਾਪਾ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਭੂਆ ਜੀ ਉਹ ਬਹੁਤ ਜ਼ਿੱਦੀ ਨੇ ਜੋ ਗੱਲ ਉਹ ਸੋਚ ਲੈਂਦੇ ਨੇ ਨਾ ਉਹ ਹਮੇਸ਼ਾ ਉਹੀ ਕਰਦੇ ਨੇ ਜ਼ਿੱਦੀ ਤਾਂ ਤੂੰ ਵੀ ਘੱਟ ਨਹੀਂ ਹੈ ਤੂੰ ਇੱਥੇ ਜੀ ਸਦ ਕੇ ਰਹਿ ਮੇਰਾ ਤਾਂ ਆਪ ਵਾਲਾ ਹੀ ਜੀ ਲੱਗਿਆ ਤੁਹਾਡੇ ਨਾਲ ਆ ਕੁੱਕੂ ਵੇਖ ਕਿੰਨਾ ਖੁਸ਼ ਹੈ ਅੱਗੇ ਤਾਂ ਸਾਰਾ ਦਿਨ ਬੁਝਿਆ ਬੁਝਿਆ ਰਹਿੰਦਾ ਸੀ ਭੂਆ ਜੀ ਕੁੱਕੂ ਭਾਜੀ ਪਹਿਲਾਂ ਉਦਾਸ ਕਿਉਂ ਰਹਿੰਦੇ ਸੀ ਤੇ ਅੱਜ ਕੱਲ੍ਹ ਖੁਸ਼ ਕਿਉਂ ਰਹਿੰਦੇ ਨੇ ਮੈਨੂੰ ਸਭ ਪਤਾ ਓਹੋ ਭੂਆ ਜੀ ਸਮਝੋ ਕੁੱਕੂ ਭਾਜੀ ਦੀ ਖੁਸ਼ੀ ਦਾ ਰਾਜ਼ ਐਨਾ ਹੈ ਨਾ ਇਸੇ ਗੱਲ ਦਾ ਡਰ ਤਾਂ ਮੈਨੂੰ ਵੀ ਵੱਟ ਵੱਟ ਖਾ ਰਿਹਾ ਤੂੰ ਕੁੱਕੂ ਨੂੰ ਸਮਝਾ ਵੇਖ ਇਹਨਾਂ ਬਾਹਰਲੇ ਮੁਲਕ ਤੋਂ ਆਈ ਹੋਈ ਕੁੜੀ ਹੈ ਉਹਨੇ ਵਾਪਸ ਆਪਣੇ ਵਤਨ ਚਲੇ ਜਾਣਾ ਤੇ ਕੁੱਕੂ ਦਾ ਮੁੜ ਫੇਰ ਉਹੀ ਹਾਲ ਹੋ ਜਾਣਾ ਪਹਿਲਾਂ ਵੀ ਤਾਂ ਉਹਨੇ ਆਪਣੇ ਆਪ ਨੂੰ ਸ਼ਰਾਬ ਵਿੱਚ ਗਰਕ ਕਰ ਲਿਆ ਸੀ ਨਾ ਬਸ ਫਿਰ ਸ਼ਰਾਬ ਜੀ ਗਰਕ ਹੋ ਗਿਆ ਪਰ ਉੱਥੇ ਕੋਈ ਰਸਤਾ ਨਹੀਂ ਹੈ ਆਈ ਨੋ ਪਰ ਇਹਦੇ ਨਾਲ ਇਹ ਹੈ ਵੀ ਸ਼ਰਾਬ ਨਾਲ ਥੋੜ੍ਹੀ ਦੇਰ ਸੁਰਤ ਦਾ ਟਿਕਾਣੇ ਰਹਿੰਦੀ ਹੈ ਨਾ ਇਹਨੂੰ ਜਦੋਂ ਮਰੀਜ਼ ਨੂੰ ਵੀ ਬਹੁਤ ਦਰਦ ਹੁੰਦਾ ਨਾ ਡਾਕਟਰ ਵੀ ਟੀਕਾ ਲਾ ਦਿੰਦਾ ਵੀ ਥੋੜ੍ਹੀ ਦੇਰ ਲਈ ਦਰਦ ਘੱਟ ਜੇ ਸ਼ਰਾਬ ਨਾਲ ਵੀ ਥੋੜ੍ਹੀ ਦੇਰ ਲਈ ਦਿਲ ਦਾ ਦਰਦ ਤਾਂ ਘੱਟ ਹੀ ਜਾਂਦਾ ਨਾ ਨਹੀਂ ਇਹ ਬਿਲਕੁਲ ਗਲਤ ਹੈ ਤੇਰੀ ਗਲਤੀ ਸੀ ਕਿ ਤੂੰ ਉਸਨੂੰ ਇਹ ਨਹੀਂ ਕਿਹਾ ਕਿ ਆਈ ਲਵ ਯੂ ਮੈਂ ਇੱਕ ਸ਼ੋਰ ਜੋ ਕਿਸੇ ਕੁੜੀ ਨੂੰ ਪਿਆਰ ਕਰੇਗਾ ਤੇ ਯੂ ਮਸਟ ਸੇ ਕਿਵੇਂ ਕਹੇਗਾ ਓਏ ਮੇਰੇ ਵੱਲ ਦੇਖ ਦੇਖੇ ਗੋ ਮੈਨ
अरे लुक हियर। नहीं कह सकता। ते फिर तेरे को कोई कुरी की वे मिलेगी, वो लुक की वे पाता, तो वो लुक प्यार करता है। नहीं पता। इससे करके तुम ही छट के चली जाएंगी ना? You said something? मैं क्या लेट हो रहे हैं? चलिए। चला जाए। You know what? तेरा कुछ नहीं हो सकता। जे मैं उन्हें ब्याह नू कहनी है तो अगों साफ मना कर देंदे। मैं भी सोचिया कानू किसे कुड़ी नाल धक्का करना, नाले जे दोवें जी खुश ही ना रहे तो इहो जे ब्याह का भी की फायदा। चल तू ओदी छड, तू अपनी दस तू की सोचदी है। भूआ जी मैं की सोचना? लह भला ए की गल हुई, तू कुछ सोचना नहीं, अपने प्यो नू सोचन नहीं देना, नहीं फिर करना की है? भूआ जी वैसे ना मैनू एक मुंडा चंगा लगता है, ते मैनू लगता है कि मैं भी उसनू चंगी लगती हाँ, पर पापा ने राजी नहीं होना। ओए उनू मनाउण दी गल तू मेरे ते छड़ दे, मैं तेरे प्यो नू तां की अगों दे प्यो नू भी मना लूंगी। पर भूआ जी दादा जी नू गए तां 10 साल हो गए ने। चुप कर, मेरे कहण दा मतलब है भी तेरे प्यो नू मनाउण दी जिम्मेवारी मेरी। तू मैनू दस तां सही वी उह मुंडा है कौन? दसूंगी भूआ जी दसूंगी, पर पहला मैं ओहदे नाल गल कर लां। ਜੱਗੀ ਇਹ ਕਾਰ ਬਾਈ ਕਿੱਥੇ ਆ? ਬਾਈ ਜੀ ਗੱਡੀ ਥੱਲੇ ਹੋਣੇ। ਉਹ ਇੱਥੇ ਆ ਬਾਈ। ਕਿਵੇਂ ਆ ਪ੍ਰਧਾਨ? ਸੌਰੀ ਯਾਰ ਕੀ ਗੱਲ ਇਕੱਲੇ ਹੀ ਆ? ਦੀਪ ਕਿੱਥੇ ਆ? ਉਹ ਦੀਪ ਨੇ ਕਿੱਥੇ ਜਾਣਾ ਆ? ਸ਼ਿਕਾਰੀ ਕੁੱਤੇ ਦਾ ਕੰਮ ਕੀ ਹੁੰਦਾ? ਸ਼ਿਕਾਰ ਲੱਭਣਾ। ਉਹਨੇ ਸ਼ਿਕਾਰ ਲੱਭਦੇ ਰਹਿਣਾ, ਤੂੰ ਪਹਿਲਾਂ ਗੱਡੀ ਦੇਖ ਯਾਰ। ਕੱਲ੍ਹ ਦੀ ਝਟਕੇ 'ਚ ਮਰੀ ਜਾਂਦੀ ਆ। ਉਹ ਯਾਰ ਤੇਰੀ ਸਾਰੀ ਉਮਰ ਝਟਕੇ ਲਿਖੇ ਨੇ, ਕੁਛ ਝਟਕੇ ਨਹੀਂ ਵੀ ਤਾਂ ਮਾਰਨੇ ਨੇ। ਸਾਲਾ ਖਟਾਰਾ ਵੇਚ ਤੇ ਚਾਚੀ ਦੀ ਗੱਡੀ ਲੈ। ਓਏ ਗੱਲ ਸੁਣ, ਕਹਿੰਦੇ ਸ਼ਰਾਬ ਜਿੰਨੀ ਪੁਰਾਣੀ ਹੋਵੇ ਉਨੀ ਵਧੀਆ, ਯਾਰੀ ਜਿੰਨੀ ਪੁਰਾਣੀ ਹੋਵੇ ਉਨੀ ਵਧੀਆ, ਫਿਰ ਹਮੇਸ਼ਾ ਗੱਡੀ ਨਵੀਂ ਕਿਉਂ? ਬਈ ਮੈਂ ਦੱਸਦਾ, ਜਿਹੜੀ ਨਵੀਂ ਗੱਡੀ ਹੁੰਦੀ ਆ ਨਾ ਇਹ ਨਵੀਂ ਗਰਲਫ੍ਰੈਂਡ ਵਰਗੀ ਹੁੰਦੀ ਆ। ਗੱਡੀ ਜਿੰਨੀ ਜਿੰਨੀ ਪੁਰਾਣੀ ਹੁੰਦੀ ਜਾਵੇ ਨਾ ਉਵੇਂ ਪੁਰਾਣੀ ਗਰਲਫ੍ਰੈਂਡ ਵਾਂਗੂ ਦੁਖੀ ਕਰਨ ਲੱਗ ਪੈਂਦੀ ਆ। ਸਾਲੇ ਹਰ ਗੱਲ ਵਿੱਚ ਨਾ ਕੁੜੀਆਂ ਨੂੰ ਘੜੀਸ ਲਿਆਉਂਦੇ ਨੇ, ਇੰਨਾ ਮਡੀਰ ਨੂੰ ਨਾ ਸਵਾਏ ਕੁੜੀਆਂ ਤੋਂ ਹੋਰ ਕੋਈ ਕੰਮ ਹੈ ਹੀ ਨਹੀਂ। ਜਗਤਾਰ ਰਿਲੈਕਸ ਕੂਲ, ਦੇਖ ਮਸਾਂ ਮਸਾਂ ਸਾਡੇ ਯਾਰ ਦੇ ਸਿਰ ਤੇ ਇਸ਼ਕ ਦਾ ਭੂਤ ਚੜਨ ਲੱਗਿਆ, ਤੂੰ ਆਹ ਗੱਲ ਕਹਿ ਕੇ ਪਹਿਲੇ ਇਹਨੂੰ ਹੋਪਲੈਸ ਕਰੀ ਜਾਣਾ। ਆ ਮੋਨੀ ਬਾਬਾ, ਓਏ ਓਏ ਇਹ ਸਾਲਾ ਕੁੜੀਆਂ ਮੂਹਰੇ ਜਾ ਕੇ ਤਾਂ ਮੌਨ ਧਾਰ ਲੈਂਦਾ, ਇਹ ਕੀ ਕਰੂ? ਦੇਖ ਆ ਜਿਹੜੇ ਇਹਦੇ ਵਰਗੇ ਚੁੱਪ ਕੀਤੇ ਜਾਂਦੇ ਆ ਨਾ ਇਹ ਸ਼ੈਤਾਨ ਦੀ ਪੁੱਛ ਲਾਉਂਦੇ ਆ। ਉਹ ਨਾਲੇ ਜੇ ਤੂੰ ਵੀ ਕੁੜੀ ਨੂੰ ਪਿਆਰ ਕਰਦਾ ਨਾ ਕੋਠੇ ਚੜ ਢੋਲ ਵਜਾ ਅਨਾਊਂਸਮੈਂਟ ਕਰ ਗੱਲ ਖਤਮ ਹੋਵੇ। ਇਹ ਵੀ ਕਿਹਦੇ ਨਾਲ ਟੰਗ ਅੜਿਆ? ਉਹੀ ਕੈਨੇਡਾ ਵਾਲੀ ਸਹਿਜ। ਛੱਡ ਯਾਰ ਉਹਦਾ ਬਹੁਤ ਟੇਢੀ ਆ ਵਗੇਲਣ। ਜਗਤਾਰ ਬਾਈ ਤੂੰ ਸਾਰਾ ਦਿਨ ਲੋਹੇ 'ਚ ਲੋਹਾ ਹੋਇਆ ਰਹਿਣਾ, ਬਾਹਰ ਕੀ ਹੁੰਦਾ ਤੈਨੂੰ ਕੁਛ ਪਤਾ ਨਹੀਂ ਚੱਲਦਾ। ਓਏ ਉਹ ਵੀ ਤੈਨੂੰ ਸਿਗਨਲ ਦੇ ਰਹੀ ਆ, ਤਾਂ ਹੀ ਤਾਂ ਗੱਲ ਅੱਗੇ ਵਧ ਰਹੀ ਆ। ਅੱਛਾ ਤਾਂ ਜਨਾਬ ਦੀ ਅਲਾਈਨਮੈਂਟ ਹੋ ਚੁੱਕੀ ਆ ਤੇ ਇੱਧਰ ਗੱਡੀ ਦੇ ਐਕਸਪਰਟ ਨੂੰ ਕੁਛ ਪਤਾ ਹੀ ਨਹੀਂ। ਦੇਖ ਯਾਰ ਜਗਤਾਰ ਤੂੰ ਦੀਪ ਨੂੰ ਕੁਛ ਨਾ ਦੱਸੀ, ਅਜੇ ਕੁਛ ਵੀ ਪੱਕਾ ਨਹੀਂ ਹੈ। ਮੈਨੂੰ ਲੱਗਦਾ ਕਿ ਸਹਿਜ ਵੀ ਪਰ ਕੁਛ ਵੀ ਕਨਫਰਮ ਨਹੀਂ ਆ ਯਾਰ, ਆਪਣੀ ਯਾਰੀ 'ਚ ਫਰਕ ਪੈ ਜੂ। ਜਸ਼ਨ ਉਹ ਯਾਰੀ ਕੀ ਜਿਹੜੀ ਖਰਾਬ ਹੋ ਜੇ ਹੈ? ਦੀਪ ਤਾਂ ਉਹਦੇ ਪਿੱਛੇ ਤਾਂ ਲੱਗਿਆ ਸੀ ਕਿਉਂਕਿ ਉਹਨੇ ਕੈਨੇਡਾ ਜਾਣਾ ਸੀ, ਤੇ ਹੁਣ ਉਹ ਕੈਨੇਡਾ ਜਾ ਨਹੀਂ ਰਹੀ। ਉਹ ਤਾਂ ਉਹਨੇ ਦੀਪ ਨੂੰ ਟੈਸਟ ਕਰਨ ਦੀ ਮਾਰੀ ਨੇ ਕਿਹਾ ਸੀ, ਪਰ ਦੇਖ ਕੁਛ ਵੀ ਪੱਕਾ ਨਹੀਂ ਆ ਯਾਰ। ਉਹ ਪੱਕਾ ਨਹੀਂ ਤਾਂ ਬਘੇਲਿਆ ਪੱਕਾ ਕਰ, ਨਹੀਂ ਤਾਂ ਬੰਨ ਲੰਗੋਟ। ਚੱਲ ਯਾਰਾਂ ਨਾਲ ਬਜਰੰਗ ਬਲੀ ਦੇ ਮੰਦਰ। ਉਹ ਜਨਾਬ ਜਿਹੜੀ ਅੱਧੀ ਬੋਤਲ ਬਚੀ ਉਹ ਵੀ ਲੈ ਆਵਾਂ। ਚੁੱਪ ਕਰ ਚੁੱਪ ਕਰ, ਮੇਰੀ ਘਰ ਵਾਲੀ ਬਹੁਤ ਧਾਰਮਿਕ ਜਨਾਨੀ ਹੈ, ਧਾਰਮਿਕ। ਘਰ ਦੇ ਵਿੱਚ ਮੀਟ ਮੁਰਗਾ ਆਂਡਾ ਦਾਰੂ ਮੱਛੀ ਬਿਲਕੁਲ ਬੰਦ ਹੈ। ਇਹਦਾ ਮਤਲਬ ਜਨਾਬ ਤੁਸੀਂ ਫਿਰ ਅੱਜ ਆਪਣੇ ਘਰ ਨਹੀਂ ਜਾਂਦੇ? ਔਰ ਮੈਂ ਤੇਰੇ ਘਰ ਚੱਲਿਆ? ਉਹ ਨਹੀਂ, ਮੇਰਾ ਮਤਲਬ ਹੈ ਜਨਾਬ ਵੀ ਤੁਹਾਡੇ ਢਿੱਡ ਵਿੱਚ ਅੱਧੀ ਬੋਤਲ ਸ਼ਰਾਬ ਦੀ ਤੇ ਮੁਰਗੇ ਦੀਆਂ 4 ਲੱਤਾਂ ਨੇ, ਤੇ ਤੁਸੀਂ ਆਪਣੇ ਘਰ ਕਿਵੇਂ ਜਾ ਸਕਦੇ ਹੋ? ਚੁੱਪ ਕਰਾ ਚੁੱਪ ਕਰਾ, ਮੈਨੂੰ ਭੌਂਕੀ ਜਾ, ਉਹ ਅੱਧੀ ਬੋਤਲ ਤੂੰ ਲੈ ਜਾ ਆਪਣੇ ਘਰ। ਮੈਂ ਤਾਂ ਜਨਾਬ ਪੀਂਦਾ ਨਹੀਂ। ਤੇ ਕਿਸੇ ਹੋਰ ਨੂੰ ਦੇ ਦੇ, ਐਵੇਂ ਝੇਲਣ ਨਾ ਕਰ ਮੇਰੇ ਨਾਲ। ਉਹ ਜਨਾਬ ਮੈਂ ਗੱਡੀ ਚਲਾ ਕੇ ਘਰੇ ਛੱਡਿਆ ਵਾਂ। ਮੈਂ ਆਪੇ ਚਲਾ, ਮੈਨੂੰ ਆਉਂਦੀ ਹੈ ਗੱਡੀ ਚਲਾਉਣੀ, ਐਵੇਂ ਨਾ ਗੱਲਾਂ ਮਾਰੀ ਜਾ।
चुप चाप गड्डी चला, जिथे कहांगा बस उथे ले चल। विजय तू तेरी मजाक दी आदत गई थी। मैं मजाक नहीं कर रहा, मैं सीरियस हूं। ते जिस वेले मैं सीरियस हूं ना तेनू पता। ए भी गल तेरी ठीक है, वैसे भी मेनू मजाक पसंद नहीं। गड्डी चला, चलाने चलो। फोन चकरा जैसे और बिजी हैं दे जैसे ना चले फोन चकरा ओए अच्छा गाल सुन मेरी, आज 11 बजे रॉयल रेस्टोरेंट आके मेनू मिल। गाल समझ आई? सुन, जरूरी गाल करनी है, किसे नो दसना नहीं है ते नाल ता किसे नो लेके आना ही नहीं हैगा। ओके बाय। कट दो। जनाब नू सहज ने रॉयल कैसल बुलाया, तो यह भी कहा भी किसी नू कुछ दसना नहीं, बहुत जरूरी गल करनी है, इसलिए मैनू पता नहीं कि तुसी उत्थे गए हो। ना तू उन्हूं कहा नहीं कि मैं जशन नहीं दीप बोल रहा जी। मैडम विच बोलने का मौका देन तां कुछ कहां, वो तो एक बार शुरू हो जाते ने फिर बंद ही नहीं होंगे। वैसे चक्कर की है? और एक गल याद रखी मित्रा, मैडम कनेडा वापस नहीं जा रहे। साला पूरा हराम दा तुखन है। की कहा? हुक्म तां सुनिया, ये तुखन की हुंदा? तुखन नहीं, तुखम मतलब बी। तो सीधी तरह गाल कट के भैन दा। नाले जे गाल सुन के डिक्शनरी देखनी पवे फिर की फायदा। वैसे ऑल द बेस्ट यार दीप, दिलों दसी जे मैं जावा तो तेनू बुरा तो नहीं लगू? यार लोग कहंदे आ कि जे यारी च कुड़ी आ जाए ना तो यारी टुट जाती है। ओ भले मानसरे तुखम, अपनी यारी शोले फिल्म वाली है। हजे तो आप गड्डी जी ला के मोटरसाइकिल से गीत भी गाँव है। तू फिक्र ना कर, तेरे नाल मैं चलूंगा। वो नहीं यार, उन्हें मना कीता। कीता वे मना? मैं कहता चलूँ तो चलूँ बस। भाई जी कल रात का अजागर पता नहीं साला कितने गायब हो गया। वाह यार, वो घर वाली भी आई थी सवेरे पुछदी, कहते गड्डी कितने नहर के कंडे मिली है। फिर तो भाई नहरी महकमे फोन करके पूछो कि कोई लाश लूश मिली है कि नहीं। वैसे भाई जी खुदकुशी करने वाला तो है नहीं, वैसे किसी ने पट पुट के नहर सड़ता हो ना तो वक्री गल है, वह जे किसी ने गड्डी चाड़ता हो ना धर्म वाला सवाद ही आजू। तरसेम साहब बंदे छेती छेती नहीं मरते। अच्छा जी, इन्हें टाइम लगता होंगे? मेरा मतलब है फिर हजे आप इन्ना ज्यादा खुश ना होइए। उधरों साला मेर माला पंगा, इधरों तुम कहने हजे जाकर मरिया नहीं होना। भाजी फिर तो रब अगे अरदास ही करो भी इन साले नू किसी ने गड्डी चाड़ता हो, नहीं तो इन्हें गांह जाके भी आपको तंग ही करना सी। साला एक गल समझ नहीं आई, कंजर तक गया कितने? हाथ खोलूंगे ताही दिखाऊंगा मैं कुछ। सेब खान दे ले, निशाना लाउन दे ले। ना भी से ना, देख छोटे बिल, छोटे बिल। सच सच दस बलबीर कौन ते उहदा पासपोर्ट किवें बनिया? जनाब 6 महीने हो गए तुहानूं प्रैक्टिस कीती, ते उजागर सिंह दे गलत जगह गोली ना मारी। ना भी से ना, मैं उहदी झूठी इनक्वायरी करके उहदा पासपोर्ट बनवाया सी। ये सब कुछ मैं हरनाम सिंह ते कहे तो कीता। दसूंदा सिंह दी जमीन ते भी मैं ही कब्जा कीता सीगा, उधर सेव दे बगैर पै गया सी। तरसेम नूं हरनाम सिंह ने कनेडा भिजवा दिता सी, ते कुछ महीने बाद
ਦੱਸੋ ਤੈਨੂੰ ਅਸੀਂ ਐਕਸੀਡੈਂਟ ਕਰਕੇ ਮਾਰ ਦਿੱਤਾ ਸੀ। ਦਲਵੀਰ ਜਨਾਬ ਫਿਰ ਕਮਾਲ ਹੋ ਗਈ, 6 ਮਹੀਨਿਆਂ ਬਾਅਦ ਵੀ ਨਿਸ਼ਾਨਾ ਬਿਲਕੁਲ ਸਹੀ ਲੱਗੀ ਜਾਂਦਾ, ਫਿਰ ਮੈਨੂੰ ਤਾਂ ਟੈਨਸ਼ਨ ਜੀ ਹੋ ਗਈ। ਸੇਵ ਰੱਖ। ਓਏ ਹੋਰ ਕਿਉਂ, ਹੁਣ ਸਭ ਕੁਝ ਤਾਂ ਮੈਂ ਸੱਸ ਸੱਸ ਦੱਸ ਦਿੱਤਾ। ਓਏ ਨਾ ਮੇਰੇ ਛੋਟੇ ਵੀਰ ਨਾ, ਓਏ ਜੇ ਤੇਰਾ ਹੱਥ ਮਾੜਾ ਜਾ ਕੰਬ ਗਿਆ, ਓਏ ਮੇਰੇ ਬਾਲ ਬੱਚਿਆਂ ਨੇ ਤਾਂ ਅਨਾਥ ਹੋ ਜਾਣਾ। ਬੱਚੇ ਤਾਂ ਉਸ ਸੌਂਤਾ ਸਿੰਘ ਦੇ ਵੀ ਸੀ, ਉਦੋਂ ਤਾਂ ਨਹੀਂ ਤੈਨੂੰ ਤਰਸ ਆਇਆ? ਉਜਾਗਰ ਸਿੰਘ ਦੀ ਤਾਂ ਟੈਂਕੀ ਲੀਕ ਹੋ ਗਈ ਜਨਾਬ। ਓਏ ਕੱਲੀ ਟੈਂਕੀ ਨੀ ਲੀਕ ਹੋਈ, ਓਏ ਓਏ ਵੱਡਾ ਕੰਮ ਵੀ ਹੋ ਗਿਆ ਹੈ ਬਤਿੰਦਰ। ਓਏ ਹੁਣ ਤਾਂ ਜੈਡ ਤੋਂ ਮੈਨੂੰ ਸਹਿਜ, ਮੈਂ ਕਬਾਬ 'ਚ ਹੱਡੀ ਬੰਨਣੀ ਆ। ਮੈਂ ਤਾਂ ਸਿਰਫ ਇਹ ਕਹਿਣ ਆਇਆ ਕਿ ਆਹ ਮੇਰਾ ਦੋਸਤ ਬਹੁਤ ਵਧੀਆ, ਸੱਚਾ ਅਤੇ ਸੁੱਚਾ ਜਿਹਾ ਬੰਦਾ, ਇਹ ਨਾਲੇ ਪੜ੍ਹਾਈ 'ਚ ਵੀ ਅੱਵਲ ਸੀ, ਅੱਜ ਨਹੀਂ ਤਾਂ ਕੱਲ੍ਹ ਇਹਨੂੰ ਟੌਪ ਦੀ ਨੌਕਰੀ ਮਿਲ ਜਾਣੀ ਹੈ। ਤੈਨੂੰ ਇਹ ਤਾਂ ਵਧੀਆ ਮੁੰਡਾ ਨਹੀਂ ਮਿਲ ਸਕਦਾ, ਨਾਲੇ ਤੈਨੂੰ ਪਿਆਰ ਵੀ ਬਹੁਤ ਕਰਦਾ ਹੈ। ਇਹ ਸਭ ਕੁਛ ਇਹ ਆਪ ਨਹੀਂ ਕਹਿ ਸਕਦਾ, ਤਾਂ ਹੀ ਤਾਂ ਜਿੱਦ ਕਰਕੇ ਮੈਂ ਨਾਲ ਆਇਆ, ਅਤੇ ਜਨਾਬ ਕੁਛ ਕਹਿ ਸਕਦੇ ਤਾਂ ਗੱਲ ਹੀ ਕੀ ਸੀ। ਚੱਲ ਮੈਂ ਹੁਣ ਚੱਲਾਂ ਹੈ। ਦੀਪ ਸੌਰੀ, ਮੈਂ ਤੈਨੂੰ ਝੂਠ ਕਿਹਾ ਸੀ ਕਿ ਮੈਂ ਕੈਨੇਡਾ ਨਹੀਂ ਜਾਣਾ। ਮੈਨੂੰ ਪਤਾ ਮੈਂ ਐਡਾ ਵੀ ਉਹ ਨਹੀਂ ਹੈਗਾ ਜਿੰਨਾ ਤੂੰ ਮੈਨੂੰ ਸਮਝਦੀ ਹੈ। ਉਹ ਤਾਂ ਮੈਨੂੰ ਵਿਨੀ ਦੇ ਮੰਗਣੇ 'ਤੇ ਪਤਾ ਲੱਗ ਗਿਆ ਸੀ ਕਿ ਮੈਂ ਰੋਂਗ ਨੰਬਰ ਡਾਇਲ ਕਰ ਰਿਹਾ। ਠੀਕ ਹੈ, ਚੱਲ ਹੁਣ ਆਲ ਦਾ ਬੈਸਟ, ਮੈਂ ਚੱਲਦਾ। ਮੈਂ ਜੇ ਸਾਲੇ ਦੀ ਹੈਲਪ ਨਾ ਕਰਦਾ ਤਾਂ ਇਹਨੇ ਸਾਰੀ ਜ਼ਿੰਦਗੀ ਕਿਸੇ ਕੁੜੀ ਨੂੰ ਦਿਲ ਦੀ ਗੱਲ ਨਹੀਂ ਕਹਿਣੀ ਸੀ। ਆਪਣਾ ਕੀ ਹੈ, ਇਹ ਨਹੀਂ ਤਾਂ ਹੋਰ ਸੀ। ਚੱਲ ਦੀਪਿਆ, ਆਪਣੇ ਦਿਲ ਦੇ ਦਰਦ ਦਾ ਇਲਾਜ ਕਰੀਏ। ਇਹ ਸਭ ਕੁਛ ਤੂੰ ਆਪ ਨਹੀਂ ਕਹਿ ਸਕਦਾ ਸੀ। ਕਹਿ ਤਾਂ ਸਕਦਾ ਸੀ, ਪਰ ਮੈਂ ਕਿਹਾ ਸੀ ਨਾ ਕਿ ਜੇ ਇੱਕ ਵਾਰ ਮੈਂ ਅੱਗੇ ਵੱਧ ਜਾਂ ਤਾਂ ਫਿਰ ਪਿੱਛੇ ਨਹੀਂ ਹਟਦਾ। ਹੁਣ ਜੇ ਕੱਲ ਤੇਰੇ ਡੈਡ ਨਾ ਮੰਨੇ ਤਾਂ ਫਿਰ ਤੂੰ ਵੀ ਪਿੱਛੇ ਨਾ ਹਟੀ। ਉਹੀ ਤਾਂ ਮੈਂ ਦੇਖਣਾ ਚਾਹੁੰਦੀ ਸੀ ਕਿ ਤੂੰ ਆਪਣੇ ਵਾਅਦੇ ਦਾ ਕਿੰਨਾ ਪੱਕਾ। ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਪਿਆਰ ਕੀ ਹੁੰਦਾ। ਹੁਣ ਜੋ ਹੋਏਗਾ ਦੇਖ ਲਵਾਂਗੇ। ਚੱਲੀਏ ਕਿਸ ਥਾਂ ਚੱਲਵੇ, ਕੋਈ ਵੱਖਰੀ ਜਿਹੀ ਥਾਂ ਹੋਵੇ। ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਕੋਈ ਵੇਖਣ ਵਾਲਾ ਨਾ ਹੋਵੇ। ਦੁਨੀਆਂ ਤੋਂ ਇਕਲ ਵਾਂਝੇ ਜੇ, ਦੁਨੀਆਂ ਤੋਂ ਇਕਲ ਵਾਂਝੇ ਜੇ, ਇੱਕ ਦੁਨੀਆਂ ਨਵੀਂ ਵਸਾਈਏ। ਤੂੰ ਤੇ ਮੈਂ, ਤੂੰ ਤੇ ਮੈਂ, ਤੂੰ ਤੇ ਮੈਂ, ਤੂੰ ਤੇ ਮੈਂ, ਹਾਂ ਤੂੰ ਤੇ ਮੈਂ। ਦਿਲ ਧੱਕ 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 ਕਰਦਾ ਏ, ਪਰ ਕਦੇ ਕਦੇ ਜੀ ਡਰਦਾ ਏ। ਦਿਲ ਧੱਕ 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 ਕਰਦਾ ਏ, ਪਰ ਕਦੇ ਕਦੇ ਜੀ ਡਰਦਾ ਏ। ਕਿਤੇ ਵੱਖਰੇ ਨਾ ਹੋ ਜਾਈਏ,
कदे मोहब्बत सिरे न चढ़दी दुनिया तो डर डर के कोई परवानी सौ जा मेरी छाती ते सिर तर के कोई परवानी सौ जा मेरी छाती ते सिर तर के चन मखना जी बलिए गल मन मखना की बलिए कमाल कर दिता। थैंक यू सर। सर आप जी जो भी एक्शन लेना चाहते हो आप जी ले सकते हो। सर थम पीछे बढ़ो। इंज कि वेख रहा मेरे वाल। वेल डन। मैं अज तो तुहानू दोनों नू बहाल करता हाँ। पांच मिनटां दे बिच बिच तुसी मैनू कंप्लीट यूनिफॉर्म दे बिच रिपोर्ट करोगे। इस केस की शुरुआत भी तुसी ही कीती सी ना और इसका अंत भी तुसी करोगे। सर बड़ी गुड न्यूज है। की हो गया पाजी? तो सेम ही बलबीर है। विजय ने उजागर को सब कटवा लिया है। हम उस बास्टर्ड को कोई नहीं बचा सकता। I'm so happy. What, cuckoo? You're so happy for me? Yes. तू मेरे लिए इतना खुश है? बहुत अच्छा है। तुम ही बहुत चंगी है ना? और ना मैं तुम्हें और भी कुछ कहना चाहना। क्या ना कुकू? ना वो ना मैं कहना सी के बोल। मैं की कर रहा ना? मैं कहना सी के अपन मेरे ख्याल ना लेट हो रहे हैं। सानू तरसेम वाल चलना चाहिए। आजा मेनू भी नाल ले दो। हो तुसी खड़े क्यों हो? प्लीज बैठो ना। नहीं मैडम आज असी बैठ नहीं सकते जी। क्यों की गल? एनी चेती कर दी तुनू?
ਤੁਸੀਂ ਇੱਕ ਦੂਜੇ ਵੱਲ ਕੀ ਦੇਖੀ ਜਾ ਰਹੇ ਹੋ? ਦੱਸੋ ਤਾਂ ਸਹੀ ਗੱਲ ਕੀ ਹੈ? ਕੀ ਦੱਸੀਏ ਮੈਮ, ਸਾਡੇ ਕੋਲੋਂ ਤਾਂ ਅੱਜ ਬੋਲ ਹੀ ਨਹੀਂ ਨਿਕਲ ਰਹੇ। ਦੇਖੋ ਪਲੀਜ਼, ਮੈਨੂੰ ਟੈਨਸ਼ਨ ਹੋ ਰਹੀ ਹੈ, ਕੁਛ ਦੱਸੋਗੇ ਤਾਂ ਪਤਾ ਚੱਲੇਗਾ ਨਾ। ਲੋਕ ਰੁਪਿੰਦਰ, ਆਈ ਐਮ ਰੀਅਲੀ ਸੌਰੀ, ਮੈਂ ਬਹੁਤ ਦੁੱਖ ਹੈ ਕਿ ਐਸੇ ਸਭ ਦੱਸਣ ਦੇ ਲਈ ਇੱਥੇ ਆਏ। ਪਰ ਗੱਲ ਕੀ ਹੈ, ਤਰਸੇਮ ਤਾਂ ਠੀਕ ਹੈ ਨਾ? ਤਰਸੇਮ ਤਾਂ ਠੀਕ ਹੀ ਹੈ, ਤਰਸੇਮ ਨੂੰ ਕੀ ਹੋਣਾ। ਦਰਅਸਲ ਮੈਮ, ਉਸ ਦਿਨ ਅਸੀਂ ਤੁਹਾਡੇ ਕੋਲ ਆਏ ਸੀ ਨਾ ਜੀ, ਉਹ ਤੁਹਾਨੂੰ ਦੱਸਣ ਵਾਸਤੇ ਕਿ ਹੈਨਾ ਦੀ ਸਿਸਟਰ ਨੂੰ ਕੋਈ ਬੰਦਾ ਧੋਖਾ ਦੇ ਕੇ ਇੱਥੇ ਇੰਡੀਆ ਵਾਪਸ ਆ ਗਿਆ। ਹਾਂ ਮੈਨੂੰ ਯਾਦ ਹੈ, ਉਹ ਬੰਦਾ ਕਨਫਰਮ ਹੋ ਗਿਆ ਜੀ। ਬਸ ਹੁਣ ਤਾਂ ਉਹਦੇ ਫੈਸਲੇ ਦੀ ਕੜੀ ਹੈ। ਉਹ ਤਾਂ ਠੀਕ ਹੈ, ਪਰ ਮੈਂ ਉਸ ਵਿੱਚ ਕੀ ਕਰ ਸਕਦੀ ਹਾਂ? ਹੁਣ ਤਾਂ ਜੋ ਵੀ ਕਰ ਸਕਦੇ ਹੋ ਤੁਸੀਂ ਕਰ ਸਕਦੇ ਹੋ ਮੈਮ, ਕਿਉਂਕਿ ਆਈ ਐਮ ਸੌਰੀ ਟੂ ਸੇ, ਉਹ ਬੰਦਾ ਹੋਰ ਕੋਈ ਨਹੀਂ ਹੈ, ਤਰਸੇਮ ਹੈ। ਜਦੋਂ ਤੁਸੀਂ ਸਟੱਡੀਜ਼ ਵਾਸਤੇ UK ਗਏ ਸੀ ਨਾ ਜੀ, ਤਾਂ ਤੁਹਾਡੇ ਮਗਰੋਂ ਜਾਲੀ ਪਾਸਪੋਰਟ 'ਤੇ ਤਰਸੇਮ ਕੈਨੇਡਾ ਚਲਾ ਗਿਆ ਸੀ। ਉੱਥੇ ਜਾ ਕੇ ਉਹਨੇ ਐਨਾ ਦੀ ਸਿਸਟਰ ਨਾਲ ਸ਼ਾਦੀ ਕਰ ਲਈ, ਅਤੇ ਜਦੋਂ ਉੱਥੇ ਉਹਨੂੰ ਪਤਾ ਲੱਗਾ ਕਿ ਉਹਦੇ ਇੰਡੀਆ ਵਾਲੇ ਦੁਸ਼ਮਣ ਮਾਰੇ ਗਏ ਆ, ਅਤੇ ਹਲੇਨਾ ਨੂੰ ਧੋਖਾ ਦੇ ਕੇ ਉਹਦਾ ਸਾਰਾ ਪੈਸਾ ਲੁੱਟ ਲੁਟਾ ਕੇ ਇੰਡੀਆ ਵਾਪਸ ਆ ਗਿਆ ਤਰਸੇਮ। ਮੈਡਮ, ਕਿ ਹੁਣ ਵੀ ਤੁਹਾਡਾ ਫੈਸਲਾ ਉਹੀ ਹੈ ਜੀ ਜੋ ਉਸ ਦਿਨ ਸੀ? ਮੇਰਾ ਫੈਸਲਾ ਉਹੀ ਹੈ। ਪਰ ਤਰਸੇਮ ਹੈ ਕਿੱਥੇ? ਕੀ ਉਹ ਤਾਂ ਧਿਆਨ ਨਾਲ ਸੁਣਿਆ, ਉਹ ਚੰਗੀ ਤਰ੍ਹਾਂ ਪਤਾ ਕੀਤਾ ਕਿ ਨਹੀਂ? ਚੱਲ ਫੋਨ ਬੰਦ ਕਰ ਹੁਣ। ਸੋਲਾ ਨਵਾਂ ਸਿਆਪਾ, ਕੀ ਹੋਇਆ ਬਾਈ ਜੀ, ਉਹ ਜਾਗਰ ਮਰ ਗਿਆ? ਉਹ ਇਹੋ ਜਿਹੇ ਬੰਦੇ ਛੇਤੀ ਛੇਤੀ ਨਹੀਂ ਮਰਦੇ ਹੁੰਦੇ। ਉਹ ਅੱਛਾ ਜੀ, ਉਹ ਤੂੰ ਇੱਥੇ ਕੀ ਕਰਦਾ? ਭੱਜ ਜਾ, ਵਿਜੇ ਬਹਾਲ ਹੋ ਗਿਆ, ਕਿਸੇ ਟਾਈਮ ਵੀ ਇੱਥੇ ਹੁੰਦਾ ਹੋਣਾ। ਤੇ ਤੁਸੀਂ ਬਾਈ ਜੀ? ਕਿਹੜਾ ਬਾਈ, ਕਿਹਦਾ ਬਾਈ? ਬਾਈ ਜੀ ਐਂ ਨਾ ਕਰੋ, ਐਂ ਤਾਂ ਮੈਂ ਇਕੱਲਾ ਜੇਲ੍ਹ 'ਚ ਮਰ ਜੂੰਗਾ, ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਨਾਲ ਲੈ ਕੇ ਜਾਊਂ, ਮੈਨੂੰ ਨਹੀਂ ਪਤਾ। ਦੌੜ ਜਾ, ਮੈਂ ਸਿਆਸੀ ਪਰਿਵਾਰ ਦਾ ਬੰਦਾ, ਮੈਨੂੰ ਕੁਛ ਨਹੀਂ ਹੋਣਾ। ਬਾਈ ਤੁਸੀਂ ਚੰਗੀ ਨਹੀਂ ਕੀਤੀ, ਤੁਸੀਂ ਤਾਂ ਮੇਰੀ ਖੜੇ ਦੀ ਗੱਲ ਨਿਬੇੜਤੀ, ਐਂ ਤਾਂ ਮੈਂ ਤੁਹਾਡੀ ਵੀ ਗੱਲ ਫਿਰ ਨਿਬੇੜੂੰਗਾ, ਮੈਂ ਨਾਂ ਲੈ ਦੇਣਾ ਤੁਹਾਡਾ ਫਿਰ। ਮਰ ਗਿਆ ਮੇਰਾ ਨਾਂ ਲੈਣ ਵਾਲੇ, ਚੱਲ ਤਾਂ। ਚੰਗੀ ਨਹੀਂ ਕੀਤੀ ਬਾਈ। ਰੂਪੀ, ਰੂਪੀ, ਉਹ ਕਿੱਥੇ ਮਰ ਗਈ ਤੂੰ? ਰੂਪੀ, ਰੂਪੀ ਐਂ ਕਰ, ਥੋੜਾ ਮੋਟਾ ਸਮਾਨ ਛੇਤੀ ਪੈਕ ਕਰ, ਆਪਾਂ ਜਾਣਾ ਹੁਣੀ, ਛੇਤੀ ਕਰ। ਕਿਉਂ, ਕਿੱਥੇ ਜਾਣਾ? ਤੁਹਾਡੀ ਵੀ ਨਾ ਜਨਾਨੀਆਂ ਦੀ ਸਵਾਲ ਕਰਨ ਦੀ ਆਦਤ ਨਹੀਂ ਜਾਂਦੀ, ਉਹ ਤੈਨੂੰ ਮੈਂ ਬਾਅਦ 'ਚ ਦੱਸ ਦੂੰ। ਪਿੰਕੀ ਨੂੰ ਚੱਕ, ਛੇਤੀ ਚੱਲ, ਟਾਈਮ ਹੈ ਨਹੀਂ ਆਪਣੇ ਕੋਲ, ਮਿੰਟ ਮਾਰ ਮਿੰਟ। ਨਾ ਮੈਂ ਕਿਤੇ ਜਾਵਾਂਗੀ ਤੇ ਨਾ ਤੈਨੂੰ ਜਾਣ ਦਿਆਂਗੀ। ਉਹ ਮਜ਼ਾਕ ਦਾ ਬੇੜਾ ਨਹੀਂ ਹੈਗਾ, ਅਸਲੀ ਪਿਸਤੌਲ ਹੈ, ਚੱਲ ਜੂ ਲੈ ਫੜਾ। ਨਹੀਂ ਰੁਪਿੰਦਰ, ਮੈਂ ਤੇ ਤੇਰੇ ਤੇ ਪਿੰਕੀ ਦੇ ਲਏ ਇਸ ਨੂੰ ਮਾਫ ਕਰ ਦਿੱਤਾ, ਪਰ ਮੈਂ ਇਸ ਨੂੰ ਮਾਫ ਨਹੀਂ ਕਰਾਂਗੀ। ਇਸਨੇ ਇੱਕ ਨਹੀਂ, ਦੋ ਦੋ ਔਰਤਾਂ ਨੂੰ ਧੋਖਾ ਦਿੱਤਾ ਹੈ। ਦੇਖ ਰੂਪੀ, ਤੈਨੂੰ ਵੱਡੇ ਮਹਾਰਾਜ ਦੀ ਸੌਂ ਲੱਗੇ, ਮੇਰੇ ਕੋਲ ਨਾ ਪਿੰਕੀ ਨੂੰ ਦੂਰ ਨਾ ਕਰੀ, ਨਾਲੇ ਮੈਂ ਤੈਨੂੰ ਗੋਰੀਆਂ ਬਾਰੇ ਦੱਸ ਦਿੰਦਾ, ਇਹਨਾਂ ਦਾ ਕਰੈਕਟਰ ਇਹੋ ਜਿਹਾ ਹੁੰਦਾ, ਇੱਕ ਇੱਕ ਨਹੀਂ ਕਈ ਕਈ ਵਿਆਹ ਕਰਵਾ ਲੈਂਦੀਆਂ ਨੇ। ਚੁੱਪ ਕਰ ਜਾ, ਤੇਰੇ ਨਾਲੋਂ ਤਾਂ ਚੰਗਾ ਇਹਨਾਂ ਦਾ ਕਰੈਕਟਰ, ਉਹ ਤਾਂ ਹੁਣ ਵੀ ਤੈਨੂੰ ਮਾਫ਼ ਕਰ ਰਹੀ ਹੈ, ਪਰ ਮੈਂ ਹੁਣ ਆਪਣੀ ਬੱਚੀ ਤੇ ਤੇਰਾ ਪਰਛਾਵਾਂ ਨਹੀਂ ਪਹਿਨ ਦਿਆਂਗੀ। ਤੇਰੀ ਖੇਡ ਖਤਮ ਤਰਸੇਮ ਸਿਆ, ਆ ਜਾ ਹੁਣ। ਰੂਪੀ, ਰੂਪੀ ਦੇਖ ਲੈ, ਡੁੱਲੇ ਬਿਰਾਂ ਦਾ ਕੁਛ ਨਹੀਂ ਵਿਗੜਿਆ,
ਤੇਰੇ ਪੇਰਾਂ ਨੂੰ ਤਾਂ ਅਸੀਂ ਝਾੜਾਂਗੇ ਹੁਣ। ਅੱਛਾ ਇਹਦੀ ਵੀ ਨਿਬੜ ਗਈ ਗੱਲ। ਸਤਿ ਸ਼੍ਰੀ ਅਕਾਲ ਬਾਈ, ਹੁਣ ਤਾਂ ਪਛਾਣ ਲਿਆ ਕਿ ਨਹੀਂ? ਨਾ 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 ਨਾ, ਇੰਨਾ ਗੁੱਸਾ ਕਾਹਦੇ ਲਈ? ਗਰਮੀ ਬਹੁਤ ਹੈ, ਨਾਲੇ ਮੈਂ ਤਾਂ ਸੁਣਿਆ ਜੇਲ੍ਹ 'ਚ ਏ ਸੀ ਵੀ ਨਹੀਂ ਹੁੰਦਾ। ਬਕਵਾਸ ਬੰਦ, ਸਾਰਾ ਤੇਰੀ ਕਰਕੇ ਹੋਇਆ। ਇੰਨਾ ਗੁੱਸਾ ਕਿਉਂ ਕਰਦੇ ਹੋ? ਕੁਛ ਗੱਲਾਂ ਹਵਾਲਾਤ ਵਾਸਤੇ ਵੀ ਸਾਂਭ ਕੇ ਰੱਖ ਲਿਓ, ਉੱਥੇ ਕਰ ਲਿਓ ਦੁੱਖ ਸੁੱਖ ਸਾਂਝਾ ਆਪਣੇ। ਬਿਠਾ ਇਹਨਾਂ ਨੂੰ। ਪੂਰਾ ਇੱਕ ਮਹੀਨਾ ਉੱਥੇ ਬੈਠੀ ਦੀ ਕਿਸੇ ਦੇ ਘਰ, ਤੈਨੂੰ ਸ਼ਰਮ ਨਾ ਆਈ? ਹੁਣ ਇਹਨੂੰ ਵਿਹਲੜੂ ਨਾਲ ਖਿੱਚ ਲਿਆਈ ਆ। ਪਹਿਲਾਂ ਇਹਦਾ ਪਿਓ ਸਾਰੀ ਉਮਰ ਸਹੁਰੇ ਦੀਆਂ ਰੋਟੀਆਂ ਪਾੜਦਾ ਰਿਹਾ, ਤੇ ਹੁਣ ਇਹ ਆ ਗਿਆ ਸਹੁਰੇ ਦੇ ਘਰੇ ਰੋਟੀਆਂ ਖਾਣ ਨੂੰ। ਬਸ ਕਰੋ ਜੀ, ਮੁੰਡਾ ਪੜ੍ਹਿਆ ਲਿਖਿਆ ਨਾਲੇ ਕੁੜੀ ਨੂੰ ਪਸੰਦ ਵੀ ਹੈ। ਤੂੰ ਵਿੱਚ ਨਾ ਬੋਲ, ਗੁੜ ਵੇਖ ਕੇ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਆ। ਕੁੜੀ ਕੈਨੇਡਾ ਤੋਂ ਆਈ ਆ, ਵੇਖ ਕੇ ਮਗਰ ਲੱਗ ਤੁਰਿਆ ਉਹਦੇ। ਅੰਕਲ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਲਓ, ਮੇਰੇ ਬਾਪੂ ਜੀ ਨੂੰ ਕੁਝ ਨਾ ਕਹੋ। ਕਿਉਂ, ਮੈਂ ਕੋਈ ਗਲਤ ਕਿਹਾ? ਭੈਣ ਘਰ ਭਾਈ ਕੁੱਤਾ ਤੇ ਸਹੁਰੇ ਘਰ ਜਵਾਈ ਕੁੱਤਾ, ਉਹ ਸਿਆਣੇ ਬੰਦੇ ਨਾ ਕੁੱਤਾ ਰੱਖਣ ਲੱਗਿਆ ਪਹਿਲਾਂ ਉਹਦੀ ਨਸਲ ਦੇਖਦੇ ਆ, ਤੇ ਤੂੰ? ਅੰਕਲ ਪਲੀਜ਼, ਉਹ ਜਿਹੋ ਜਿਹੇ ਵੀ ਨੇ ਮੇਰੇ ਬਾਪੂ ਜੀ ਨੇ, ਏਦਾਂ ਤੁਸੀਂ ਕੁਝ ਨਹੀਂ ਕਹਿ ਸਕਦੇ। ਇਹ ਤਾਂ ਤੁਸੀਂ ਸਹਿਜ ਦੇ। ਨਹੀਂ ਤਾਂ ਕੀ ਹੈ, ਕੀ ਕਰ ਲੈਂਦਾ? ਸੁਣ ਲਿਆ ਕੁੜੀਏ, ਨਹੀਂ ਤਾਂ ਇਹਨੇ ਮੇਰੇ ਤੇ ਹੱਥ ਚੱਕਣਾ ਸੀ। ਸੋਚ ਲੈ ਹੁਣ, ਇਹਦੇ ਨਾਲ ਜਾਣਾ ਜੀ ਸੱਦ ਕੇ ਜਾ ਸਕਦੀ ਹੈ, ਪਰ ਮੁੜ ਕੇ ਇਸ ਘਰ ਵੱਲ ਨੂੰ ਮੂੰਹ ਨਾ ਕਰੀ। ਪਾਪਾ ਪਲੀਜ਼, ਪਾਪਾ ਗੱਲ ਤਾਂ ਸੁਣੋ ਮੇਰੀ। ਸਹਿਜ, ਮੈਂ ਤੈਨੂੰ ਕਿਹਾ ਸੀ ਨਾ ਕਿ ਮੈਂ ਅੱਗੇ ਵੱਧ ਕੇ ਕਦੇ ਪਿੱਛੇ ਨਹੀਂ ਹਟਦਾ, ਤੇ ਮੈਂ ਹੁਣ ਵੀ ਨਹੀਂ ਹਟਣਾ। ਚਲਾ ਚੱਲੀਏ। ਸਹਿਜ, ਮੈਂ ਤੈਨੂੰ ਕਹਿ ਰਿਹਾ, ਸਹਿਜ Saraya, the thanks give kara, I have no words. Tusi sare bahut acche ho, mainu tusi sare bahut yaad aaoge. Sahaj, tu kyun chup hai? Iste father ne jashan nu ghar to ghar deta. ਤੁਸੀਂ ਦੋਹਾਂ ਨੇ ਮੈਨੂੰ ਫੋਨ ਕਰਕੇ ਕਿਉਂ ਨਹੀਂ ਦੱਸਿਆ? ਭੂਆ ਜੀ, ਜਸ਼ਨ ਨੇ ਤਾਂ ਮੈਨੂੰ ਕਿਹਾ ਸੀ ਕਿ ਮੈਂ ਉਹਦੇ ਨਾਲ ਚੱਲਾਂ, ਪਰ ਪਤਾ ਨਹੀਂ ਕਿਉਂ ਮੇਰੇ ਤੋਂ ਪੈਰ ਚੁੱਕ ਕੇ ਹੀ ਨਹੀਂ ਗਏ। ਭੂਆ ਜੀ, ਹਾਂ, ਕੁੱਕੂ ਕਿੱਥੇ ਹੈ? ਕੁੱਕੂ ਉਹ ਤਾਂ ਸੱਚ ਲਈ ਬਾਹਰ ਕਿਧਰੇ ਚਲਾ ਗਿਆ, ਉਹਦਾ ਫੋਨ ਵੀ ਬੰਦ ਹੈ। ਸ਼ਾਇਦ ਉਹ ਤੁਹਾਨੂੰ ਦੋਹਾਂ ਨੂੰ ਜਾਂਦਿਆਂ ਨੂੰ ਵੇਖ ਨਹੀਂ ਸੀ ਸਕਦਾ। ਮੈਂ ਤੇ ਕੁਕੁਰ ਨੂੰ ਸਪੈਸ਼ਲ ਥੈਂਕਸ ਕਰਦਾ ਸੀ, ਉਸਦੇ ਹੈਲਪ ਤੋਂ ਬਗੈਰ ਕੁਛ ਨਹੀਂ ਸੀ ਹੋਣਾ, ਹੈ ਨਾ? ਆਹ ਕੁਕੁਰ ਤੇਰੇ ਲਈ ਦੇ ਕੇ ਗਿਆ, ਨਾਲੇ ਉਹਨੇ ਤੈਨੂੰ ਕਸਮ ਦਿੱਤੀ ਹੈ ਵੀ ਇਹ ਪੈਕਟ ਤੂੰ ਸਿਰਫ ਕੈਨੇਡਾ ਜਾ ਕੇ ਖੋਲਣੇ। ਖੋਕੂ ਨੇ ਕਿਹਾ ਨਾ ਮੈਂ ਉਸਨੂੰ ਬਹੁਤ ਮਿਸ ਕਰਾਂਗੀ। ਇਹ
अज तेरी याद आई पल पल बाद आई, अज तेरी याद आई पल पल बाद आई, भुले ना भुलाया बड़ी वार परदेसिया, भुले ना भुलाया बड़ी वार परदेसिया, जुग जुग जियो मेरे यार परदेसिया, जुग जुग जियो मेरे यार परदेसिया। तुसी मैनू एक गल दसो, असी अपने बच्चियां दी निक्कियां निक्कियां खुशियां पूरियां करन लई वाह ला देने आ, पर जदों जिंदगी दी सब तो वड्डी खुशी देण दा मौका आंदा है तां पिछे हट जांदे आ, क्यों? रब जाने मेरा कुछ लग दे जरूर तू, हो रब जाने मेरा कुछ लग दे जरूर तू, पावे मेरी अखां तो हजारा को दूर तू, पावे मेरी अखां तो हजारा को जुग जियो मेरे यार परदेसिया, ओ जुग जुग जियो मेरे यार परदेसिया। माफी चाहना कि मैं तेनू जांदी नू मिल नहीं सकिया, पर सच्ची गल तो यह है कि मैं तेनू जांदी नू वेख ही नहीं सी सकता। कई बार कहन दी कोशिश की थी, पर कह नहीं सकिया। I love you. तेरे कोल हुंदे आसी रूहां दियां रौनकां, तेरे कोल हुंदे आसी रूहां दियां रौनकां, तेरे बिना उड़ गईयां जूहां दियां रौनकां, तेरे बिना उड़ तेरे बिना सुनी गुलजार परदेसिया, तेरे बिना सुनी गुलजार परदेसिया, जुग जुग जियो मेरे यार परदेसिया, ओ जुग जुग जियो मेरे यार परदेसिया, अज तेरी याद आई पल पल बाद आई, भुले ना भुलाया बड़ी वार परदेसिया, भुले ना भुलाया बड़ी वार परदेसिया, जुग जुग जियो मेरे यार परदेसिया, ओ जुग जुग जियो मेरे यार
परदेसिया। परदेसी नाल नखियां लाइए भावें लख टकियां दा होए पर एक गल्लों परदेसी चंगा नाले याद करे नाले रोवे। कुछ लोग तो सारे भुले नहीं जाने गम तो भुलाइए। क्या तेरे पर लिख दीता धोखा दे गई हां। उस दिन मैं तेरे नाल नहीं आई। नहीं सहज, I'm really sorry. I'm so sorry. तेरे डैड बिल्कुल सही कहंदे ने। मैं कुछ बन जावां फिर तेनु लैण जरूर आऊंगा। मैं तेरी वेट करांगी। दीदार तेरी कनेडा वाली मासी आ गई। आहो उन्होंने आई तो चार दिन हो गए ने। अच्छा नाल कुड़ी भी आई है उन्हां दी। यार कुड़ी तो नाल ही आउणा थी। कमाल है यार मासी नूं चार दिन हो गए ते तू मिल भी नहीं गया। ओ यार मैं मिलूंगा आपां मैं भी सो कंजर तू मैं क्यों साला मैं तां तैनूं साला बनाउण नूं फिरदा मैं झाके अपने साज पाबी करदा सी प्यार आज पाबी मैं झाके अपने साज पाबी करदा सी प्यार आज पाबी ओ पिछों दी कोई आके नी पिछों दी कोई आके पूरा सतक तार गया भाबी जी मेरे कहूं दे दे कोई सरिया मार गया भाबी जी मेरे कहूं दे दे कोई सरिया मार गया भाबी जी सरिया मार गया भाबी जी सरिया मार गया कोई बड़ा पतंदर पैड़ा सीमेंटा विच कारा कर गया नी मेरे नागी वाले बाजे दी ओ फटी पोच के तर गया नी सारे ओदे सुर पड़ते सारे ही ओदे सुर पड़ते नाले पर्दा फाड़ गया भाबी जी मेरे कहूं दे दे कोई सरिया मार गया भाबी जी मेरे कहूं दे दे कोई सरिया मार गया भाबी जी सरिया मार गया भाबी जी सरिया मार